ਸਮਾਂ ਆਪਾਂ ਸਾਰਿਆਂ ਨੇ ਬੈਠ ਕੇ ਸੁਣਨਾ ਹੈਗਾ ਸਾਹਿਬ ਨੇ ਜਿਹੜਾ ਵੀ ਵਿਸ਼ਾ ਸ਼ੁਰੂ ਕਰਨਾ ਉਸਨੂੰ ਸੰਪੂਰਨ ਤੱਕ ਲੈ ਕੇ ਜਾਣਗੇ। ਆਪ ਸੰਗਤਾਂ ਵਿੱਚ ਸਮਤ ਸੰਗਤ ਨੂੰ ਜੀ ਆਇਆਂ ਨੂੰ ਸਰਦਾਰ ਹਰਿੰਦਰ ਸਿੰਘ ਜੀ ਫਰਮੋਏ ਸਰਕਾਰ ਦਿਓ, ਸਰਦਾਰ ਹਰਿੰਦਰ ਸਿੰਘ ਜੀ ਥਾਮੀ ਮੈਂਬਰ SGPC, ਅਕਬਰ ਸਿੰਘ ਜੀ, ਹਰਿੰਦਰ ਪਰਵੀਨ ਜੀ, ਬਾਕੀ ਸਾਰੇ ਵੀਰਾਂ ਨੂੰ ਜੀ ਆਇਆਂ ਨੂੰ ਹੁਣ ਮੈਂ ਬੇਨਤੀ ਕਰਨਾ ਦੱਸਦਾ ਜੀ ਨੂੰ ਕਿ ਆਪ ਜੀ ਜਿਤਨਾ ਵੀ ਸਮਾਂ ਹੈ, ਕਿਉਂਕਿ 550 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਜ ਦਾ ਇਹ ਸਮਾਗਮ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ, ਅਤੇ ਉਸ ਅਕੋਰਡਿੰਗ ਜਿਤਨਾ ਵੀ ਸਮਾਂ ਆਪਦੀਆਂ ਨੇ ਗੁਰੂ ਸਾਹਿਬ ਜੀ ਦੇ ਜੀਵਨ ਦੇ ਨਾਲ ਸੰਬੰਧਿਤ ਵਿਚਾਰਾਂ ਦੀ ਸਾਂਝ ਸੰਗਤਾਂ ਦੇ ਨਾਲ ਪਾਉਣੀ ਹੈ, ਉਹ ਆਪ ਜੀ ਸਮੇਂ ਦੀ ਜਿਵੇਂ ਮੈਂ ਪਹਿਲਾਂ ਕਿਹਾ ਕੋਈ ਬੰਦਿਸ਼ ਨਹੀਂ, ਜਿਤਨਾ ਕੁ ਸਮਾਂ ਆਪਾਂ ਸਾਰਿਆਂ ਨੇ ਬੈਠ ਕੇ ਟਿਕਾਓ ਦੇ ਨਾਲ ਸੁਣਾਂਗੇ, ਡਾਕਟਰ ਸਾਹਿਬ ਆਪਦੀਆਂ ਦੇ ਵਿਚਾਰਾਂ ਦੀ ਸਾਂਝ ਪਾਉਣਗੇ। ਡਾਕਟਰ ਸੁਖਪ੍ਰੀਤ ਸਿੰਘ ਜੀ ਉਦੋਂ ਕੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੁਜੱਸਮੇ ਆਬੇ ਹਯਾਤ ਵਾਲੀ ਕੁਲ ਆਲਮ ਸ਼ਬਦ ਗੁਰੂ ਸਤਿਗੁਰੂ ਸ੍ਰੀ ਗੁਰੂ ਗਰੀਬ ਨਿਵਾਸ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਅਦਬ ਸਹਿਤ ਜੁੜ ਬੈਠੇ ਮੁਅੱਜ਼ਜ਼ ਹਾਜ਼ਰੀਨ, ਆਓ ਸਭ ਤੋਂ ਪਹਿਲਾਂ ਗੁਰਦੇਵ ਪਾਤਸ਼ਾਹ ਦੀ ਬਖਸ਼ਿਸ਼ ਮੁਕੱਦਸ ਫਤਿਹ ਬੁਲੰਦ ਕਰੀਏ। ਕੋਈ ਰਸਨਾ ਵਾਂਝੀ ਨਾ ਰਹੇ, ਪਿਆਰ ਸਹਿਤ ਆਖਿਓ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰਬੰਧਕ ਸਾਹਿਬਾਨ ਦੇ ਵੱਲੋਂ ਹੁਕਮ ਹੋਇਆ ਹੈ, ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਦੇ 550 ਸਾਲਾਂ ਪ੍ਰਗਟ ਦਿਹਾੜੇ ਨੂੰ ਸਮਰਪਿਤ ਇਸ ਗੁਰਮਤਿ ਸਮਾਗਮ ਦੇ ਵਿੱਚ ਆਪ ਜੀ ਦੇ ਨਾਲ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਜੀਵਨ ਯਾਤਰਾ ਵਿਚਾਰਧਾਰਾ ਦੇ ਉੱਪਰ ਕੁਝ ਵਿਚਾਰ ਸਾਂਝੇ ਕਰ ਰਹੇ ਨੇ। ਵੈਸੇ ਤਾਂ ਮੈਂ ਬਤੌਰ ਇਤਿਹਾਸਕਾਰ ਇੰਨਾ ਕੁ ਜ਼ਰੂਰ ਕਹਿ ਸਕਦਾ ਕਿ ਇੱਕ ਮਨੁੱਖ ਆਪਣੀ ਜ਼ਿੰਦਗੀ ਦੇ ਵਿੱਚ ਗੁਰੂ ਨਾਨਕ ਸੱਚੇ ਪਾਤਸ਼ਾਹ ਦੀਆਂ ਸਿਫਤਾਂ, ਉਹਨਾਂ ਦੀ ਵਿਚਾਰਧਾਰਾ ਔਰ ਜਿਹੜੇ ਉਹਨਾਂ ਨੇ ਵਿਲੱਖਣ ਕਾਰਜ ਕੀਤੇ ਨੇ ਮਨੁੱਖਤਾ ਦੇ ਵਾਸਤੇ, ਇੱਕ ਜੀਵਨ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਜਿਉਂ ਜਿਉਂ ਉਹਨਾਂ ਦੇ ਨਾਲ ਸੰਬੰਧਿਤ ਇਤਿਹਾਸਿਕ ਸਰੋਤਾਂ ਦੀ ਖੋਜ ਕਰੀਦੀ ਹੈ, ਪ੍ਰਮਾਣਾਂ ਦੀ ਖੋਜ ਕਰੀਦੀ ਹੈ, ਹਰ ਪੱਖ ਇੱਕ ਵਿਲੱਖਣ ਰੂਪ ਦੇ ਵਿੱਚ ਸਾਡੇ ਸਾਹਮਣੇ ਆਉਂਦਾ ਹੈ, ਅਤੇ ਫਿਰ ਆ ਜਾ ਕੇ ਇਸ ਹਵਾਲੇ ਦੇ ਉੱਪਰ ਮਨ ਟਿੱਕ ਜਾਂਦਾ ਹੈ। ਸ਼ਾਇਰ ਮਸ਼ਕ ਡਾਕਟਰ ਮੁਹੰਮਦ ਇਕਬਾਲ ਦੀਆਂ ਦੋ ਕਿਤਾਬਾਂ ਨੇ ਉਰਦੂ ਦੇ ਵਿੱਚ, ਬਾਂਗੇ ਦਰਾ ਔਰ ਤੁਲੀਏ ਇਸਲਾਮ। ਬਾਂਗੇ ਦਰਾ ਦੇ ਵਿੱਚ ਇੱਕ ਨਜ਼ਮ ਹੈ ਉਸਦੀ ਨਾਨਕ, ਉਸ ਨਜ਼ਮ ਦਾ ਪਹਿਲਾ ਸ਼ੇਰ ਅਕਸਰ ਅਸੀਂ ਸਟੇਜਾਂ ਦੇ ਉੱਪਰੋਂ ਤਕਰੀਬਨ ਸਾਰੇ ਹੀ ਵਿਚਾਰਕਾਂ ਦੇ ਪਾਸੋਂ ਸਰਵਣ ਕਰਦੇ ਹਾਂ। ਫਿਰ ਉੱਠੀ ਆਖਿਰ ਸਦਾ ਤੋਹੀਦ ਕੀ ਪੰਜਾਬ ਸੇ, ਹਿੰਦ ਕੋ ਇੱਕ ਮਰਦੇ ਕਾਬਿਲ ਨੇ ਜਗਾਇਆ ਖਾਬ ਸੇ।
ਪਰ ਉਸਦੇ ਮੱਧ ਦੇ ਵਿੱਚ ਇੱਕ ਹੋਰ ਸ਼ੇਰ ਹੈ ਜੋ ਬੜਾ ਅਹਿਮ ਹੈ। ਮੈਂ ਸੋਚਦਾ ਹਾਂ ਕਿ ਜੇ ਸਾਡੀ ਮਾਨਸਿਕਤਾ ਉਹਨਾਂ ਸ਼ਬਦਾਂ ਦੇ ਉੱਪਰ ਡਿੱਗ ਜਾਵੇ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਜੀਵਨ ਦੇ ਵਿੱਚੋਂ ਜੋ ਮਨੁੱਖ ਦੀਆਂ ਜ਼ਿੰਦਗੀ ਦੀਆਂ ਸੱਚਾਈਆਂ ਪ੍ਰਗਟ ਹੁੰਦੀਆਂ ਨੇ ਉਹਨਾਂ ਦੇ ਨਾਲ ਜੁੜਿਆ ਜਾ ਸਕਦਾ ਹੈ। ਪਰ ਉਹਨਾਂ ਸੱਚਾਈਆਂ ਦਾ ਉਸ ਵਿਚਾਰਧਾਰਾ ਦਾ ਦਾਇਰਾ ਇੰਨਾ ਵਿਸ਼ਾਲ ਹੈ ਕਿ ਉਹਨਾਂ ਸਿਫਤਾਂ ਨੂੰ ਬਿਆਨ ਕਰਨਾ ਬਹੁਤ ਮੁਸ਼ਕਿਲ ਹੈ। ਮੁਹੰਮਦ ਇਕਬਾਲ ਲਿਖਦੇ ਨੇ, ਆਸ਼ਕਾਰ ਉਸਨੇ ਕੀਆ ਜ਼ਿੰਦਗੀ ਕੇ ਰਾਜ਼ ਕੋ। ਫਾਰਸੀ ਦਾ ਸ਼ਬਦ ਹੈ ਆਸ਼ਕਾਰ, ਪ੍ਰਗਟ ਕਰਨਾ, ਕਿ ਗੁਰੂ ਨਾਨਕ ਸਾਹਿਬ ਨੇ ਜ਼ਿੰਦਗੀ ਦੀ ਜਿਹੜੀ ਗੋਹਜ ਰਮਜ ਤੇ ਸੱਚਾਈਆਂ ਸੀ ਉਸ ਨੂੰ ਸੰਸਾਰ ਦੇ ਸਾਹਮਣੇ ਪ੍ਰਗਟ ਕਰ ਦਿੱਤਾ। ਪਰ ਦੂਜੇ ਪਾਸੇ ਜਿਹੜੀ ਵਿਰੋਧੀ ਵਿਚਾਰਧਾਰਾ ਸੀ ਉਸਦੇ ਕੋਲ ਕੀ ਸੀ? ਉਹ ਕਹਿੰਦਾ, ਹਿੰਦ ਕੋ ਲੇਕਿਨ ਖਿਆਲੀ ਫਲਸਫੇ ਪਰ ਨਾਜ਼ ਥਾ। ਖਿਆਲ, ਮਿੱਥ, ਬਣਾਈ ਹੋਈ ਵਿਚਾਰਧਾਰਾ ਜਿਹੜੀ ਮਨੁੱਖਤਾ ਨੂੰ ਜਾਤ ਪਾਤ 'ਚ ਵੰਡਦੀ ਸੀ, ਜਿਹੜੀ ਵਰਗ ਵੰਡ ਦੇ ਵਿੱਚ ਵੰਡਦੀ ਸੀ, ਜਿਹੜੀ ਮਨੁੱਖਤਾ ਦੀਆਂ ਉੱਚ ਮਿਆਰੀ ਨੈਤਿਕ ਕਦਰਾਂ ਕੀਮਤਾਂ ਦਾ ਘਾਣ ਕਰਦੀ ਸੀ, ਇੱਕ ਬੰਨੇ ਉਹ ਇੰਨਾ ਪੁਰਾਣਾ 5000 ਸਾਲ ਤੋਂ ਚੱਲ ਰਿਹਾ ਉਹ ਫਲਸਫਾ ਹੈ ਜਿਹਦੇ ਵਿੱਚ ਲੁਕਾਈ ਨੂੰ ਧਰਮ ਦੇ ਨਾਂ ਦੇ ਉੱਪਰ ਲੁੱਟਿਆ ਜਾ ਰਿਹਾ ਹੈ, ਤੇ ਇੱਕ ਪਾਸੇ ਗੁਰੂ ਨਾਨਕ ਸਾਹਿਬ ਦੀ ਉਹ ਵਿਚਾਰਧਾਰਾ ਹੈ ਕਿ ਜ਼ਿੰਦਗੀ ਦੀਆਂ ਸੱਚਾਈਆਂ ਨੂੰ ਇੰਨੇ ਥੋੜ੍ਹੇ ਸਮੇਂ ਦੇ ਵਿੱਚ ਇੰਨਾ ਲੰਬਾ ਸਫ਼ਰ ਤੈਅ ਕਰਕੇ ਪ੍ਰਗਟ ਕਰ ਦਿੱਤਾ। ਆਸ਼ਕਾਰ ਉਸਨੇ ਕੀਆ ਜ਼ਿੰਦਗੀ ਕੇ ਰਾਜ਼ ਕੋ, ਹਿੰਦ ਕੋ ਲੇਕਿਨ ਖਿਆਲੀ ਫਲਸਫੇ ਪਰ ਨਾਜ਼ ਥਾ। ਹੁਣ ਇਹਦਾ ਤੀਜਾ ਪੱਖ ਫਿਰ ਇੱਕ ਸਾਡੇ ਸਾਹਮਣੇ ਆ ਜਾਂਦਾ ਹੈ ਕਿ ਅਜੇ ਵੀ ਉਹ ਸੱਚਾਈਆਂ ਸਾਡੀ ਜ਼ਿੰਦਗੀ ਦਾ ਹਿੱਸਾ ਕਿਉਂ ਨਾ ਬਣ ਸਕੇ। ਜਿਹੜੀਆਂ ਸਮੱਸਿਆਵਾਂ, ਜਿਹੜੇ ਕਰਮਕਾਂਡ, ਜਿਹੜੇ ਵਹਿਮ, ਜਿਸ ਤਰ੍ਹਾਂ ਦੀਆਂ ਸਾਡੀ ਜ਼ਿੰਦਗੀ ਦੇ ਝੰਝਟ ਗੁਰੂ ਨਾਨਕ ਸਾਹਿਬ ਦੇ ਸਮੇਂ ਨੇ, ਅੱਜ ਵੀ ਉਹ ਸਮੱਸਿਆਵਾਂ ਕਿਉਂ? ਜਾਂ ਤਾਂ ਅਸੀਂ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ, ਅਤੇ ਜਾਂ ਫਿਰ ਜੋ ਸਾਨੂੰ ਦੱਸਿਆ ਗਿਆ ਉਹ ਗੁਰੂ ਸਾਹਿਬ ਦੀ ਵਿਚਾਰਧਾਰਾ ਵੀ ਨਹੀਂ ਸੀ। ਅਤੇ ਇਸ ਪੱਖ ਤੋਂ ਵੀ ਡਾਕਟਰ ਮੁਹੰਮਦ ਇਕਬਾਲ ਨੇ ਬੜੇ ਪਿਆਰੇ ਸ਼ਬਦਾਂ 'ਚ ਕਹਿ ਦਿੱਤਾ ਹੈ। ਉਸਨੇ ਕਿਹਾ, ਸ਼ਮਾ ਇੱਕ ਹੋ ਮਨੋਵਰ ਜੇ ਐਸੀ ਮਹਿਫਿਲ ਨਾ ਥੀ। ਕਹਿੰਦਾ, ਮੈਨੂੰ ਅਫਸੋਸ ਲੱਗਦਾ ਇਸ ਗੱਲ 'ਤੇ ਕਿ ਗਿਆਨ ਦੀ ਸ਼ਮਾ, ਗਿਆਨ ਦਾ ਪ੍ਰਕਾਸ਼ ਜਿਹੜਾ ਗੁਰੂ ਨਾਨਕ ਸਾਹਿਬ ਨੇ ਕੀਤਾ ਨਾ, ਇਸ ਮਹਿਫਿਲ ਦੇ ਲੋਕ ਉਸ ਪ੍ਰਕਾਸ਼ ਨੂੰ ਸਮਝਣਾ ਹੀ ਨਹੀਂ ਚਾਹੁੰਦੇ। ਸ਼ਮਾ ਇਹ ਹੱਕ ਹੋ ਮਨੋਵਰ ਜੇ ਐਸੀ ਮਹਿਫਿਲ ਨਾ ਥੀ, ਬਾਰਿਸ਼ ਰਹਿਮਤ ਹੋਈ ਲੇਕਿਨ ਜ਼ਮੀਂ ਕਾਬਿਲ ਨਾ ਥੀ। ਗੁਰੂ ਨਾਨਕ ਸਾਹਿਬ ਨੇ ਤਾਂ ਆਪਣੀ ਰਹਿਮਤ ਦੀ ਬਰਸਾਤ ਕਰ ਦਿੱਤੀ, ਪਰ ਸਾਡੀ ਮਾਨਸਿਕਤਾ ਦੀ ਜ਼ਮੀਨ ਉਸ ਕਾਬਲ ਹੀ ਨਹੀਂ ਸੀ ਜਿਹੜੀ ਉਸ ਬਾਰਿਸ਼ ਦੀ ਰਹਿਮਤ ਨੂੰ ਸਮਝ ਸਕਦੀ। ਔਰ ਜਿਉਂ ਜਿਉਂ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਜੀਵਨ ਦੀਆਂ ਆਸ਼ਕਾਰ ਕੀਤੀਆਂ ਸੱਚਾਈਆਂ ਨੂੰ ਸਮਝਣ ਦੀ ਕੋਸ਼ਿਸ਼ ਕਰੀਦੀ ਹੈ, ਹਰ ਪੱਖ ਵਿਲੱਖਣ ਹੈ, ਹਰ ਪੱਖ ਇੱਕ ਰਹੱਸ ਦੇ ਵਿੱਚ ਹੈ, ਇੱਕ ਰਮਜ਼ ਦੇ ਵਿੱਚ ਹੈ। ਕਈ ਵਾਰ ਮੈਨੂੰ ਤੀਸਰੇ ਪਾਤਸ਼ਾਹ ਦੇ ਜੀਵਨ ਦੀ ਇੱਕ ਘਟਨਾ ਆ ਜਾਂਦੀ ਹੈ। ਸਭ ਤੋਂ ਵਡੇਰੀ ਉਮਰ ਦੇ ਵਿੱਚ ਗੁਰਤਾ ਗੱਦੀ 'ਤੇ ਬਿਰਾਜਮਾਨ ਹੁੰਦੇ ਨੇ, ਅਤੇ ਗੁਰਤਾ ਗੱਦੀ 'ਤੇ ਬਿਰਾਜਮਾਨ ਹੋਣ ਤੋਂ ਬਾਅਦ ਵੀ ਸੰਗਤ ਦੇ ਵਿੱਚ ਜਿਹੜੀ ਸੇਵਾ ਪਹਿਲਾਂ ਨਿਭਾਇਆ ਕਰਦੇ ਸੀ ਉਹੀ ਸੇਵਾ ਵਡੇਰੀ ਆਜੂ ਦੇ ਵਿੱਚ ਨਿਭਾ ਰਹੇ ਨੇ। ਅਤੇ ਉਸ ਸਮੇਂ ਇਸਲਾਮ ਜਗਤ ਦਾ ਇੱਕ ਬਹੁਤ ਮਸ਼ਹੂਰ ਫਕੀਰ ਹੋਇਆ, ਉਸਦਾ ਨਾਮ ਸੀ, ਤੁਸੀਂ ਅਕਸਰ ਪੰਜਾਬ ਦੀਆਂ ਲੋਕ ਧਾਰਾਵਾਂ ਦੇ ਵਿੱਚ ਖਾਸ ਕਰਕੇ ਮਿਰਜ਼ੇ ਦੇ ਵਿੱਚ ਉਸਦਾ ਨਾਮ ਆਉਂਦਾ ਹੈ, ਹੁਜ਼ਰੇ ਸ਼ਾਹ ਮੁਕੀਮ ਦੇ ਇੱਕ ਜੱਟੀ ਅਰਜ਼ ਕਰੇ।
ਉਸ ਜਗ੍ਹਾ ਦਾ ਨਾਮ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਸ ਇਮਾਰਤ ਦੇ ਵਿੱਚ ਜਿਸ ਕੋਠੇ ਦੇ ਵਿੱਚ ਇਬਾਦਤ ਕੀਤੀ ਜਾਂਦੀ ਉਸਨੂੰ ਹੁਜ਼ਰਾ ਕਿਹਾ ਜਾਂਦਾ। ਅਤੇ ਮੁਹੰਮਦ ਸ਼ਾਹ ਮੋਹਕੀਮ ਉਸ ਵੇਲੇ ਇਸਲਾਮ ਦਾ ਬਹੁਤ ਵੱਡਾ ਫਕੀਰ ਹੈ। ਅੱਜ ਵੀ ਪਾਕਿਸਤਾਨ ਦੇ ਵਿੱਚ ਸ਼ਾਹ ਮੋਹਕੀਮ ਦੇ ਹੁਜ਼ਰੇ ਦੀ ਬਹੁਤ ਜ਼ਿਆਦਾ ਮਾਨਤਾ। ਜਦੋਂ ਉਸਨੇ ਸੁਣਿਆ ਕਿ ਇੰਨੀ ਵਡੇਰੀ ਉਮਰ ਦੇ ਵਿੱਚ ਗੁਰੂ ਪਾਤਸ਼ਾਹ ਗੁਰਤਾ ਗੱਦੀ 'ਤੇ ਬਿਰਾਜਮਾਨ ਨੇ, ਉਸ ਦੇ ਬਾਵਜੂਦ ਵੀ ਉਹਨਾਂ ਦੀ ਜ਼ਿੰਦਗੀ ਦਾ ਕਾਰ ਵਿਹਾਰ ਉਹ ਹੈ ਜਿਹੜਾ ਗੁਰਤਾ ਗੱਦੀ ਦੇ ਉੱਪਰ ਬਿਰਾਜਮਾਨ ਹੋਣ ਤੋਂ ਪਹਿਲਾਂ ਸੀ, ਅਤੇ ਮਨ ਦੇ ਵਿੱਚ ਕੁਝ ਸਵਾਲ ਪੈਦਾ ਹੋਏ। ਅਤੇ ਆਪਣੇ ਚਾਰ ਹੋਰ ਸਾਥੀਆਂ ਨੂੰ ਲੈ ਕੇ, ਜਿਨ੍ਹਾਂ 'ਚ ਖਵਾਜ਼ਾ ਬਿਹਾਰੀ, ਅਹਿਮਦ ਸ਼ਾਹ, ਸ਼ਾਹ ਮਸਕੀਨ ਅਤੇ ਮੁਹੰਮਦ ਸ਼ਾਹ ਮੋਹਕੀਮ ਹੁਜ਼ਰੇ ਵਾਲਾ, ਇਹ ਇਸਲਾਮ ਦੇ ਮੰਨੇ ਪਰਮੰਨੇ ਚਾਰ ਫਕੀਰ ਜਿਹੜੇ ਨੇ ਗੁਰੂ ਪਾਤਸ਼ਾਹ ਦੇ ਦਰ ਆ ਜਾਂਦੇ ਨੇ, ਆ ਕੇ ਇੱਕ ਸਵਾਲ ਕਰਦੇ ਨੇ, ਬੜਾ ਅਹਿਮ ਹੈ। ਜਦੋਂ ਵੇਖਦੇ ਨੇ ਕਿ ਗੁਰੂ ਸਾਹਿਬ ਗੁਰਤਾ ਗੱਦੀ ਦੇ ਵਾਰਸ ਨੇ, ਗੁਰੂ ਨਾਨਕ ਸਾਹਿਬ ਦੀ ਜੋਤ ਉਹਨਾਂ ਦੇ ਵਿੱਚ ਹੈ, ਜਾਮਾ ਤਬਦੀਲ ਹੋ ਚੁੱਕਾ ਹੈ, ਗੁਰੂ ਨਾਨਕ ਦੀ ਗੱਦੀ ਦੇ ਤੀਸਰੇ ਵਾਰਸ ਨੇ, ਪਰ ਸੰਗਤ ਦੇ ਵਿੱਚ ਉਹੀ ਸੇਵਾ ਕਰ ਰਹੇ ਨੇ, ਲੰਗਰ ਦੇ ਵਿੱਚ ਵੀ ਸੇਵਾ ਕਰਦੇ ਨੇ, ਆਏ ਗਈ ਸੰਗਤ ਦੀ ਅਭਿਆਗਤਾਂ ਦੀ ਪੂਰੀ ਸਾਂਭ ਸੰਭਾਲ ਦਾ ਕੰਮ ਕਰਦੇ ਨੇ। ਜੋ ਜ਼ਿੰਦਗੀ ਦੀ ਪਹਿਲਾ ਕਾਰ ਸੀ ਗੁਰਤਾ ਗੱਦੀ 'ਤੇ ਬਿਰਾਜਮਾਨ ਹੋਣ ਤੋਂ ਬਾਅਦ ਵੀ ਉਹੀ ਕਾਰ ਜ਼ਿੰਦਗੀ ਦੀ ਚੱਲ ਰਹੀ ਹੈ। ਉਸਨੇ ਇੱਕ ਸਵਾਲ ਬੜਾ ਪਿਆਰਾ ਕੀਤਾ, ਕਹਿੰਦਾ ਪਾਤਸ਼ਾਹ ਇੱਕ ਸਵਾਲ ਪੁੱਛਣਾ ਚਾਹੁੰਦਾ ਕਿ ਜਦੋਂ ਦੁੱਧ ਨੂੰ ਜਾਗ ਲਾਉਣ ਤੋਂ ਬਾਅਦ ਮੱਖਣ ਕੱਢ ਲਈਏ ਅਤੇ ਫਿਰ ਲੱਸੀ ਨੂੰ ਰਿੜਕਣ ਦਾ ਕੀ ਫਾਇਦਾ। ਉਹਦਾ ਕਹਿਣ ਤੋਂ ਭਾਵ ਸੀ ਕਿ ਰੂਹਾਨੀ ਖੇਤਰ ਦੇ ਵਿੱਚ, ਅਧਿਆਤਮਕ ਵਾਦ ਦੇ ਵਿੱਚ ਸਭ ਤੋਂ ਉੱਚਾ ਮੁਕਾਮ ਗੁਰੂ ਨਾਨਕ ਦੀ ਗੱਦੀ ਦੇ ਵਾਰਸ ਹੋਣ ਦਾ ਤੁਹਾਨੂੰ ਇਹ ਮੁਕਾਮ ਤਾਂ ਮਿਲ ਚੁੱਕਾ, ਹੁਣ ਸੇਵਾ ਕਰਨ ਦੇ ਕੀ ਲੋੜ ਫਾਇਦਾ, ਹੁਣ ਕਿਉਂ ਸੇਵਾ ਕਰ ਰਹੇ ਹੋ। ਉਸਨੇ ਦੂਜਾ ਪ੍ਰਮਾਣ ਦਿੱਤਾ ਕਿ ਜਦੋਂ ਜਵਾਨ ਬਾਲੜੀ ਦਾ ਵਿਆਹ ਕਰ ਦਿੱਤਾ ਜਾਵੇ ਤੇ ਫਿਰ ਗੁੱਡੀਆਂ ਪਟੋਲਿਆਂ ਦੇ ਨਾਲ ਖੇਡਣ ਦਾ ਕੀ ਲਾਭ। ਇਹ ਉਸਦਾ ਸਵਾਲ ਸੀ। ਪਾਤਸ਼ਾਹ ਨੇ ਬੜੇ ਪਿਆਰ ਦੇ ਨਾਲ ਉਸਦੇ ਸਵਾਲ ਨੂੰ ਸੁਣਿਆ ਤੇ ਕਹਿੰਦੇ, ਸ਼ਾਹ ਮੋਹਕੀਮ ਜੀ, ਹੁਣ ਮੈਂ ਤੁਹਾਡੇ ਸਵਾਲ ਦਾ ਜਵਾਬ ਦੇਣਾ ਚਾਹੁੰਦਾ। ਕਹਿੰਦੇ, ਮੰਨ ਲਓ ਇੱਕ ਬੰਦਾ ਰੋਜ਼ ਰੇਤ ਛਾਣਦਾ ਹੈ, ਰੋਜ਼ ਰੇਤ ਛਾਣਦਾ ਹੈ, ਤੇ ਇੱਕ ਦਿਨ ਰੇਤ ਛਾਣਦਿਆਂ ਛਾਣਦਿਆਂ ਉਸ ਰੇਤ ਦੇ ਵਿੱਚੋਂ ਉਸਨੂੰ ਇੱਕ ਕੀਮਤੀ ਲਾਲ ਲੱਭ ਜਾਂਦਾ ਹੈ, ਤੇ ਉਸ ਕੀਮਤੀ ਲਾਲ ਦੀ ਪ੍ਰਾਪਤੀ ਤੋਂ ਬਾਅਦ ਕੀ ਉਸਨੂੰ ਰੇਤ ਛਾਣਨੀ ਛੱਡ ਦੇਣੀ ਚਾਹੀਦੀ ਹੈ? ਇਸ ਸੇਵਾ ਦੇ ਵਿੱਚੋਂ ਹੀ ਤਾਂ ਮੈਨੂੰ ਗੁਰਦਾ ਗੱਦੀ ਦਾ ਮਾਣਕ ਮੋਤੀ ਮਿਲਿਆ, ਤੇ ਜਿਸ ਚੀਜ਼ ਦੇ ਵਿੱਚੋਂ ਮਿਲਿਆ, ਜਿਸ ਮੁਸ਼ਕਤ ਦੇ ਵਿੱਚੋਂ ਮਿਲਿਆ, ਮੈਂ ਉਸ ਮੁਸ਼ਕਤ ਨੂੰ ਛੱਡ ਨਹੀਂ ਸਕਦਾ। ਜੋ ਕੁਛ ਵੀ ਮੈਨੂੰ ਮਿਲਿਆ ਉਹ ਮੈਨੂੰ ਸੇਵਾ ਦੇ ਵਿੱਚੋਂ ਮਿਲਿਆ, ਤੇ ਜਿਸ ਸੇਵਾ ਦੇ ਵਿੱਚੋਂ ਮੈਨੂੰ ਇਹ ਰਹਿਮਤ ਮਿਲੀ ਹੈ, ਮੈਂ ਇਸ ਸੇਵਾ ਨੂੰ ਛੱਡ ਨਹੀਂ ਸਕਦਾ, ਕਿਉਂਕਿ ਇਸ ਰਹਿਮਤ ਦਾ ਆਧਾਰ ਤਾਂ ਮੇਰੀ ਗੁਰੂ ਦਰ ਦੇ ਉੱਪਰ ਕੀਤੀ ਹੋਈ ਸੇਵਾ ਹੈ ਜਿਹੜੀ ਪ੍ਰਵਾਨ ਹੋਈ। ਇਹ ਤੀਸਰੇ ਪਾਤਸ਼ਾਹ ਦਾ ਜਵਾਬ ਹੈ। ਕਿੰਨਾ ਪਿਆਰਾ ਜਵਾਬ ਹੈ। ਇਹੀ ਹਾਲ ਮੈਨੂੰ ਜਦੋਂ ਗੁਰੂ ਨਾਨਕ ਸਾਹਿਬ ਦੇ ਇਤਿਹਾਸ ਦੇ ਬਾਰੇ, ਵਿਚਾਰਧਾਰਾ ਦੇ ਬਾਰੇ ਖੋਜ ਕਰਦਾ ਨਾ, ਤਾਂ ਮੈਨੂੰ ਇੰਝ ਲੱਗਦਾ ਕਿ ਜਦੋਂ ਵੀ ਅਸੀਂ ਪ੍ਰਾਪਤਨ ਸਰੋਤਾਂ ਦੀ ਰੇਤ ਨੂੰ ਛਾਣਦੇ ਹਾਂ, ਗੁਰੂ ਨਾਨਕ ਸਾਹਿਬ ਦੀ ਜ਼ਿੰਦਗੀ ਦੇ ਬਾਰੇ ਇੱਕ ਵੱਖਰਾ ਮਾਣਕ ਮੋਤੀ ਮਿਲਦਾ। ਅਤੇ ਮੈਨੂੰ ਫਿਰ ਭਾਈ ਨੰਦ ਲਾਲ ਦੇ ਜੋ ਗੁਰੂ ਨਾਨਕ ਸਾਹਿਬ ਦੇ ਵਸਫ ਦੇ ਵਿੱਚ, ਸਿਫਤ ਦੇ ਵਿੱਚ ਕਹੇ ਗਏ ਬੋਲ ਨੇ, ਉਹ ਯਾਦ ਆ ਜਾਂਦੇ ਨੇ। ਨੰਦ ਲਾਲ ਕਹਿੰਦੇ ਨੇ ਕਿ ਤੁਸੀਂ ਵਿਚਾਰਧਾਰਾ ਨੂੰ ਵੀ ਛੱਡ ਦਿਓ, ਤੁਸੀਂ ਗੁਰੂ ਨਾਨਕ ਸਾਹਿਬ ਦੇ ਜੀਵਨ ਚਰਿੱਤਰ ਨੂੰ ਵੀ ਛੱਡ ਦਿਓ, ਤੁਸੀਂ ਗੁਰੂ ਨਾਨਕ ਸਾਹਿਬ ਦੇ ਇਤਿਹਾਸਕ ਦਰਸ਼ਨ ਨੂੰ ਵੀ ਛੱਡ ਦਿਓ, ਤੁਸੀਂ ਸਿਰਫ ਆਪਣਾ ਮਨ ਗੁਰੂ ਨਾਨਕ ਸਾਹਿਬ ਦੇ ਨਾਮ ਦੇ ਉੱਪਰ ਕੇਂਦਰਿਤ ਕਰੋ, ਸਿਰਫ ਨਾਮ ਦੇ ਉੱਪਰ ਕੇਂਦਰਿਤ ਕਰੋ।
ਤੇ ਨੰਦ ਲਾਲ ਕੀ ਕਹਿੰਦੇ ਨੇ, ਐ ਗੁਰੂ ਨਾਨਕ ਜਿਨ੍ਹਾਂ ਨੇ ਤੇਰਾ ਨਾਮ ਲੈ ਲਿਆ ਨਾ ਤੇ ਤੇਰੇ ਨਾਮ ਦੇ ਅਰਥ ਨੂੰ ਸਮਝ ਲਿਆ, ਉਹਨਾਂ ਦੇ ਕੋਲ ਇੰਨੀ ਵੱਡੀ ਰਹਿਮਤ ਤੇ ਇੰਨੀ ਵੱਡੀ ਦਾਤ ਆ ਗਈ ਨਾ। ਬਸ ਗੱਲ ਇਹ ਹੈ ਕਿ ਗੁਰੂ ਨਾਨਕ ਸਾਹਿਬ ਦੇ ਨਾਮ ਨੂੰ ਸਮਝਣਾ। ਜਦੋਂ ਗੁਰੂ ਨਾਨਕ ਸਾਹਿਬ ਦਾ ਨਾਮ ਅਸੀਂ ਉਰਦੂ ਦੇ ਵਿੱਚ ਜਾਂ ਫਾਰਸੀ ਦੇ ਵਿੱਚ ਲਿਖਣਾ ਹੋਵੇ ਤੇ ਚਾਰ ਅੱਖਰ ਪੈਂਦੇ ਨੇ, ਨੂਨ ਅਲਫ ਨੂਨ ਔਰ ਕਾਫ। ਪੰਜਾਬੀ ਦੇ ਵਿੱਚ ਵੀ ਇਹੀ ਚਾਰ ਨੇ, ਨੰਨਾ ਨੰਨੇ ਨੂੰ ਕੰਨਾ ਨੰਨਾ ਔਰ ਕੱਕਾ। ਨੰਦ ਲਾਲ ਕਹਿੰਦੇ ਨੇ, ਦੋਏ ਨੂਨ ਪਾਕਿਸ਼ ਤੇਰੇ ਨਾਮ ਦੇ ਵਿੱਚ ਆਏ ਦੋ ਨੂਨ ਦੋ ਨੰਨੇ ਬਹੁਤ ਹੀ ਪਵਿੱਤਰ ਨੇ। ਸਿਰਫ ਨਾਮ ਦੀ ਪਰਿਭਾਸ਼ਾ ਕਿੰਨੀ ਉੱਚੀ। ਐ ਗੁਰੂ ਪਾਤਸ਼ਾਹ ਤੇਰੇ ਨਾਮ ਦੇ ਵਿੱਚ ਆਏ ਦੋ ਨੂਨ ਬੜੇ ਹੀ ਪਾਕਿਸ਼ ਨੇ, ਕਿਉਂਕਿ ਇਹਨਾਂ ਦਾ ਭਾਵ ਹੈ ਨਈਮ ਵ ਨਸੀਰ, ਨੇਕੀ ਕਰਨ ਵਾਲਾ ਤੇ ਰਹਿਮਤ ਕਰਨ ਵਾਲਾ, ਨਈਮ ਵ ਨਸੀਰ। ਫਿਰ ਅਗਲਾ ਅੱਖਰ ਦੋਵਾਂ ਨੂੰ ਜੋੜਨ ਵਾਲਾ, ਅਲਫ ਮੈਨੇ ਆਹਦ, ਆਹਦ ਹੈ ਪ੍ਰਣ ਕਰ ਲੈਣਾ ਕਿ ਗੁਰੂ ਨਾਨਕ ਸਾਹਿਬ ਜਿਨ੍ਹਾਂ ਨੇ ਤੇਰੇ ਨਾਮ ਦੇ ਵਿੱਚੋਂ ਤੇਰੇ ਸ਼ਬਦ ਦੇ ਵਿੱਚੋਂ ਤੇਰੀ ਵਿਚਾਰਧਾਰਾ ਨੂੰ ਸਮਝਿਆ, ਗੁਰੂ ਨਾਨਕ ਨੇ ਅਹਿਦ ਕਰ ਦਿੱਤਾ ਕਿ ਮੈਂ ਤੁਹਾਡੇ ਨਾਲ ਨੇਕੀ ਵੀ ਕਰੂੰਗਾ, ਮੈਂ ਤੁਹਾਡੇ 'ਤੇ ਰਹਿਮਤ ਵੀ ਕਰੂੰਗਾ। ਕਾਫ ਆਖਰੀਨ ਕਬੀਰ, ਪਰ ਕਬੀਰ ਦਾ ਅਰਥ ਹੈ ਉੱਚਾ ਫਾਰਸੀ ਦੇ ਵਿੱਚ, ਪਰ ਉਹਨਾਂ ਦੇ ਉੱਪਰ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਨੂੰ ਉੱਚਾ ਕਰਕੇ ਮੰਨਿਆ ਹੈ। ਅਤੇ ਉਹ ਮੰਨਣ ਵਾਲੇ ਕੌਣ ਨੇ? ਅੱਗੇ ਫਿਰ ਨੰਦ ਲਾਲ ਕਹਿੰਦੇ ਨੇ, ਤਾਲਿਬੇ ਖਾਕ ਊ, ਤਾਲਿਬ ਤਲਬ ਰੱਖਣ ਵਾਲਾ ਵਿਦਿਆਰਥੀ। ਬਹੁ ਗਿਣਤੀ ਦੇ ਵਿੱਚ ਜਦੋਂ ਵਿਦਿਆਰਥੀ ਹੋਣ ਤਾਂ ਅਸੀਂ ਸ਼ਬਦ ਵਰਤਦੇ ਹਾਂ ਤਾਲਿਬਾਨ, ਤਾਲਿਬ ਦਾ ਭਾਵ ਹੈ ਇੱਕ ਵਿਦਿਆਰਥੀ, ਤਲਬ ਰੱਖਣ ਵਾਲਾ, ਇੱਛਾ ਰੱਖਣ ਵਾਲਾ, ਮਨ ਦੇ ਵਿੱਚ ਕਾਮਨਾ ਲੈ ਕੇ ਆਉਣ ਵਾਲਾ। ਤਾਲਿਬੇ ਖਾਕ ਊ, ਇਹ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਸਾਰੇ ਹੀ ਤੇਰੇ ਚਰਨਾਂ ਦੀ ਖਾਕ ਨੂੰ ਲੋੜਦੇ ਨੇ। ਹਰ ਖਾਸ ਉਹ ਆਮ, ਚਾਹੇ ਕੋਈ ਖਾਸ ਹੈ ਚਾਹੇ ਕੋਈ ਆਮ ਹੈ, ਚਾਹੇ ਮਲਾਇਕ ਸ਼ੁੱਧ ਚਾਹੇ ਹਾਜ਼ਰੀਨ ਤਮਾਮ, ਜਿਨ੍ਹਾਂ ਨੇ ਹਾਜ਼ਰੀ ਦੇ ਵਿੱਚ ਤੇਰੇ ਦੀਦਾਰ ਕਰ ਲਏ ਅਤੇ ਜਿਨ੍ਹਾਂ ਨੇ ਤੈਨੂੰ ਦੂਰੋਂ ਸੁਣ ਲਿਆ, ਉਹ ਸਾਰੇ ਹੀ ਤੇਰੇ ਚਰਨਾਂ ਦੀ ਖਾਕ ਨੂੰ ਲੋੜਦੇ ਨੇ। ਜਿਹੜਾ ਅਸੀਂ ਪਾਵਨ ਗੁਰਬਾਣੀ ਵਿੱਚ ਪੜ੍ਹਦੇ ਹਾਂ, ਗੁਰ ਨਾਨਕ ਜਿਨ ਸੁਣਿਆ ਵੇਖਿਆ ਸੇ ਫਿਰ ਗਰਬਾਸ ਨਾ ਭਰਿਆ ਰਹੇ। ਨੰਦ ਲਾਲ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਨਾਮ ਦੇ ਜਿਹੜੇ ਅਰਥ ਨੇ ਉਹਨਾਂ ਦੇ ਵਿੱਚੋਂ ਹੀ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਨੂੰ ਸਮਝਾ ਦਿੱਤਾ। ਅਤੇ ਮਾਫ ਕਰਨਾ, ਅਸੀਂ ਤੇ ਅਜੇ ਤੱਕ ਸਰੋਤਾਂ ਦੇ ਵਿੱਚੋਂ ਘੱਟਾ ਛਾਣਦੇ ਹਾਂ, ਅਸੀਂ ਤੇ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਨੂੰ ਸਮਝ ਹੀ ਨਹੀਂ ਸਕੇ। ਮੈਂ ਤੇ ਕਈ ਵਾਰੀ ਹੈਰਾਨ ਹੋ ਜਾਂਦਾ ਕਿ ਗੁਰੂ ਨਾਨਕ ਸਾਹਿਬ ਨੇ ਜ਼ਿੰਦਗੀ ਦੀਆਂ ਜਿਹੜੀਆਂ ਸੱਚਾਈਆਂ ਨੂੰ ਸਾਡੇ ਸਾਹਮਣੇ ਆਵਿਸ਼ਕਾਰ ਕੀਤਾ, ਉਹਨਾਂ ਦੇ ਭਾਵ ਅਰਥ ਕਿੰਨੇ ਉੱਚੇ ਨੇ। ਅਤੇ ਇੰਝ ਲੱਗਦਾ ਕਿ ਜਿਹੜੇ ਉਹਨਾਂ ਸਮਿਆਂ ਦੇ ਵਿੱਚ ਅੱਜ ਤੋਂ 550 ਸਾਲ ਪਹਿਲਾਂ ਭਾਵ ਅਰਥ ਸੀ, ਉਹਨਾਂ ਦੀ ਕੀਮਤ ਉਹਨਾਂ ਦੀ ਵੈਲਿਊ ਅੱਜ ਵੀ ਓਨੀ ਹੈ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਓਨੀ ਰਹੇਗੀ, ਕਿਉਂਕਿ ਉਹਨਾਂ ਸਾਰੇ ਪ੍ਰਮਾਣਾਂ ਦਾ ਆਧਾਰ ਸਾਰੀ ਮਨੁੱਖਤਾ ਦੇ ਉੱਪਰ ਮੁਨਸਰ ਹੈ। ਗੁਰੂ ਨਾਨਕ ਸਾਹਿਬ ਦੀਪਾਲਪੁਰ ਦੇ ਅੱਜ ਇਹ ਨਗਰ ਪਾਕਿਸਤਾਨ ਦੇ ਵਿੱਚ ਮਰਦਾਨਾ ਜੀ ਨਾਲ ਨੇ, ਸ਼ਾਮ ਪੈ ਗਈ, ਹਨੇਰਾ ਹੋ ਗਿਆ, ਰਾਤ ਵਿਸ਼ਰਾਮ ਕਰਨਾ ਸੀ ਅਤੇ ਨਗਰ ਦੇ ਵਿੱਚ ਕਿਸੇ ਨੂੰ ਪੁੱਛਿਆ ਕਿ ਵਿਸ਼ਰਾਮ ਕਰਨਾ ਹੈ, ਰਾਤ ਕੱਟਣੀ ਹੈ, ਕੋਈ ਸਰਾਮ ਕੋਈ ਜਗ੍ਹਾ ਹੈ
ਜਿੱਥੇ ਰਾਤ ਵਿਸ਼ਰਾਮ ਕੀਤਾ ਜਾ ਸਕੇ। ਅਤੇ ਇੱਕ ਸ਼ਰਾਰਤੀ ਜਿਹੇ ਮਨ ਚਲੇ ਜਿਹੇ ਨੇ, ਬੜੇ ਸ਼ਰਾਰਤੀ ਨੌਜਵਾਨ ਨੇ, ਜਿਸ ਤਰ੍ਹਾਂ ਕਈ ਆਪਣਾ ਇਹ ਮਕਸਦ ਹੀ ਜ਼ਿੰਦਗੀ ਦਾ ਇਹ ਬਣਾ ਕੇ ਤੁਰਦੇ ਨੇ ਕਿ ਹਰ ਇੱਕ ਦੇ ਉੱਪਰ ਟਿੱਪਣੀ ਕਰਨੀ ਹੈ, ਤਰਕ ਕਰਨਾ ਹੈ, ਕਿਸੇ ਨਾ ਕਿਸੇ ਤਰ੍ਹਾਂ ਦੇ ਨਾਲ ਕਿਸੇ ਦੇ ਨਾਲ ਮਜ਼ਾਕ ਉਡਾਉਣਾ ਹੈ। ਇੱਕ ਬੜੇ ਸ਼ਰਾਰਤੀ ਸੁਭਾਅ ਦੇ ਨੌਜਵਾਨ ਨੇ ਗੁਰੂ ਨਾਨਕ ਸਾਹਿਬ ਨੂੰ ਕਿਹਾ, ਹਾਂਜੀ ਬਿਲਕੁਲ, ਪਿੰਡ ਦੇ ਬਾਹਰ ਬਾਹਰ ਇੱਕ ਫਕੀਰ ਨੂਰ ਸ਼ਾਹ ਨੂਰੀ ਦਾ ਘਰ ਹੈ, ਸਰਾਂ ਹੈ, ਤੁਸੀਂ ਉੱਥੇ ਜਾ ਕੇ ਵਿਸ਼ਰਾਮ ਕਰ ਸਕਦੇ ਹੋ। ਗੁਰੂ ਨਾਨਕ ਸਾਹਿਬ ਚਲੇ ਗਏ। ਜਦੋਂ ਗਏ ਤਾਂ ਕੋਈ ਬਹੁਤ ਵੱਡਾ ਘਰ ਨਹੀਂ ਹੈ, ਇੱਕ ਛੋਟੀ ਜਿਹੀ ਝੌਂਪੜੀ ਹੈ। ਗੁਰੂ ਨਾਨਕ ਸਾਹਿਬ ਨੇ ਦਰਵਾਜ਼ਾ ਖੜਕਾਇਆ ਅਤੇ ਅੰਦਰੋਂ ਆਵਾਜ਼ ਆਈ, ਕੌਣ? ਪਾਤਸ਼ਾਹ ਨੇ ਆਪਣੇ ਬਾਰੇ ਦੱਸਿਆ ਅਤੇ ਨਾਲ ਹੀ ਕਿਹਾ, ਦਰਵਾਜ਼ਾ ਖੋਲ੍ਹ। ਕਹਿੰਦੇ, ਮੈਂ ਦਰਵਾਜ਼ਾ ਨਹੀਂ ਖੋਲ੍ਹ ਸਕਦਾ ਕਿਉਂਕਿ ਮੇਰਾ ਸਾਰਾ ਸਰੀਰ ਕੋਹੜ ਦੇ ਨਾਲ ਭਰਿਆ ਹੋਇਆ, ਨਾ ਤਾਂ ਕੋਈ ਮੇਰਾ ਚਿਹਰਾ ਵੇਖਣਾ ਚਾਹੁੰਦਾ ਹੈ ਅਤੇ ਨਾ ਕੋਈ ਮੈਨੂੰ ਆਪਣਾ ਚਿਹਰਾ ਵਿਖਾਉਣਾ ਚਾਹੁੰਦਾ ਹੈ। ਅਤੇ ਪਾਤਸ਼ਾਹ ਨੇ ਬਾਹਰੋਂ ਇੱਕ ਸਵਾਲ ਕੀਤਾ ਕਿ ਨੂਰ ਸ਼ਾਹ, ਫਿਰ ਜ਼ਿੰਦਗੀ ਦਾ ਨਿਰਵਾਹ ਕਿਵੇਂ ਹੁੰਦਾ ਹੈ, ਸਾਰਾ ਦਿਨ ਅੰਦਰ ਹੀ ਬੈਠਾ ਰਹਿੰਦਾ? ਬੜੇ ਪਿਆਰ ਦੇ ਨਾਲ ਕਹਿੰਦਾ, ਕਹਿੰਦਾ, ਮਹਾਤਮਾ ਜੀ, ਇਸ ਪਿੰਡ ਦੇ ਲੋਕ ਬਹੁਤ ਚੰਗੇ ਨੇ, ਵੇਖੋ ਉਹਦਾ ਚਿਹਰਾ ਨਹੀਂ ਵੇਖਣਾ ਚਾਹੁੰਦੇ, ਪਿੰਡ ਦੇ ਵਿੱਚੋਂ ਬਾਹਰ ਕੱਢਿਆ। ਕਹਿੰਦਾ, ਇਸ ਪਿੰਡ ਦੇ ਲੋਕ ਬਹੁਤ ਚੰਗੇ ਨੇ, ਬੜੇ ਨੇਕ ਨੀਅਤ ਨੇ, ਬੜੇ ਰਾਸ ਨੀਅਤ ਵਾਲੇ ਨੇ, ਬਹੁਤ ਦਇਆ ਵਾਲੇ ਨੇ, ਮਨ ਦੇ ਵਿੱਚ ਦਇਆ ਦੇ ਭਾਵ ਬਹੁਤ ਨੇ, ਮੈਨੂੰ ਵੇਖਣਾ ਨਹੀਂ ਚਾਹੁੰਦੇ, ਆਪਣਾ ਆਪ ਮੈਨੂੰ ਵਿਖਾਉਣਾ ਨਹੀਂ ਚਾਹੁੰਦੇ, ਪਰ ਮੇਰੀ ਝੌਂਪੜੀ ਦੇ ਬਾਹਰ ਜਿਹੜਾ ਛੋਟਾ ਜਿਹਾ ਕਾਸਾ ਪਿਆ ਹੈ ਨਾ, ਜਿਸ ਨੂੰ ਵੀ ਮੇਰੇ 'ਤੇ ਰਹਿਮ ਆਉਂਦਾ ਹੈ, ਉਹ ਉਸ ਦੇ ਵਿੱਚ ਰੋਟੀ ਜਾਂ ਖਾਣ ਦੇ ਵਾਸਤੇ ਕੁਛ ਪਾ ਜਾਂਦਾ ਅਤੇ ਅੱਧੀ ਰਾਤ ਨੂੰ ਮੈਂ ਉਸ ਕਾਸੇ ਦੇ ਵਿੱਚੋਂ ਉੱਠ ਕੇ ਖਾ ਲੈਂਦਾ, ਜਦੋਂ ਨਾ ਮੈਂ ਕਿਸੇ ਨੂੰ ਦਿਸਾਂ ਅਤੇ ਨਾ ਕੋਈ ਮੈਨੂੰ ਨਜ਼ਰ ਆਵੇ। ਪਾਤਸ਼ਾਹ ਨੇ ਕਿਹਾ, ਹੁਣ ਦਰਵਾਜ਼ਾ ਖੋਲ੍ਹ। ਜਦੋਂ ਪਾਤਸ਼ਾਹ ਨੇ ਇੰਨੇ ਪਿਆਰ ਦੇ ਨਾਲ ਕਿਹਾ, ਨੂਰ ਸ਼ਾਹ ਨੂੰ ਦਰਵਾਜ਼ਾ ਖੋਲ੍ਹਣਾ ਪਿਆ। ਅਤੇ ਉੱਥੇ ਗੁਰੂ ਨਾਨਕ ਸਾਹਿਬ ਨੇ ਇੱਕ ਬੜਾ ਪਿਆਰਾ ਸ਼ਬਦ ਉਚਾਰਿਆ, ਜਿਉ ਤਪਤ ਹੈ ਬਾਰੰਬਾਰ, ਤਪ ਤਪ ਖਪੇ ਬਹੁਤ ਵਿਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਬਿਲ ਆਏ। ਕਹਿੰਦੇ, ਨੂਰ ਸ਼ਾਹ, ਤੂੰ ਤੇ ਰੋਗੀ ਹੈ ਹੀ ਨਹੀਂ, ਤੂੰ ਤੇ ਅਰੋਗ ਹੈ, ਤੂੰ ਤਨ ਕਰਕੇ ਰੋਗੀ ਹੈ ਪਰ ਤੂੰ ਮਨ ਕਰਕੇ ਕਿੰਨਾ ਅਰੋਗ ਹੈ ਕਿ ਕੋਈ ਤੈਨੂੰ ਵੇਖਣਾ ਨਹੀਂ ਚਾਹੁੰਦਾ, ਫਿਰ ਵੀ ਤੇਰਾ ਮਨ ਦਇਆ ਦੇ ਨਾਲ ਭਰਿਆ ਹੈ ਕਿ ਲੋਕੀ ਕਿੰਨੇ ਚੰਗੇ ਨੇ, ਪਰ ਮੈਂ ਸੰਸਾਰ ਦੇ ਵਿੱਚ ਤਾਂ ਉਹਨਾਂ ਲੋਕਾਂ ਨੂੰ ਵੇਖ ਰਿਹਾ ਜਿਹੜੇ ਤਨ ਕਰਕੇ ਤੰਦਰੁਸਤ ਨੇ ਅਤੇ ਮਨ ਕਰਕੇ ਰੋਗੀ ਨੇ। ਬਿਲਕੁਲ ਵਿਲੱਖਣ ਘਟਨਾ ਹੈ। ਕਹਿੰਦੇ ਨੇ, ਨੂਰ ਸ਼ਾਹ, ਤੂੰ ਤਨ ਕਰਕੇ ਰੋਗੀ ਹੈ ਅਤੇ ਮਨ ਕਰਕੇ ਅਰੋਗ ਹੈ, ਪਰ ਮੈਂ ਤਾਂ ਉਹਨਾਂ ਲੋਕਾਂ ਨੂੰ ਵੇਖ ਰਿਹਾ ਜਿਹੜੇ ਤਨ ਕਰਕੇ ਅਰੋਗ ਨੇ ਔਰ ਮਨ ਕਰਕੇ ਰੋਗੀ ਨੇ। ਅਤੇ ਹੁਣ ਜੇ ਅਸੀਂ ਅੱਜ ਦੇ ਸਮੇਂ ਦੇ ਵਿੱਚ ਇਸ ਗੱਲ ਨੂੰ ਸਮਝੀਏ ਕਿ ਕੀ ਅਸੀਂ ਤਨ ਕਰਕੇ ਅਰੋਗ ਅਤੇ ਮਨ ਕਰਕੇ ਰੋਗੀ ਤਾਂ ਨਹੀਂ, ਔਰ ਇਹ ਜ਼ਿੰਦਗੀ ਦੀ ਸੱਚਾਈ ਹੈ ਕਿ ਅਸੀਂ ਮਨ ਕਰਕੇ ਰੋਗੀ ਹਾਂ, ਔਰ ਸਾਡੀ ਜ਼ਿੰਦਗੀ ਦੀਆਂ ਸਾਰੀਆਂ ਹੀ ਸਮੱਸਿਆਵਾਂ ਦਾ ਕਾਰਨ ਹੀ ਇਹ ਹੈ ਕਿ ਅਸੀਂ ਮਨ ਕਰਕੇ ਰੋਗੀ। ਅੱਜ ਅਸੀਂ ਦੁਖੀ ਇਸ ਕਰਕੇ ਨਹੀਂ ਹਾਂ ਕਿ ਮੇਰੇ ਕੋਲ ਰੋਟੀ ਨਹੀਂ ਹੈ, ਦੁਖੀ ਇਸ ਕਰਕੇ ਹੈ ਕਿ ਗਵਾਂਢੀ ਰੋਟੀ ਕਿਉਂ ਖਾ ਰਿਹਾ। ਮਨ ਕਰਕੇ ਰੋਗੀ ਇਸ ਕਰਕੇ ਨਹੀਂ ਹੈ ਕਿ ਮੇਰੇ ਕੋਲ ਆਹ ਵਸਤ ਨਹੀਂ ਹੈ, ਦੁਖੀ ਇਸ ਕਰਕੇ ਹੈ ਕਿ ਇਹ ਵਸਤ ਗਵਾਂਢੀ ਦੇ ਕੋਲ ਕਿਉਂ ਹੈ। ਜਿੰਨਾ ਵੀ ਸਾਡੇ ਅੱਜ ਮਾਨਸਿਕ ਰੋਗਾਂ ਦਾ ਆਧਾਰ ਹੈ, ਸਾਡੀਆਂ ਆਪਣੀਆਂ ਸਹੇੜੀਆਂ ਹੋਈਆਂ ਉਹ ਮਨੋਬਿਰਤੀਆਂ ਨੇ ਜਿਨ੍ਹਾਂ ਦੇ ਵਿੱਚੋਂ ਲੋਭ ਮੋਹ ਦੇ ਲਾਲਚ ਦਾ ਪੱਖ ਖਤਮ ਨਹੀਂ ਹੋ ਰਿਹਾ।
ਅਤੇ ਗੁਰੂ ਨਾਨਕ ਸਾਹਿਬ ਤਾਂ ਜਿੱਥੇ ਵੀ ਗਏ ਨੇ, ਜੇ ਅੱਜ ਅਸੀਂ ਹਿੰਦੁਸਤਾਨ ਦੀ ਗੱਲ ਲਈਏ ਤਾਂ ਅੱਜ ਜਦੋਂ ਇਸ ਦੇਸ਼ ਦੇ ਵਿੱਚ ਇੱਕ ਖਾਸ ਵਿਚਾਰਧਾਰਾ ਵਾਲੀ ਰਾਜਸੀ ਪਾਰਟੀ ਬਿਰਾਜਮਾਨ ਹੈ ਅਤੇ ਉਹਦੀਆਂ ਅਤੇ ਔਰੰਗਜ਼ੇਬ ਦੀਆਂ ਨੀਤੀਆਂ ਦੇ ਵਿੱਚ ਕੋਈ ਫਰਕ ਨਜ਼ਰ ਨਹੀਂ ਆਉਂਦਾ। ਕਿਸੇ ਸਮੇਂ ਔਰੰਗਜ਼ੇਬ ਕਹਿੰਦਾ ਸੀ ਅਸ ਸ਼ਰਾਂ ਤਹਿਤਮ ਸੈਫ, ਤਲਵਾਰ ਦੇ ਜ਼ੋਰ ਦੇ ਨਾਲ ਸਾਰਿਆਂ ਨੂੰ ਦੀਨੇ ਇਸਲਾਮ ਦੇ ਵਿੱਚ ਲੈ ਆਓ, ਅਤੇ ਅੱਜ ਰਾਜਸੀ ਗੱਦੀ ਦੇ ਜ਼ੋਰ ਦੇ ਉੱਪਰ ਕਿਹਾ ਜਾ ਰਿਹਾ ਕਿ ਸਾਰਿਆਂ ਨੂੰ ਹਿੰਦੂਤਵ ਦੇ ਦਾਇਰੇ ਦੇ ਵਿੱਚ ਲੈ ਆਓ। ਅੱਜ ਕਿਹਾ ਜਾ ਰਿਹਾ ਮੇਰਾ ਰੰਗ ਉੱਚਾ ਹੈ, ਜੇ ਤੂੰ ਜੈ ਸ਼੍ਰੀ ਰਾਮ ਕਹਿਣਾ ਤਾਂ ਇਸ ਦੇਸ਼ ਦੇ ਵਿੱਚ ਰਹਿ ਸਕਦਾ, ਨਹੀਂ ਤਾਂ ਤੂੰ ਗਦਾਰ ਹੈ, ਤੂੰ ਦੇਸ਼ ਧਰੋਹੀ ਹੈ। ਸੱਚ ਬੋਲਣ ਦੇ ਉੱਪਰ ਵੀ ਪਾਬੰਦੀ ਹੈ। ਔਰ ਇਹ ਸਮੱਸਿਆ ਗੁਰੂ ਸਾਹਿਬ ਦੇ ਸਮੇਂ ਵੀ ਸੀ। ਪਾਕਪਟਨ ਦੇ ਕੋਲ ਇੱਕ ਜਗ੍ਹਾ ਹੈ, ਉੱਥੇ ਇੱਕ ਬੜੇ ਮਸ਼ਹੂਰ ਫਕੀਰ ਹੋਏ ਨੇ, ਅੱਜ ਵੀ ਉਹਨਾਂ ਦਾ ਸਥਾਨ ਹੈ, ਮੀਆਂ ਮਿੱਠਾ ਜੀ। ਮੀਆਂ ਮਿੱਠਾ ਜੀ ਦੇ ਕੋਲ ਜਦੋਂ ਗੁਰੂ ਨਾਨਕ ਸਾਹਿਬ ਗਏ, ਅਤੇ ਇਸਲਾਮ ਦੀ ਇੱਕ ਪਰੰਪਰਾ ਹੈ ਕਿ ਇਸਲਾਮ ਦੀ ਧਾਰਮਿਕ ਵਿਚਾਰਧਾਰਾ ਦੇ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਇੱਕ ਖੁਦਾ ਹੈ ਅਤੇ ਇੱਕ ਹੀ ਉਸਦਾ ਰਸੂਲ ਹੈ ਪੈਗੰਬਰ, ਉਸ ਤੋਂ ਬਾਅਦ ਹੋਰ ਕੁਝ ਵੀ ਨਹੀਂ। ਜਦੋਂ ਨਮਾਜ਼ ਪੜ੍ਹੀ ਜਾਂਦੀ ਹੈ ਅਤੇ ਨਮਾਜ਼ ਤੋਂ ਪਹਿਲਾਂ ਜਦੋਂ ਅਜ਼ਾਨ ਦਿੱਤੀ ਜਾਂਦੀ ਹੈ ਅਤੇ ਅਜ਼ਾਨ ਦੇਣ ਵਾਲਾ ਅਰਬੀ ਦੇ ਵਿੱਚ ਪੜ੍ਹਦਾ ਹੈ ਲਾ ਇਲਾ ਇਲੱਲਾ ਮੁਹੰਮਦਨ ਰਸੂਲ ਅੱਲਾ, ਇੱਕ ਅੱਲਾ ਹੈ ਲਾ ਇਲਾ, ਉਹਦੇ ਵਰਗਾ ਹੋਰ ਕੋਈ ਨਹੀਂ ਅਤੇ ਮੁਹੰਮਦ ਤੋਂ ਬਾਅਦ ਰਸੂਲ ਕੋਈ, ਇਸਲਾਮ ਦੇ ਕੋਲ ਹੋਰ ਕੋਈ ਤੀਜੀ ਚੀਜ਼ ਨਹੀਂ ਹੈ। ਅਤੇ ਜਦੋਂ ਗੁਰੂ ਨਾਨਕ ਸਾਹਿਬ ਉੱਥੇ ਗਏ ਨੇ ਅਤੇ ਉਸ ਵੇਲੇ ਮੀਆਂ ਮਿੱਠਾ ਨੇ ਇੱਕ ਸਵਾਲ ਕੀਤਾ, ਉਸਨੇ ਕਿਹਾ ਇੱਕ ਖੁਦਾ ਇੱਕ ਰਸੂਲ ਕੈਸਾ ਕਲਮਾ ਦਰ ਕਬੂਲ, ਵੀ ਤੁਹਾਡੇ ਕੋਲ ਵੱਖਰਾ ਕੀ ਹੈ, ਸਾਡੇ ਕੋਲ ਤਾਂ ਸਭ ਕੁਝ ਹੈ, ਇੱਕ ਖੁਦਾ ਹੈ ਇੱਕ ਉਹਦਾ ਰਸੂਲ ਹੈ ਅਤੇ ਉਹਦਾ ਕਲਮਾ ਹੀ ਉਹਦੇ ਦਰ ਕਬੂਲ ਹੈ, ਤੁਹਾਡੇ ਕੋਲ ਵੱਖਰਾ ਕੀ ਹੈ। ਗੁਰੂ ਨਾਨਕ ਸਾਹਿਬ ਨੇ ਬੜਾ ਪਿਆਰਾ ਜਵਾਬ ਦਿੱਤਾ ਹੈ, ਉਹਨੇ ਕਿਹਾ ਨਹੀਂ ਮੀਆਂ ਮਿੱਠਾ ਜੀ ਇੰਝ ਨਹੀਂ, ਇੱਕ ਖੁਦਾ ਅਨੇਕ ਰਸੂਲ, ਪਰਮਾਤਮਾ ਬੇਸ਼ੱਕ ਇੱਕ ਹੈ ਪਰ ਉਹਦੇ ਨਾਲ ਮਿਲਾਪ ਕਰਾਉਣ ਵਾਲੇ ਉਹਦਾ ਰਾਹ ਦੱਸਣ ਵਾਲੇ ਅਨੇਕਾਂ ਹੋ ਸਕਦੇ ਨੇ, ਪਰ ਜਿਹੜਾ ਵੀ ਰਾਹ ਦੱਸ ਰਿਹਾ ਹੈ ਕਲਮਾ ਉਹਦੇ ਦਰ ਕਬੂਲ ਕਿਹੜਾ ਹੈ। ਗੁਰੂ ਨਾਨਕ ਸਾਹਿਬ ਨੇ ਕਿਹਾ ਨੀਅਤ ਰਾਸ ਦਰਗਹਿ ਕਬੂਲ, ਜੇਕਰ ਨੀਅਤ ਰਾਸ ਹੈ, ਇਮਾਨਦਾਰੀ ਹੈ, ਜੀਵਨ ਦੇ ਵਿੱਚ ਸੱਚ ਹੈ ਤਾਂ ਉਹੀ ਕਲਮਾ ਉਸ ਖੁਦਾ ਦੀ ਦਰਗਾਹ ਕਬੂਲ ਹੈ। ਕਿਸੇ ਵੀ ਧਰਮ ਦੇ ਵਿੱਚ ਰਹਿ ਕੇ ਜੇਕਰ ਤੁਸੀਂ ਮਨੁੱਖਤਾ ਦੀਆਂ ਉੱਚ ਮਿਆਰੀ ਨੈਤਿਕ ਕਦਰਾਂ ਕੀਮਤਾਂ ਸੱਚ ਇਮਾਨਦਾਰੀ ਔਰ ਧਰਮ ਦੀ ਵਿਚਾਰਧਾਰਾ ਦੇ ਉੱਪਰ ਚੱਲਣ ਨੂੰ ਧਾਰਨ ਕਰਦੇ ਹੋ ਤੇ ਖੁਦਾ ਦੇ ਦਰਗਾਹ ਵਿੱਚ ਤੁਸੀਂ ਕਬੂਲ ਹੋ। ਵਿਚਾਰਧਾਰਾ ਇਹ ਨਹੀਂ ਹੈ ਕਿ ਇੱਕ ਖੁਦਾ ਤੇ ਇੱਕ ਰਸੂਲ, ਗੁਰੂ ਨਾਨਕ ਸਾਹਿਬ ਕਹਿੰਦੇ ਨੇ ਇੱਕ ਖੁਦਾ ਅਨੇਕ ਰਸੂਲ ਨੀਅਤ ਪਾਕ ਦਰਗਹਿ ਕਬੂਲ, ਕਿ ਜਿਹੜੀ ਪਾਕ ਨੀਅਤ ਹੈ, ਜਿਹੜੀ ਪਵਿੱਤਰ ਨੀਅਤ ਹੈ, ਜਿਹੜਾ ਚੰਗੇ ਅਤੇ ਸੱਚੇ ਮਨ ਦੇ ਨਾਲ ਉਸਦੇ ਨਾਲ ਜੁੜਨਾ ਹੈ, ਉਹ ਕਿਸੇ ਵੀ ਧਰਮ ਦੇ ਵਿੱਚ ਰਹਿ ਕੇ ਤੁਸੀਂ ਉਸ ਪਰਮਾਤਮਾ ਦੇ ਨਾਲ ਜੁੜ ਸਕਦੇ ਹੋ। ਔਰ ਦਸਵੇਂ ਜਾਮੇ ਦੇ ਵਿੱਚ ਤਾਂ ਗੁਰਦੇਵ ਪਾਤਸ਼ਾਹ ਨੇ ਜਿਹੜਾ ਸਾਨੂੰ ਉਪਦੇਸ਼ ਗੁਰੂ ਨਾਨਕ ਸਾਹਿਬ ਦੀ ਇਸ ਵਿਚਾਰਧਾਰਾ 'ਚੋਂ ਦੇ ਦਿੱਤਾ ਹੈ ਨਾ। ਮੈਂ ਦਸਵੇਂ ਗੁਰੂ ਸਾਹਿਬਾਨ ਦੀ ਗੱਲ ਇਸ ਕਰਕੇ ਕੀਤੀ ਹੈ, ਅੱਜ ਬੜੇ ਪੰਜਾਬ ਦੇ ਵਿੱਚ ਡੇਰੇ ਨੇ, ਜੇ ਅਸੀਂ ਗੁਰੂ ਨਾਨਕ ਸਾਹਿਬ ਨੂੰ ਤਾਂ ਮੰਨਦੇ ਹਾਂ ਪਰ ਗੁਰੂ ਗੋਬਿੰਦ ਸਿੰਘ ਦਾ ਨਾਮ ਲੈਣ ਨੂੰ ਤਿਆਰ ਨਹੀਂ, ਅਸੀਂ ਸਿਰਫ ਗੁਰੂ ਨਾਨਕ ਸਾਹਿਬ ਨੂੰ ਮੰਨਦੇ। ਮੈਂ ਵਿਦੇਸ਼ ਦੇ ਵਿੱਚ ਸੀ ਕਿਤੇ ਅਤੇ ਮੇਰਾ ਲੈਕਚਰ ਸੀ ਅਤੇ ਲੈਕਚਰ ਤੋਂ ਪਹਿਲਾਂ ਮੈਨੂੰ ਪ੍ਰਬੰਧਕ ਸਾਹਿਬਾਨ ਕੀ ਕਹਿੰਦੇ ਨੇ, ਜੇ ਸਿਰਫ ਗੁਰੂ ਨਾਨਕ ਸਾਹਿਬ ਦੀ ਗੱਲ ਕਰਿਓ, ਚਿੜੀ ਵਾਲੇ ਬਾਬਾ ਜੀ ਦੀ ਗੱਲ ਨਾ ਕਰਿਓ, ਉਹ ਬਾਜ਼ ਨੂੰ ਵੀ ਚਿੜੀ ਸਮਝ ਰਹੇ ਨੇ, ਇੰਨੇ ਦੂਰ ਨੇ ਗੁਰੂ ਸਾਹਿਬ ਦੀ ਵਿਚਾਰਧਾਰਾ ਤੋਂ। ਸਿਰਫ ਗੁਰੂ ਨਾਨਕ ਸਾਹਿਬ ਦੀ ਗੱਲ ਕਰਿਓ
ਚਿੜੀ ਵਾਲੇ ਬਾਬਾ ਜੀ ਦੀ ਗੱਲ ਨਾ ਕਰਿਓ, ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਗੱਲ ਨਾ ਕਰਿਓ। ਮੈਂ ਕਿਹਾ ਕਿਉਂ? ਕਹਿੰਦੇ ਜੀ ਅਸੀਂ ਸਹਿਜਧਾਰੀ ਹਾਂ। ਮੈਂ ਕਿਹਾ ਨੰਦ ਲਾਲ ਕੌਣ ਸੀ? ਫਿਰ ਚੁੱਪ ਨੇ। ਮੈਂ ਕਿਹਾ ਕਦੀ ਤੁਸੀਂ ਨੰਦ ਲਾਲ ਜੀ ਨੂੰ ਪੜ੍ਹਿਆ? ਕਹਿੰਦੇ ਨਹੀਂ ਪੜ੍ਹਿਆ। ਅਤੇ ਮੈਂ ਕਿਹਾ ਫਿਰ ਜ਼ਰੂਰ ਪੜ੍ਹਿਓ। ਨੰਦ ਲਾਲ ਜੀ ਨੇ ਇੱਕ ਬੜੀ ਪਿਆਰੀ ਗੱਲ ਕੀਤੀ ਹੈ। ਉਹ ਕਹਿੰਦੇ ਹਮੂ ਰਤਨ ਜ਼ਹਰ ਮਾਣਕ ਅਸਤ, ਹਮੂ ਗੁਰੂ ਗੋਬਿੰਦ ਨਾਨਕ ਅਸਤ। ਕਿ ਗੁਰੂ ਨਾਨਕ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਵੱਖਰਾ ਕਰਕੇ ਵੇਖਿਆ ਹੀ ਨਹੀਂ ਜਾ ਸਕਦਾ, ਅਤੇ ਜਿਹੜਾ ਵੱਖਰਾ ਕਰਕੇ ਵੇਖਣ ਦੀ ਕੋਸ਼ਿਸ਼ ਕਰਦਾ ਉਹ ਸਿੱਖ ਹੀ ਨਹੀਂ ਹੋ ਸਕਦਾ। ਹਮੂ ਰਤਨ ਜ਼ਹਰ ਮਾਣਕ ਅਸਤ, ਹਮੂ ਗੁਰੂ ਗੋਬਿੰਦ ਨਾਨਕ ਅਸਤ। ਗੁਰੂ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਨੂੰ ਵੱਖਰਾ ਕਰਕੇ ਨਹੀਂ ਵੇਖਿਆ ਜਾ ਸਕਦਾ। ਇਹ ਦੋਵੇਂ ਇੱਕ ਹੀ ਰੂਪ ਨੇ, ਅਤੇ ਜਿਹੜਾ ਕੋਸ਼ਿਸ਼ ਕਰਦਾ ਮੈਂ ਵੱਖ ਕਰਾਂ ਵਿਚਾਰ ਧਾਰਾ, ਉਹ ਗੁਰੂ ਨਾਨਕ ਦਾ ਸਿੱਖ ਨਹੀਂ ਹੋ ਸਕਦਾ। ਔਰੰਗਜ਼ੇਬ ਦੀ ਮੌਤ ਹੋਈ, ਉਸਦੀ ਮੌਤ ਤੋਂ ਬਾਅਦ ਉਸਦੇ ਪੁੱਤਰਾਂ ਦੇ ਵਿੱਚ ਗੱਦੀ ਨੂੰ ਲੈ ਕੇ ਜੰਗ ਹੋਈ। ਆਗਰੇ ਦੇ ਕੋਲ ਜੈਜੋ ਦੇ ਸਥਾਨ ਦੇ ਉੱਪਰ ਇਹ ਜੰਗ ਹੋਈ, ਔਰੰਗਜ਼ੇਬ ਦੇ ਬੇਟੇ ਸ਼ਹਿਜ਼ਾਦਾ ਮੁਅੱਜ਼ਮ ਔਰ ਤਾਰਾ ਆਜ਼ਮ ਦੇ ਵਿੱਚ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਭਾਈ ਨੰਦ ਲਾਲ ਜੀ ਦੇ ਕਹਿਣ ਦੇ ਉੱਪਰ ਸ਼ਹਿਜ਼ਾਦਾ ਮੁਅੱਜ਼ਮ ਦੀ ਮਦਦ ਕੀਤੀ। ਤਾਰਾ ਆਜ਼ਮ ਦੀ ਮੌਤ ਜਿਸ ਤੀਰ ਦੇ ਨਾਲ ਹੋਈ ਹੈ, ਇਤਿਹਾਸਕ ਪ੍ਰਮਾਣਾਂ 'ਚ ਪਤਾ ਲੱਗਦਾ ਹੈ ਕਿ ਉਹ ਤੀਰ ਬੇਸ਼ੱਕ ਲੱਖੀ ਜੰਗਲ ਦੇ ਰਹਿਣ ਵਾਲੇ ਸਿਪਾਹੀ ਈਸਾ ਖਾਨ ਨੇ ਚਲਾਇਆ ਸੀ, ਪਰ ਕਲਗੀਧਰ ਪਾਤਸ਼ਾਹ ਨੇ ਬਖਸ਼ਿਸ਼ ਕੀਤਾ ਸੀ। ਇਸ ਦਾ ਪ੍ਰਮਾਣ ਇਤਿਹਾਸ ਜਿਸ ਤਰ੍ਹਾਂ ਮਿਲਦਾ ਹੈ, ਸ਼ਾਇਦ ਕਿਤੇ ਜੇ ਤੁਹਾਨੂੰ ਤੀਰ ਅੰਦਾਜ਼ੀ ਦੇ ਮੁਕਾਬਲੇ ਵੇਖਣ ਦਾ ਮੌਕਾ ਮਿਲੇ, ਅਤੇ ਹਰ ਤੀਰ ਅੰਦਾਜ਼ ਆਪਣੇ ਤੀਰ ਦੇ ਉੱਪਰ ਨਿਸ਼ਾਨੀ ਲਾਉਂਦਾ ਹੈ। ਤਿੱਬਤ ਦੇ ਵਿੱਚ ਤੁਸੀਂ ਜਾ ਕੇ ਵੇਖੋ, ਧਾਗਾ ਬੰਨਦੇ ਨੇ, ਹਰ ਤੀਰ ਅੰਦਾਜ਼ ਦਾ ਆਪਣੇ ਤੀਰ ਦੇ ਉੱਪਰ ਵੱਖਰੇ ਵੱਖਰੇ ਰੰਗ ਦਾ ਧਾਗਾ ਹੁੰਦਾ, ਕਿ ਜਿਹਦਾ ਵੀ ਤੀਰ ਨਿਸ਼ਾਨੇ 'ਤੇ ਲੱਗੇ ਪਤਾ ਲੱਗ ਸਕੇ ਕਿ ਇਹ ਤੀਰ ਕਿਸ ਦਾ ਹੈ, ਉਸਦਾ ਧਾਗਾ ਉਸਦੇ ਤੀਰ ਦੇ ਉੱਪਰ ਜਿਹੜਾ ਬੰਨਿਆ ਹੁੰਦਾ ਉਹਦੇ ਤੀਰ ਦੀ ਸ਼ਨਾਖਤ ਹੁੰਦਾ ਇੱਕ ਫਲਾਣੇ ਤੀਰ ਅੰਦਾਜ਼ ਦਾ ਇਹ ਤੀਰ ਹੈ। ਜਦੋਂ ਤਾਰਾ ਆਜ਼ਮ ਹਾਥੀ 'ਤੇ ਬੈਠਾ, ਤੀਰ ਆ ਕੇ ਵੱਜਾ ਅਤੇ ਥੱਲੇ ਜ਼ਮੀਨ 'ਤੇ ਡਿੱਗ ਪਿਆ, ਅਤੇ ਜਦੋਂ ਰਾਜੇ ਦੀ ਮੌਤ ਹੋ ਗਈ ਅਤੇ ਫੌਜ ਭੱਜ ਗਈ, ਸ਼ਹਿਜ਼ਾਦਾ ਮੁਅੱਜ਼ਮ ਜਿੱਤ ਗਿਆ। ਹੁਣ ਇਹ ਪ੍ਰਕਿਰਿਆ ਸ਼ੁਰੂ ਹੋਈ ਹੈ ਕਿ ਯੋਧੇ ਨੂੰ ਇਨਾਮ ਦਿੱਤਾ ਜਾਵੇ ਕਿ ਤੀਰ ਕਿਸ ਦਾ ਵੱਜਾ, ਉਸਨੂੰ ਤੀਰ ਅੰਦਾਜ਼ ਕਿਹੜਾ। ਸਾਰੇ ਵੇਖ ਰਹੇ ਨੇ, ਅਤੇ ਉਹਨੇ ਚਿਰ ਨੂੰ ਸ਼ਹਿਜ਼ਾਦਾ ਮੁਅੱਜ਼ਮ ਕੋਲ ਆਇਆ। ਮੁਅੱਜ਼ਮ ਨੇ ਉਸਦੀ ਛਾਤੀ ਦੇ ਵਿੱਚੋਂ ਜਦੋਂ ਤੀਰ ਨੂੰ ਪੁੱਟਿਆ ਨਾ, ਅਤੇ ਮੁਅੱਜ਼ਮ ਨੇ ਆਪਣੀ ਜ਼ਬਾਨ ਤੋਂ ਇੱਕ ਸ਼ਬਦ ਕਿਹਾ, ਹਮ ਜਾਨਤ ਤਹਿ ਮਰਦ ਕੋ ਜਹ ਤਰਕਸ਼ ਕਾ ਇਹ ਤੀਰ। ਮੈਂ ਉਸ ਮਰਦ ਸੂਰਮੇ ਨੂੰ ਜਾਣਦਾ ਹਾਂ ਜਿਹਦੇ ਪੱਥੇ ਦਾ ਤਰਕਸ਼ ਦਾ ਇਹ ਤੀਰ ਹੈ, ਕਿਉਂਕਿ ਤੀਰ ਦੀ ਮੁਖੀ ਦੇ ਉੱਪਰ ਸੋਨਾ ਲੱਗਾ ਹੋਇਆ, ਗੁਰੂ ਗੋਬਿੰਦ ਸਿੰਘ ਦਾ ਤੀਰ ਹੈ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ, ਤੀਰ ਦੀ ਮੁਖੀ ਦੇ ਉੱਪਰ ਵੀ ਸੋਨੇ ਦੀ ਤਾਰ ਹੁੰਦੀ ਸੀ ਕਿ ਜੇ ਮੇਰੇ ਤੀਰ ਦੇ ਨਾਲ ਕੋਈ ਦੁਸ਼ਮਣ ਮਰ ਜਾਵੇ, ਉਹਦਾ ਕਫਨ ਅਤੇ ਦਫਨ ਹੋ ਸਕੇ, ਜੇ ਉਹ ਜ਼ਖਮੀ ਹੋ ਸਕੇ ਤਾਂ ਉਹਦਾ ਇਲਾਜ ਹੋ ਸਕੇ। ਸ਼ਹਿਜ਼ਾਦਾ ਮੁਅੱਜ਼ਮ ਬੜਾ ਪ੍ਰਸੰਨ ਹੋਇਆ ਕਿ ਗੁਰੂ ਸਾਹਿਬ ਦੀ ਕਿਰਪਾ ਦੇ ਸਦਕਾ ਮੈਨੂੰ ਜਿੱਤ ਹਾਸਲ ਹੋਈ ਹੈ। ਆਗਰੇ ਜਦੋਂ ਦਰਬਾਰ ਲਗਾ ਕੇ ਬੈਠਾ, ਅਤੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਖਿਲਤ ਭੇਟ ਕੀਤੀ, ਜਿਸ ਦਾ ਜ਼ਿਕਰ ਉਸ ਸਮੇਂ ਦੇ ਹੁਕਮਨਾਮਿਆਂ ਦੇ ਵਿੱਚ ਸਾਨੂੰ ਮਿਲਦਾ ਹੈ, ਜਿਹੜੇ ਡਾਕਟਰ ਕੰਡਾ ਸਿੰਘ ਹੋਣਾ ਨੇ ਐਡਿਟ ਕੀਤੇ ਹੋਏ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰਾਹੀਂ ਜਿਹੜੇ ਛਾਪੇ ਗਏ ਸੀ, ਸਰਦਾਰ ਸ਼ਮਸ਼ੇਰ ਸਿੰਘ ਅਸ਼ੋਕ ਹੋਣਾ ਦੇ ਹੁਕਮਨਾਮੇ, ਉਹਨਾਂ ਨੇ ਵੀ ਸੰਪਾਦਿਤ ਕੀਤੇ ਨੇ, ਉਹਨਾਂ ਦੇ ਵਿੱਚ ਵੀ ਇਸ ਹੁਕਮਨਾਮੇ ਦਾ ਜ਼ਿਕਰ ਮਿਲਦਾ। ਗੁਰੂ ਸਾਹਿਬ ਦਾ ਸਨਮਾਨ ਕੀਤਾ ਸ਼ਹਿਜ਼ਾਦਾ ਮੁਅੱਜ਼ਮ ਨੇ ਜਦੋਂ ਉਹ ਬਹਾਦਰ ਸ਼ਾਹ ਬਣ ਗਿਆ।
ਸ਼ੈਖੁਲ ਹਿੰਦ ਦੇ ਰੂਪ ਦੇ ਵਿੱਚ ਹਿੰਦੁਸਤਾਨ ਦਾ ਸਭ ਤੋਂ ਵੱਡਾ ਪੀਰ ਸ਼ੈਖੁਲ ਹਿੰਦ ਦੇ ਰੂਪ 'ਚ ਗੁਰੂ ਸਾਹਿਬ ਦਾ ਸਤਿਕਾਰ ਕੀਤਾ। ਆਪ ਗੱਦੀ ਛੱਡੀ ਹੈ, ਗੁਰੂ ਸਾਹਿਬ ਨੂੰ ਬਿਠਾਇਆ ਅਤੇ ਜਦੋਂ ਗੁਰੂ ਸਾਹਿਬ ਨੂੰ ਆਪਣੀ ਉੱਚੀ ਜਗ੍ਹਾ ਦੇ ਦਿੱਤੀ ਅਤੇ ਜਿਹੜੇ ਉਸਦੇ ਸ਼ਾਹੀ ਕਾਜੀ ਸੀ ਉਹਨਾਂ ਦੇ ਵਿੱਚ ਈਰਖਾ ਅਤੇ ਨਫ਼ਰਤ ਫੈਲ ਗਈ ਕਿ ਸਾਨੂੰ ਛੱਡ ਕੇ ਇੱਕ ਕਾਫਰ ਨੂੰ ਜਿਹੜਾ ਇਸਲਾਮ ਦਾ ਧਾਰਨੀ ਨਹੀਂ ਹੈ, ਬਾਦਸ਼ਾਹ ਨੇ ਉਸ ਨੂੰ ਸ਼ੈਖੁਲ ਹਿੰਦ ਦਾ ਰੁਤਬਾ ਦੇ ਦਿੱਤਾ। ਇਹਨਾਂ ਕਾਜ਼ੀਆਂ ਨੇ ਉਸਦੇ ਜਰਨੈਲ ਸਰ ਬੁਲੰਦ ਖਾਨ ਦੇ ਨਾਲ ਸਲਾਹ ਕੀਤੀ ਕਿ ਕਿਸੇ ਤਰੀਕੇ ਨਾਲ ਬਾਦਸ਼ਾਹ ਦੇ ਸਾਹਮਣੇ ਗੁਰੂ ਗੋਬਿੰਦ ਸਿੰਘ ਦੀ ਹੇਠੀ ਕਰਵਾਈ ਜਾਵੇ, ਗੁਰੂ ਗੋਬਿੰਦ ਸਿੰਘ ਨੂੰ ਨੀਵਾਂ ਵਿਖਾਇਆ ਜਾਵੇ। ਜਿੰਨਾ ਚਿਰ ਅਸੀਂ ਬਾਦਸ਼ਾਹ ਦੇ ਸਾਹਮਣੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਨੀਵਾਂ ਨਹੀਂ ਵਿਖਾਉਂਦੇ, ਉਹਨਾਂ ਚਿਰ ਤੱਕ ਇਸ ਰਾਜ ਦੇ ਵਿੱਚ ਸਾਡੀ ਅਹਿਮੀਅਤ ਨਹੀਂ ਹੋਵੇਗੀ, ਗੁਰੂ ਦੀ ਅਹਿਮੀਅਤ ਹੋਵੇਗੀ। ਅਗਲੇ ਦਿਨ ਦਰਬਾਰ ਲੱਗਾ, ਗੁਰਦੇਵ ਪਾਤਸ਼ਾਹ ਬੈਠੇ ਨੇ ਅਤੇ ਸਰ ਬੁਲੰਦ ਖਾਨ ਨੇ ਆ ਕੇ ਬਹਾਦਰ ਸ਼ਾਹ ਨੂੰ ਕਿਹਾ, ਬਾਦਸ਼ਾਹ ਸਲਾਮਤ, ਕਾਜ਼ੀ ਤੁਹਾਡੇ ਇਸ ਸ਼ੈਖੁਲ ਹਿੰਦ ਜਿਨ੍ਹਾਂ ਨੂੰ ਤੁਸੀਂ ਆਪਣਾ ਧਾਰਮਿਕ ਰਹਿਬਰ ਤਸਲੀਮ ਕੀਤਾ, ਇਹਨਾਂ ਦੇ ਨਾਲ ਕੁਝ ਸਵਾਲ ਕਰਨਾ ਚਾਹੁੰਦੇ। ਬਾਦਸ਼ਾਹ ਨੇ ਪ੍ਰਵਾਨਗੀ ਦੇ ਦਿੱਤੀ ਅਤੇ ਕਾਜ਼ੀ ਨੇ ਸਵਾਲ ਬੜਾ ਅਹਿਮ ਕੀਤਾ। ਉਸਨੇ ਸਵਾਲ ਕੀਤਾ ਕਿ ਮੈਂ ਤੁਹਾਡੇ ਕੋਲੋਂ ਇੱਕ ਗੱਲ ਪੁੱਛਣਾ ਚਾਹੁੰਦਾ ਹਾਂ, ਮਜ਼ਹਬ ਤੁਹਾਰਾ ਖੂਬ ਕਿ ਮਜ਼ਹਬ ਹਮਾਰਾ ਖੂਬ। ਹੁਣ ਖਿਆਲ ਕਰੋ, ਜੇਕਰ ਗਲਗੀਧਰ ਪਾਤਸ਼ਾਹ ਕਹਿੰਦੇ ਨੇ ਕਿ ਮੇਰਾ ਮਜ਼ਹਬ ਖੂਬ ਹੈ ਅਤੇ ਬਾਦਸ਼ਾਹ ਕਹੇਗਾ ਕਿ ਸਾਡਾ ਧਰਮ ਮਾੜਾ ਹੈ, ਤਾਂ ਵੀ ਆਪਸ ਦੇ ਵਿੱਚ ਸੰਬੰਧ ਵਿਗੜ ਜਾਣਗੇ। ਜੇ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਕਿ ਤੁਹਾਡਾ ਮਜ਼ਹਬ ਚੰਗਾ ਹੈ ਅਤੇ ਫਿਰ ਬਾਦਸ਼ਾਹ ਕਹੇਗਾ ਕਿ ਜੇ ਤੁਹਾਨੂੰ ਮੇਰਾ ਮਜ਼ਹਬ ਚੰਗਾ ਲੱਗਾ ਹੈ ਅਤੇ ਫਿਰ ਤੁਸੀਂ ਆਪਣਾ ਛੋਟਾ ਮਜ਼ਹਬ ਛੱਡ ਕੇ ਮੇਰੇ 'ਚ ਕਿਉਂ ਨਹੀਂ ਆਉਂਦੇ, ਸੰਬੰਧ ਫਿਰ ਵੀ ਵਿਗੜ ਜਾਣਗੇ। ਪਰ ਗੁਰਦੇਵ ਪਾਤਸ਼ਾਹ ਨੇ ਜਿਹੜਾ ਜਵਾਬ ਦਿੱਤਾ, ਮੈਂ ਤਾਂ ਸੋਚਦਾ ਕਿ ਜੇਕਰ ਅੱਜ ਉਹ ਹਿੰਦੁਸਤਾਨ ਦੀ ਤਾਂ ਗੱਲ ਹੀ ਛੱਡ ਦਈਏ, ਜੇਕਰ ਸੰਯੁਕਤ ਰਾਸ਼ਟਰ ਦਾ ਵੀ ਮੈਨੀਫੈਸਟੋ ਬਣ ਜਾਵੇ ਤਾਂ ਦੁਨੀਆਂ ਦੇ ਧਰਮਾਂ ਦੀਆਂ ਲੜਾਈਆਂ ਖਤਮ ਹੋ ਸਕਦੀਆਂ ਨੇ। ਗੁਰੂ ਸਾਹਿਬ ਨੇ ਬੜਾ ਪਿਆਰਾ ਜਵਾਬ ਦਿੱਤਾ, ਕਾਜੀ ਸਾਹਿਬ ਤੁਮ ਕੋ ਤੁਹਾਰਾ ਖੂਬ ਹਮ ਕੋ ਹਮਾਰਾ ਖੂਬ, ਤੁਹਾਡੇ ਵਾਸਤੇ ਤੁਹਾਡਾ ਧਰਮ ਚੰਗਾ, ਬਸ਼ਰਤੇ ਸੱਚ ਦੇ ਨਾਲ, ਨੇਕ ਨੀਅਤ ਦੇ ਨਾਲ, ਪਵਿੱਤਰਤਾ ਦੇ ਨਾਲ, ਸੱਚਾਈ ਦੇ ਨਾਲ ਆਪਣੇ ਧਰਮ ਦੀ ਪ੍ਰੈਕਟਿਸ ਕਰੋ ਅਤੇ ਮੇਰੇ ਵਾਸਤੇ ਮੇਰਾ ਧਰਮ ਚੰਗਾ। ਜੇ ਸਾਡੀ ਜ਼ਿੰਦਗੀ ਦੇ ਵਿੱਚ ਇਹੀ ਗੱਲ ਗੁਰੂ ਨਾਨਕ ਸਾਹਿਬ ਨੇ ਮੀਆਂ ਮਿੱਠਾ ਜੀ ਨੂੰ ਕਹੀ ਸੀ ਕਿ ਕਿਸੇ ਵੀ ਧਰਮ ਦੇ ਪੈਗੰਬਰ ਅਨੇਕਾਂ ਹੋ ਸਕਦੇ ਨੇ, ਪਰ ਉਹਨਾਂ ਪੈਗੰਬਰਾਂ ਦੀ ਸੱਚੀ ਵਿਚਾਰਧਾਰਾ ਨੂੰ ਮੰਨ ਕੇ ਜੇਕਰ ਤੁਸੀਂ ਨੇਕ ਨੀਅਤ ਦੇ ਨਾਲ ਉਸ ਖੁਦਾ ਦਾ ਕਲਮਾ ਪੜ੍ਹਦੇ ਹੋ ਤਾਂ ਤੁਸੀਂ ਦਰਗਾਹ ਕਬੂਲ ਹੋ। ਇਹੀ ਗੱਲ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਹਿ ਦਿੱਤੀ ਕਿ ਤੁਮ ਕੋ ਤੁਹਾਰਾ ਖੂਬ ਹਮ ਕੋ ਹਮਾਰਾ ਖੂਬ। ਫਿਰ ਇਹ ਜਿਹੜੀ ਖੂਬੀ ਹੈ ਗੁਰੂ ਨਾਨਕ ਸਾਹਿਬ ਦੇ ਧਰਮ ਦੇ ਵਿੱਚ ਬੜੀ ਵਿਲੱਖਣ ਹੈ। ਸ਼ੇਖ ਫਰੀਦ ਸਾਹਿਬ ਜਿਹੜੇ ਕਿ ਖਾਸਾ ਬਖਤਿਆਰ ਕਾਕੀ ਦੇ ਮੁਰੀਦ ਸਨ, ਜਿਨ੍ਹਾਂ ਦੀ ਬਾਣੀ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦਰਜ ਹੈ, ਜਦੋਂ ਗੁਰੂ ਨਾਨਕ ਦੇਵ ਮਹਾਰਾਜ ਪਾਕਪਟਨ ਗਏ ਨੇ ਅਤੇ ਉਸ ਵੇਲੇ ਸ਼ੇਖ ਫਰੀਦ ਜੀ ਦੀ ਗੱਦੀ ਦੇ ਉੱਪਰ ਉਹਨਾਂ ਦੇ ਗੱਦੀ ਨਸ਼ੀਨ ਸਨ ਸ਼ੇਖ ਇਬਰਾਹੀਮ। ਪ੍ਰਾਤਨ ਜਨਮ ਸਾਖੀਆਂ ਦੇ ਵਿੱਚ ਨਾਮ ਸ਼ੇਖ ਬ੍ਰਹਮ ਆਉਂਦਾ ਹੈ, ਪਰ ਬ੍ਰਹਮ ਇਸਲਾਮ ਦਾ ਨਾਮ ਨਹੀਂ। ਉਹਨਾਂ ਦਾ ਅਸਲੀ ਨਾਮ ਹੈ ਸੈਯਦ ਸ਼ੇਖ ਇਬਰਾਹੀਮ ਚਿਸ਼ਤੀ। ਉਹ ਗੁਰਤਾਗਤ ਪਰ ਆਪਣੀ ਗੱਦੀ ਨਸ਼ੀਨ ਨੇ ਉਸ ਵੇਲੇ ਰੋਜ਼ਾ ਨਸ਼ੀਨ ਨੇ ਫਰੀਦ ਸਾਹਿਬ ਦੀ ਗੱਦੀ ਦੇ ਵਾਰਸ ਨੇ। ਜਦੋਂ ਗੁਰੂ ਨਾਨਕ ਸਾਹਿਬ ਉੱਥੇ ਗਏ ਨੇ ਉਹਨੇ ਸਵਾਲ ਬੜਾ ਔਖਾ ਕੀਤਾ, ਇੰਨਾ ਅਹਿਮ ਸਵਾਲ ਕੀਤਾ ਇਹਨਾਂ। ਮੈਂ ਕਈ ਵਾਰੀ ਸੋਚਦਾ ਹੁੰਦਾ ਕਿ ਜੇ ਸਵਾਲ ਉਹ ਅੱਜ ਦੇ ਕਿਸੇ ਵੱਡੇ ਤੋਂ ਵੱਡੇ ਵਿਦਵਾਨ ਨੂੰ, ਕਿਸੇ ਸਕਾਲਰ ਨੂੰ, ਕਿਸੇ ਰੋਸ਼ਨ ਦਿਮਾਗ ਵਿਅਕਤੀ ਨੂੰ ਕੀਤਾ ਜਾਵੇ ਉਸਦਾ ਜਵਾਬ।
ਉਸ ਦਾ ਜਵਾਬ ਦਿੱਤਾ ਹੀ ਨਹੀਂ ਜਾ ਸਕਦਾ। ਉਸਨੇ ਸਵਾਲ ਗੁਰੂ ਨਾਨਕ ਸਾਹਿਬ ਨੂੰ ਕੀ ਕੀਤਾ, ਕਹਿੰਦਾ ਅਸੀਂ ਮੁਸਲਮਾਨ ਹਾਂ, ਇਸਲਾਮੀ ਸ਼ਰ੍ਹਾ ਦੇ ਮੁਤਾਬਕ ਜਦੋਂ ਅਸੀਂ ਕਿਸੇ ਜੀਵ ਨੂੰ ਕਤਲ ਕਰਦੇ ਹਾਂ, ਜੇ ਕਲਮਾ ਕਰ ਪੜ੍ਹ ਕੇ ਕਰਦੇ ਹਾਂ ਤਾਂ ਉਹ ਜੀਵ ਹਲਾਲ ਹੈ, ਅਸੀਂ ਉਸਦਾ ਮਾਸ ਖਾ ਸਕਦੇ ਹਾਂ। ਪਰ ਜੇ ਕਿਸੇ ਜੀਵ ਨੂੰ ਕਲਮਾ ਪੜ੍ਹਨ ਤੋਂ ਬਿਨਾਂ ਕਤਲ ਕੀਤਾ ਜਾਂਦਾ ਉਹ ਹਰਾਮ ਹੈ ਸਾਡੇ ਵਾਸਤੇ। ਬਿਨਾਂ ਕਲਮਾ ਪੜ੍ਹਨ ਤੋਂ ਜ਼ਿਬਾ ਕੀਤੇ ਗਏ, ਹਲਾਲ ਕੀਤੇ ਗਏ ਜੀਵ ਦਾ ਮਾਸ ਅਸੀਂ ਨਹੀਂ ਖਾ ਸਕਦੇ, ਅਤੇ ਅਸੀਂ ਉਸ ਜੀਵ ਦਾ ਮਾਸ ਖਾ ਸਕਦੇ ਹਾਂ ਸਾਡੇ ਵਾਸਤੇ ਹਲਾਲ ਹੈ, ਪਵਿੱਤਰ ਹੈ, ਜਿਸ ਜੀਵ ਨੂੰ ਕਲਮਾ ਪੜ੍ਹ ਕੇ ਕਤਲ ਕੀਤਾ ਹੋਵੇ। ਪਰ ਮਨੁੱਖ, ਜੇ ਮਨੁੱਖ ਦਾ ਕਤਲ ਕਰਨਾ ਹੈ ਤਾਂ ਚਾਹੇ ਉਹ ਕਲਮਾ ਪੜ੍ਹ ਕੇ ਕਰੋ ਅਤੇ ਚਾਹੇ ਕਲਮਾ ਪੜ੍ਹਨ ਤੋਂ ਬਿਨਾਂ ਕਰੋ, ਉਹ ਅਪਵਿੱਤਰ ਹੈ, ਉਹ ਸਾਡੀ ਸ਼ਰ੍ਹਾ ਦੇ ਮੁਤਾਬਕ ਅਨਸਾਰੀ ਨਹੀਂ। ਗੁਰੂ ਨਾਨਕ ਸਾਹਿਬ ਨੇ ਉਸਨੇ ਸਵਾਲ ਕੀ ਕੀਤਾ ਹੈ, ਕੀ ਕੋਈ ਐਸੀ ਤਲਵਾਰ, ਕੋਈ ਐਸਾ ਖੰਜਰ, ਕੋਈ ਐਸਾ ਹਥਿਆਰ ਹੈ ਜਿਸ ਦੇ ਨਾਲ ਮਨੁੱਖ ਨੂੰ ਕਤਲ ਕੀਤਾ ਜਾਵੇ ਅਤੇ ਮਨੁੱਖ ਦੇ ਵਿੱਚੋਂ ਖੂਨ ਵੀ ਵਗੇ ਪਰ ਉਹ ਮਨੁੱਖ ਦਾ ਕਤਲ ਜਿਹੜਾ ਉਹ ਹਲਾਲ ਹੋਵੇ? ਸਵਾਲ ਦੇਖੋ ਕਿੰਨਾ ਔਖਾ। ਮਨੁੱਖ ਨੂੰ ਕਤਲ ਕੀਤਾ ਜਾਵੇ, ਖੰਜਰ ਦੇ ਨਾਲ ਕਤਲ ਕੀਤਾ ਜਾਵੇ, ਅਤੇ ਜਿਸ ਮਨੁੱਖ ਨੂੰ ਕਤਲ ਕੀਤਾ ਜਾਵੇ ਉਹ ਹਰਾਮ ਨਾ ਹੋਵੇ, ਉਹ ਹਲਾਲ ਹੋਵੇ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਬਹੁਤ ਪਿਆਰਾ ਜਵਾਬ ਦਿੱਤਾ ਹੈ ਸਲੋਕ ਮਹੱਲਾ ਪਹਿਲਾ ਦੇ ਵਿੱਚ, ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਦੀ ਬਾਣੀ ਦੇ ਵਿੱਚ ਦਰਜ ਹੈ। ਗੁਰੂ ਨਾਨਕ ਸਾਹਿਬ ਨੇ ਉੱਥੇ ਸ਼ਬਦ ਵਰਤਿਆ ਕਾਤੀ। ਕਾਤੀ ਸ਼ਬਦ ਸੰਸਕ੍ਰਿਤ ਦੇ ਵਿੱਚੋਂ ਆਵੇਗਾ ਅਤੇ ਇਸਦਾ ਅਰਥ ਹੈ ਕੈਂਚੀ। ਸੇ ਸਿਰ ਕਾਤੀ ਮੁਨੀਅਨ ਗਲ ਵਿੱਚ ਆਵੇ ਤੂਸ਼। ਇਹੀ ਕਾਤੀ ਸ਼ਬਦ ਜਦੋਂ ਅਰਬੀ ਦੇ ਵਿੱਚੋਂ ਆਵੇਗਾ ਤਾਂ ਇਸਦਾ ਅਰਥ ਹੈ ਖੰਜਰ, ਜ਼ਿਬਾ ਕਰਨ ਵਾਲਾ। ਕਲ ਕਾਤੀ ਰਾਜੇ ਕਸਾਈ, ਕਸਾਈ ਖੰਜਰ ਦੇ ਨਾਲ ਜ਼ਿਬਾ ਕਰਦਾ, ਹਲਾਲ ਕਰਦਾ। ਕਲ ਕਾਤੀ ਰਾਜੇ ਕਸਾਈ, ਸੋ ਉੱਥੇ ਕਾਤੀ ਦਾ ਅਰਥ ਹੈ ਖੰਜਰ। ਇੱਥੇ ਵੀ ਗੁਰੂ ਨਾਨਕ ਸਾਹਿਬ ਨੇ ਜਿਹੜਾ ਸ਼ਬਦ ਵਰਤਿਆ ਕਾਤੀ, ਉਹ ਖੰਜਰ ਦੇ ਰੂਪ ਚ ਵਰਤਿਆ। ਗੁਰੂ ਸਾਹਿਬ ਕਹਿੰਦੇ ਨੇ ਸੱਚ ਕੀ ਕਾਤੀ, ਸੱਚ ਸਭ ਸਾਰ, ਸਾਰ ਕਿਹਾ ਜਾਂਦਾ ਲੋਹੇ ਨੂੰ। ਕਹਿੰਦੇ ਹਾਂ ਬਿਲਕੁਲ, ਮੈਂ ਤੁਹਾਨੂੰ ਖੰਜਰ ਬਣਾਉਣ ਦਾ ਤਰੀਕਾ ਦੱਸਦਾ ਹਾਂ। ਉਸ ਖੰਜਰ ਦੇ ਨਾਲ ਜੇ ਤੁਸੀਂ ਵਿਅਕਤੀ ਨੂੰ ਕਤਲ ਕਰੋਗੇ ਤੇ ਖੂਨ ਵੀ ਵਗੇਗਾ ਪਰ ਉਹ ਕਤਲ ਹਰਾਮ ਨਹੀਂ ਹੋਵੇਗਾ, ਉਹ ਹਲਾਲ ਹੋਵੇਗਾ। ਸੱਚ ਸਭ ਸਾਰ, ਸੱਚ ਦਾ ਲੋਹਾ ਲੈ ਲਓ, ਸੱਚ ਕੀ ਕਾਤੀ ਤੇ ਉਹਦਾ ਇੱਕ ਖੰਜਰ ਤਿਆਰ ਕਰੋ। ਘਾੜਤ ਤਿਸਕੀ ਅਪਰ ਅਪਾਸ਼, ਉਹਦੀ ਘਾੜਤ ਬੜੀ ਵਿਲੱਖਣ ਹੋਵੇਗੀ। ਫਿਰ ਜਦੋਂ ਤੁਸੀਂ ਬਣਾ ਲਿਆ ਫਿਰ ਤੁਸੀਂ ਇਸ ਨੂੰ ਤਿੱਖਾ ਵੀ ਕਰਨਾ, ਕਿਉਂਕਿ ਤੁਸੀਂ ਖੰਜਰ ਤਿਆਰ ਤੇ ਕਰ ਲਿਆ, ਲੋਹਾ ਵੀ ਲੈ ਲਿਆ, ਉਹਦੀ ਘਾੜਤ ਵੀ ਬਣਾ ਦਿੱਤੀ, ਉਹਦੀ ਸ਼ੇਪ ਦੇਣ ਤੋਂ ਬਾਅਦ ਤੁਸੀਂ ਉਹਨੂੰ ਤਿੱਖਾ ਕਰਨਾ। ਤੇ ਫਿਰ ਗੁਰੂ ਨਾਨਕ ਸਾਹਿਬ ਕਹਿੰਦੇ ਸ਼ਬਦੇ ਸਾਣ ਰਖਾਈ ਲਾਏ, ਫਿਰ ਉਸਨੂੰ ਸ਼ਬਦ ਦੀ ਸਾਣ ਦੇ ਉੱਪਰ ਤਿੱਖਾ ਕਰ ਲਓ। ਹੁਣ ਜਦੋਂ ਤੁਸੀਂ ਤਿੱਖਾ ਕਰ ਲਿਆ ਫਿਰ ਕਿਸੇ ਮਿਆਨ ਦੇ ਵਿੱਚ ਵੀ ਪਾਉਣਾ, ਤੇ ਪਾਤਸ਼ਾਹ ਕਹਿੰਦੇ ਗੁਣ ਕੇ ਥੈਕੇ ਵਿੱਚ ਸਮਾਏ, ਥੈਕਾ ਕਿਹਾ ਜਾਂਦਾ ਮਿਆਨ ਨੂੰ, ਤੇ ਫਿਰ ਉਸਨੂੰ ਗੁਣਾਂ ਦੇ ਮਿਆਨ ਦੇ ਵਿੱਚ ਪਾ ਲਓ। ਸੱਚ ਦਾ ਲੋਹਾ ਲੈ ਲਓ, ਸੱਚ ਦਾ ਖੰਜਰ ਤਿਆਰ ਕਰ ਲਓ, ਸ਼ਬਦ ਦੇ ਨਾਲ ਉਸਨੂੰ ਤਿੱਖਾ ਕਰ ਲਓ ਤੇ ਗੁਣਾਂ ਦੇ ਮਿਆਨ ਦੇ ਵਿੱਚ ਪਾ ਲਓ। ਤਿਸਕਾ ਕੁੱਠਾ ਹੋਵੇ ਸ਼ੇਖ, ਤੇ ਜਦੋਂ ਸੱਚ ਦੇ ਸ਼ਬਦ ਦੇ ਨਾਲ ਬੰਦੇ ਦਾ ਕਤਲ ਹੋਵੇਗਾ ਨਾ, ਫਿਰ ਲਹੂ ਲੱਭ ਨਿਕੱਥਾ ਵੇਖ, ਜਦੋਂ ਸ਼ਬਦ ਦੇ ਬਾਣ ਦਾ ਅਸਰ ਹੋਵੇਗਾ ਨਾ, ਤੇ ਫਿਰ ਬੰਦੇ ਦੇ ਜਿਸਮ ਦੇ ਵਿੱਚੋਂ ਵਿਕਾਰਾਂ ਦਾ ਲਹੂ ਨਿਕਲ ਜਾਵੇਗਾ ਤੇ ਬੰਦਾ ਹਲਾਲ ਹੋ ਜਾਵੇਗਾ। ਕਹਿੰਦੇ ਸ਼ਬਦ ਦੀ ਤਲਵਾਰ ਦੇ ਨਾਲ ਵਿਅਕਤੀ ਨੂੰ ਕਤਲ ਕੀਤਾ ਜਾ ਸਕਦਾ ਹੈ।
ਪਰ ਗੁਰੂ ਨਾਨਕ ਸਾਹਿਬ ਨੇ ਕਰਕੇ ਦੱਸਿਆ। ਅਸੀਂ ਅਕਸਰ ਕਹਿੰਦੇ ਹਾਂ ਕਿ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਤਲੰਬੇ ਗਏ ਤੇ ਭਾਈ ਸੱਜਣ ਬਣਾ ਦਿੱਤਾ ਸੱਜਣ ਠੱਗ ਨੂੰ। ਹੁਣ ਸੱਜਣ ਠੱਗ ਜਿਹੜਾ ਹੈ ਉਹ ਸੱਯਦ ਪਰਿਵਾਰ ਦੇ ਵਿੱਚੋਂ, ਨਾਮ ਸ਼ੇਖ ਸੱਜਣ ਹੈ, ਬਹੁਤ ਅਮੀਰ ਹੈ। ਤੇ ਜਿਹੜਾ ਬੰਦਾ ਆਪਣੀ ਸਰਾਂ ਦੇ ਵਿੱਚ ਆਏ ਗਏ ਅਭਿਆਗਤਾਂ ਨੂੰ ਕਤਲ ਕਰਦਾ ਹੈ, ਕੁਦਰਤ ਉਹਦੇ ਕੋਲ ਤਲਵਾਰ ਬਾਜ਼ ਤੇ ਇੱਕ ਜਨ ਵਿਅਕਤੀ ਵੀ ਹੋਣਗੇ, ਉਹਦਾ ਇੱਕ ਚੰਗਾ ਧੜਾ ਹੋਵੇਗਾ ਲੋਕਾਂ ਨੂੰ ਕਤਲ ਕਰਨ ਦੇ ਵਾਸਤੇ। ਹੁਣ ਉੱਥੇ ਗੁਰੂ ਨਾਨਕ ਸਾਹਿਬ ਇਕੱਲੇ ਗਏ ਨੇ, ਉਹਨਾਂ ਦੇ ਕੋਲ ਵਿਅਕਤੀ ਨੂੰ ਕਤਲ ਕਰਨ ਵਾਲੇ ਖੰਜਰ ਨੇ ਤੇ ਗੁਰੂ ਨਾਨਕ ਸਾਹਿਬ ਦੇ ਕੋਲ ਸ਼ਬਦ ਦੀ ਤਲਵਾਰ ਹੈ। ਗੁਰੂ ਨਾਨਕ ਸਾਹਿਬ ਨੇ ਸੱਜਣ ਨੂੰ ਠੱਗ ਨਹੀਂ ਕਿਹਾ, ਗੁਰੂ ਨਾਨਕ ਸਾਹਿਬ ਨੇ ਸ਼ਬਦ ਦਾ ਵਾਰ ਕੀਤਾ। ਇੱਕ ਇਸਲਾਮੀ ਤਵਾਰੀਖ ਦੇ ਵਿੱਚ, ਤਾਰੀਖੇ ਅਰਬ ਦੇ ਵਿੱਚ ਇੱਕ ਬੜੀ ਪਿਆਰੀ ਵਾਰਤਾ ਨਾਲ ਹੈ। ਇਸਲਾਮ ਦਾ ਇੱਕ ਬਹੁਤ ਮਸ਼ਹੂਰ ਦਰਵੇਸ਼ ਹੋਇਆ ਫਜ਼ੀਲ ਬਿਨ ਅਯਾਜ਼, ਪਹਿਲਾਂ ਡਾਕੂ ਸੀ, ਕਿ ਸ਼ਬਦ ਦੀ ਤਲਵਾਰ ਜਿਹੜੀ ਹੈ ਨਾ ਉਹ ਲੋਹੇ ਦੀ ਤਲਵਾਰ ਤੋਂ ਕਿਤੇ ਤਿੱਖੀ ਹੁੰਦੀ ਹੈ। ਫਜ਼ੀਲ ਬਿਨ ਅਯਾਜ਼ ਲੋਕਾਂ ਨੂੰ ਲੁੱਟਣ ਦਾ ਕੰਮ ਕਰਦਾ ਹੈ। ਰੇਗਿਸਤਾਨ ਦੇ ਵਿੱਚ ਊਠਾਂ ਦੇ ਕਾਫਲੇ ਆਉਂਦੇ ਨੇ, ਉਹ ਆਪਣੇ ਸਾਥੀਆਂ ਦੇ ਨਾਲ ਘੇਰ ਦਿੰਦਾ ਹੈ, ਕਾਫਲੇ ਦੇ ਸਾਰੇ ਵਪਾਰੀਆਂ ਨੂੰ ਕਤਲ ਕਰਦਾ ਹੈ ਤੇ ਮਾਲ ਅਸਬਾਬ ਲੁੱਟ ਲੈਂਦਾ। ਇੱਕ ਦਿਨ ਇੱਕ ਕਾਫਲਾ ਲੰਘ ਰਿਹਾ ਹੈ, ਉਸਨੇ ਉਸ ਕਾਫਲੇ ਨੂੰ ਘੇਰਿਆ, ਕਾਫਲੇ ਦੇ ਸਾਰੇ ਵਿਅਕਤੀ ਕਤਲ ਕਰ ਦਿੱਤੇ ਤੇ ਇੱਕ ਆਖਰੀ ਵਿਅਕਤੀ ਨੂੰ ਜਦੋਂ ਕਤਲ ਕਰਨ ਲੱਗਾ, ਆਪਣੀ ਸ਼ਮਸ਼ੀਰ ਦੇ ਨਾਲ ਸਿਰ ਧੜ ਤੋਂ ਜੁਦਾ ਕਰਨ ਲੱਗਾ, ਉਸਨੇ ਅੱਗੇ ਹੱਥ ਕਰ ਦਿੱਤਾ। ਕਹਿੰਦਾ, ਫਜ਼ੀਲ ਮੈਨੂੰ ਪਤਾ ਹੈ ਤੂੰ ਮੈਨੂੰ ਮਾਰ ਦੇਣਾ, ਮੈਨੂੰ ਮੌਤ ਦਾ ਕੋਈ ਡਰ ਨਹੀਂ, ਪਰ ਮਰਨ ਤੋਂ ਪਹਿਲਾਂ ਮੇਰੀ ਇੱਕ ਮੰਗ ਹੈ, ਇੱਕ ਖਾਹਿਸ਼ ਹੈ, ਉਹ ਪੂਰੀ ਕਰ ਸਕਦਾ? ਫਜ਼ੀਲ ਨੇ ਸੋਚਿਆ ਮਾਰ ਤੇ ਦੇਣਾ ਹੀ ਹੈ, ਇਹ ਕਿਹੜਾ ਬਜ਼ੁਰਗ ਇੱਥੋਂ ਭੱਜ ਸਕਦਾ, ਪੁੱਛ ਲੈਣਾ ਚਾਹੀਦਾ ਤੇਰੀ ਖਾਹਿਸ਼ ਕੀ ਹੈ। ਉਹ ਕਹਿੰਦਾ, ਹਾਂ ਦੱਸ ਤੇਰੀ ਕੀ ਖਾਹਿਸ਼ ਹੈ। ਕਹਿੰਦਾ, ਮੇਰੀ ਮਾਲ ਅਸਬਾਬ ਵਾਲੀ ਕੋਟਲੀ ਦੇ ਵਿੱਚ ਮੁਕੱਦਸ ਕੁਰਾਨ ਸ਼ਰੀਫ ਪਈ ਹੈ ਤੇ ਮੈਂ ਮਰਨ ਤੋਂ ਪਹਿਲਾਂ ਇੱਕ ਵਾਰੀ ਮੁਕੱਦਸ ਕੁਰਾਨ ਸ਼ਰੀਫ ਦੀ ਇੱਕ ਆਇਤ ਨੂੰ ਪੜ੍ਹਨਾ ਚਾਹੁੰਦਾ। ਫਜ਼ੀਲ ਬਿਨ ਅਯਾਜ਼ ਖੜਾ ਹੈ, ਹੱਥ ਦੇ ਵਿੱਚ ਸ਼ਮਸ਼ੀਰ ਹੈ, ਕਈ ਕਤਲ ਕੀਤੇ ਨੇ, ਲਹੂ ਦੇ ਨਾਲ ਰੱਤੀ ਹੋਈ ਸ਼ਮਸ਼ੀਰ ਹੱਥ ਦੇ ਵਿੱਚ। ਉਸ ਬਜ਼ੁਰਗ ਨੇ ਮੁਕੱਦਸ ਕੁਰਾਨ ਸ਼ਰੀਫ ਨੂੰ ਕੱਢਿਆ ਤੇ ਖੋਲ੍ਹਿਆ ਔਰ ਸੂਰਾ ਅਸਰਾ ਦੀ ਇੱਕ ਆਇਤ ਪੜ੍ਹੀ ਜਿਸ ਦੇ ਅਰਥ ਸੀ, ਐ ਮਨੁੱਖ ਤੂੰ ਜ਼ਿੰਦਗੀ ਭਰ ਪਤਾ ਨਹੀਂ ਕਿੰਨੇ ਗੁਨਾਹ ਕੀਤੇ ਹੋਣਗੇ, ਮਰਨ ਤੋਂ ਪਹਿਲਾਂ ਵੀ ਤੌਬਾ ਕਰ ਲਵੇ ਤੇ ਖੁਦਾਵੰਦ ਤੇਰੇ ਕਿਆਮਤ ਦੇ ਦਿਨ ਗੁਨਾਹ ਮਾਫ਼ ਕਰ ਦੇਵੇ, ਮਰਨ ਤੋਂ ਪਹਿਲਾਂ ਵੀ ਤੌਬਾ ਕਰ ਲਵੇ। ਜਦੋਂ ਇਹ ਗੱਲ ਫਜ਼ੀਲ ਨੇ ਸੁਣੀ ਨਾ, ਤੇ ਹੁਣ ਲੋਹੇ ਦੀ ਤਲਵਾਰ ਹੱਥ ਦੇ ਵਿੱਚ ਹੈ ਪਰ ਅਸਰ ਹੋ ਗਿਆ ਸ਼ਬਦ ਦੀ ਤਲਵਾਰ ਦਾ। ਉਹਦੇ ਮਨ ਦੇ ਵਿੱਚ ਆਇਆ ਕਿ ਸ਼ਾਇਦ ਇਸ ਵਿਅਕਤੀ ਨੇ ਤਾਂ ਜ਼ਿੰਦਗੀ ਭਰ ਕੋਈ ਗੁਨਾਹ ਨਾ ਕੀਤਾ ਹੋਵੇ ਤੇ ਮਰਨ ਤੋਂ ਪਹਿਲਾਂ ਇਹ ਵੀ ਕਿਆਮਤ ਦੇ ਦਿਨ ਤੋਂ ਡਰਦਾ ਆਪਣੇ ਗੁਨਾਹਾਂ ਦੀ ਤੌਬਾ ਕਰ ਰਿਹਾ ਤੇ ਮੇਰੀ ਤੇ ਜ਼ਿੰਦਗੀ ਗੁਨਾਹਾਂ ਦੇ ਨਾਲ ਭਰੀ ਪਈ ਹੈ, ਮੈਂ ਕਿਵੇਂ ਤੌਬਾ ਕਰ ਸਕਦਾ? ਉਸਨੇ ਆਪਣੀ ਸ਼ਮਸ਼ੀਰ ਨੂੰ ਮਿਆਨ ਦੇ ਵਿੱਚ ਪਾ ਲਿਆ। ਹੁਣ ਲੋਹੇ ਦੀ ਸ਼ਮਸ਼ੀਰ ਸ਼ਬਦ ਦੀ ਸ਼ਮਸ਼ੀਰ ਦੇ ਅੱਗੇ ਨਹੀਂ ਚੱਲ ਸਕਦੀ। ਫਜ਼ੀਲ ਬਿਨ ਅਯਾਜ਼ ਨੇ ਲੋਕਾਂ ਨੂੰ ਲੁੱਟਣਾ, ਲੋਕਾਂ ਨੂੰ ਮਾਰਨਾ ਬੰਦ ਕਰ ਦਿੱਤਾ, ਦਰਵੇਸ਼ ਬਣ ਗਿਆ, ਝੁੱਗੀ ਦੇ ਵਿੱਚ ਬੈਠ ਗਿਆ, ਬੰਦਗੀ ਕਰਦਾ ਹੈ। ਇੱਕ ਦਿਨ ਇੱਕ ਕਾਫਲਾ ਲੰਘ ਰਿਹਾ ਤੇ ਉਸ ਕਾਫਲੇ ਦੇ ਸਰਦਾਰ ਨੂੰ, ਮੁਖੀ ਨੂੰ ਪਤਾ ਸੀ ਕਿ ਇਹ ਫਜ਼ੀਲ ਬਿਨ ਅਯਾਜ਼ ਦਾ ਇਲਾਕਾ ਹੈ, ਇੱਥੇ ਲੋਕਾਂ ਨੂੰ ਲੁੱਟ ਲਿਆ ਜਾਂਦਾ ਹੈ। ਉਹਨੇ ਆਪਣੇ ਕਾਫਲੇ ਦੇ ਲੋਕਾਂ ਨੂੰ ਚੇਤਨ ਕਰਨ ਦੇ ਵਾਸਤੇ, ਅਲਰਟ ਕਰਨ ਦੇ ਵਾਸਤੇ ਉੱਚੀ ਆਵਾਜ਼ ਦੇ ਵਿੱਚ ਕਿਹਾ, ਕਹਿੰਦਾ, ਮੇਰੇ ਕਾਫਲੇ ਦੇ ਲੋਕੋ ਰਸਤਾ ਬਦਲ ਲਓ, ਫਜ਼ੀਲ ਬਿਨ ਅਯਾਜ਼ ਦਾ ਇਲਾਕਾ ਆ ਗਿਆ। ਤੇ ਫਜ਼ੀਲ ਬਿਨ ਅਯਾਜ਼ ਝੁੱਗੀ ਦੇ ਵਿੱਚੋਂ ਬਾਹਰ ਨਿਕਲਿਆ ਤੇ ਕਹਿੰਦਾ, ਸਰਦਾਰ ਜੀ
ਹੁਣ ਤੁਹਾਨੂੰ ਆਪਣਾ ਰਸਤਾ ਬਦਲਣ ਦੀ ਲੋੜ ਨਹੀਂ, ਫਜ਼ੀਲ ਬਿਨ ਇਆਸ ਦਾ ਰਸਤਾ ਬਦਲ ਚੁੱਕਾ ਹੈ। ਸ਼ਬਦ, ਹੁਣ ਇਹੀ ਗੱਲ ਗੁਰੂ ਨਾਨਕ ਸਾਹਿਬ ਨੇ ਸੱਜਣ ਨੂੰ ਕਹੀ ਹੈ, ਸ਼ਬਦ ਦਾ ਵਾਰ ਕੀਤਾ। ਗੁਰੂ ਨਾਨਕ ਸਾਹਿਬ ਨੇ ਸੱਜਣ ਨੂੰ ਸੱਜਣ ਥੱਕ ਕਿਤੇ ਨਹੀਂ ਕਿਹਾ। ਗੁਰੂ ਸਾਹਿਬ ਨੇ ਤਾਂ ਉਸ ਸੱਜਣ ਦੀ ਕਤਲਗਾਹ ਦੇ ਵਿੱਚ ਬਹਿ ਕੇ ਸ਼ਬਦ ਦੀ ਤਲਵਾਰ ਦਾ ਵਾਰ ਕੀਤਾ ਕਿ ਕਤਲਗਾਹ ਧਰਮਸ਼ਾਲ ਬਣ ਗਈ ਹੈ। ਗੁਰੂ ਨਾਨਕ ਸਾਹਿਬ ਨੇ ਤਾਂ ਕੇਵਲ ਇੰਨਾ ਕਿਹਾ ਹੈ ਕਿ ਸੱਜਣ, ਸੱਜਣ ਤੇ ਉਹ ਹੁੰਦੇ ਨੇ ਜਿਹੜੇ ਸਾਥ ਹੀ ਨਹੀਂ ਛੱਡਦੇ। ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚੱਲਣ, ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਿਸਣ। ਉਹ ਸੱਜਣ, ਸੱਜਣ ਤੇ ਉਹ ਹੁੰਦੇ ਨੇ ਜਿਹੜੇ ਕਦੀ ਸਾਥ ਹੀ ਨਹੀਂ ਛੱਡਦੇ। ਤੇ ਤੂੰ ਕਿਵੇਂ ਦਾ ਸੱਜਣ ਹੈ ਕਿ ਸੱਜਣਤਾਈ ਦੇ ਨਾਮ ਹੇਠ ਆਏ ਗਏ ਅਭਿਆਗਤ ਨੂੰ ਬੁਲਾਉਣਾ ਹੈ ਤੇ ਸੱਜਣਤਾਈ ਦੇ ਪਰਦੇ ਹੇਠ ਹੀ ਕਤਲ ਕਰ ਦਿੰਦਾ ਹੈ, ਤੂੰ ਕਿਵੇਂ ਦਾ ਸੱਜਣ ਹੈ। ਹੁਣ ਉਸਦੀ ਲੋਹੇ ਦੀ ਤਲਵਾਰ ਨਹੀਂ ਚੱਲ ਸਕੀ ਕਿਉਂਕਿ ਸ਼ਬਦ ਦੀ ਤਲਵਾਰ ਸੀ ਸਾਹਮਣੇ। ਗੁਰੂ ਨਾਨਕ ਸਾਹਿਬ ਨੇ ਸ਼ਬਦ ਦਾ ਐਸਾ ਵਾਰ ਕੀਤਾ ਕਿ ਸੱਜਣ ਭਾਈ ਸੱਜਣ ਬਣ ਗਿਆ ਹੈ, ਕਤਲਗਾਹ ਧਰਮਸ਼ਾਲ ਬਣ ਗਈ ਹੈ। ਗੁਰੂ ਸਾਹਿਬ ਤਾਂ ਅੱਗੇ ਚੱਲੇ ਕਿ ਇੱਕ ਦਿਨ ਦੋ ਅਭਿਆਗਤ ਆ ਰਹੇ ਨੇ। ਦੋਵੇਂ ਅਭਿਆਗਤ ਆਪਸ 'ਚ ਵਾਰਤਾਲਾਪ ਕਰ ਰਹੇ ਨੇ, ਪਰ ਹੁਣ ਸੱਜਣ ਬਦਲ ਚੁੱਕਾ ਹੈ, ਹੁਣ ਲਿਬਾਸ ਵੀ ਬਦਲ ਚੁੱਕਾ ਹੈ, ਹੁਣ ਉਹ ਭਾਈ ਸੱਜਣ ਬਣ ਚੁੱਕਾ ਹੈ। ਇੱਕ ਅਭਿਆਗਤ ਦੂਜੇ ਅਭਿਆਗਤ ਨੂੰ ਕਹਿੰਦਾ ਹੈ ਕਿ ਸਾਨੂੰ ਤਲੰਬੇ ਪਿੰਡ ਦੀ ਸਰਾਂ ਦੇ ਵਿੱਚ ਰੁਕਣਾ ਚਾਹੀਦਾ। ਦੂਜਾ ਕਹਿੰਦਾ ਨਹੀਂ, ਇੱਥੇ ਨਹੀਂ ਰੁਕਣਾ, ਅਸੀਂ ਕਈ ਲੋਕਾਂ ਦੇ ਕੋਲੋਂ ਸੁਣਿਆ ਕਿ ਜਿਹੜਾ ਵੀ ਇੱਥੇ ਰੁਕਦਾ ਹੈ ਉਸਨੂੰ ਕਤਲ ਕਰ ਦਿੱਤਾ ਜਾਂਦਾ ਹੈ। ਸੱਜਣ ਨੇ ਇਹ ਗੱਲ ਸੁਣੀ ਅਤੇ ਅੱਗੋਂ ਕਹਿੰਦਾ ਨਹੀਂ, ਤੁਸੀਂ ਇੱਥੇ ਹੀ ਰੁਕੋ, ਜਿਹੜਾ ਸੱਜਣ ਲੋਕਾਂ ਦੇ ਕਤਲ ਕਰਿਆ ਕਰਦਾ ਸੀ ਉਸ ਸੱਜਣ ਨੂੰ ਗੁਰੂ ਨਾਨਕ ਦੇ ਸ਼ਬਦ ਨੇ ਕਤਲ ਕਰ ਦਿੱਤਾ। ਹੁਣ ਉਹ ਸੱਜਣ ਨਹੀਂ ਰਹਿ ਗਿਆ, ਸੱਜਣ ਠੱਗ ਨੂੰ ਗੁਰੂ ਨਾਨਕ ਦੇ ਸ਼ਬਦ ਨੇ ਕਤਲ ਕਰ ਦਿੱਤਾ ਹੈ। ਹੁਣ ਇਹ ਕਤਲ ਹਲਾਲ ਹੈ ਕਿ ਸ਼ਬਦ ਦੇ ਨਾਲ ਵਿਅਕਤੀ ਦਾ ਕਤਲ ਕੀਤਾ ਅਤੇ ਉਹਦੇ ਜਿਸਮ ਦੇ ਵਿੱਚੋਂ ਬੁਰਿਆਈਆਂ ਦਾ ਸਾਰਾ ਲਹੂ ਕੱਢ ਕੇ ਸੱਜਣ ਠੱਗ ਨੂੰ ਭਾਈ ਸੱਜਣ ਬਣਾ ਦਿੱਤਾ। ਇਹ ਕੇਵਲ ਅਤੇ ਕੇਵਲ ਗੁਰੂ ਨਾਨਕ ਸਾਹਿਬ ਦੀ ਰਹਿਮਤ ਸੀ ਕਿ ਸ਼ਬਦ ਦਾ ਵਾਰ ਐਸਾ ਕਰਨਾ ਕਿ ਮਨੁੱਖ ਦੀਆਂ ਸਾਰੀਆਂ ਬੁਰਾਈਆਂ ਹੀ ਜਿਸਮ ਦੇ ਵਿੱਚੋਂ ਕੱਢਦੇ ਨੇ। ਅਤੇ ਗੁਰੂ ਨਾਨਕ ਸਾਹਿਬ ਜਦੋਂ ਦੀਦਾਰ ਕਰਦੇ ਨੇ ਉਸ ਖੁਦਾ ਦੇ, ਕਿਉਂਕਿ ਸਾਡੀ ਮਾਨਸਿਕਤਾ ਦੇ ਵਿੱਚ ਇੱਕ ਗੱਲ ਵੱਸ ਗਈ ਹੈ ਕਿ ਅਸੀਂ ਗੁਰੂ ਨਾਨਕ ਸਾਹਿਬ ਨੂੰ ਤਸਵੀਰ ਦੇ ਵਿੱਚੋਂ ਵੇਖਣਾ ਚਾਹੁੰਦੇ, ਜਦੋਂ ਕਿ ਤਸਵੀਰ ਤਾਂ ਕਿਸੇ ਵੀ ਚਿੱਤਰਕਾਰ ਦੀ, ਕਿਸੇ ਵੀ ਮੁਸੱਵਰ ਦੀ, ਕਿਸੇ ਵੀ ਕਲਾਕਾਰ ਦੀ ਰੰਗਾਂ ਦੇ ਨਾਲ ਆਪਣੀ ਕਲਪਨਾ ਦੇ ਨਾਲ ਕੀਤੀ ਹੋਈ ਪੇਸ਼ਕਾਰੀ। ਉਸ ਤਸਵੀਰ ਦੇ ਵਿੱਚੋਂ ਗੁਰੂ ਨਾਨਕ ਸਾਹਿਬ ਦੀ ਦੀਦਾਰ ਨਹੀਂ ਹੋ ਸਕਦੀ। ਹੁਣ ਪਰਮਾਤਮਾ ਦੀ ਤਾਂ ਤਸਵੀਰ ਹੀ ਕੋਈ ਨਹੀਂ ਅਤੇ ਗੁਰੂ ਨਾਨਕ ਸਾਹਿਬ ਪਰਮਾਤਮਾ ਦੇ ਦੀਦਾਰ ਕਿਵੇਂ ਕਰਦੇ ਨੇ? ਸਵਾਲ ਤਾਂ ਇਹ ਨਾ ਕਿ ਅਸੀਂ ਮੂਲ ਮੰਤਰ ਦੇ ਵਿੱਚ ਪੜ੍ਹਦੇ ਹਾਂ ਕਿ ਪਰਮਾਤਮਾ ਦੀ ਕੋਈ ਵੀ ਰੂਪ ਰੰਗ ਰੇਖ ਨਹੀਂ, ਕਿਉਂਕਿ ਅਕਾਲ ਮੂਰਤ ਹੈ, ਸਹਿਭੰਗ ਹੈ, ਸੁੱਤੇ ਸਿੱਧ ਆਪਣੇ ਆਪ ਤੋਂ ਪ੍ਰਕਾਸ਼ਮਾਨ ਹੈ। ਜਿਹੜਾ ਸੁੱਤੇ ਸਿੱਧ ਆਪਣੇ ਆਪ ਤੋਂ ਪ੍ਰਕਾਸ਼ਮਾਨ ਹੈ, ਨਿਰਾਕਾਰ ਰੂਪ ਦੇ ਵਿੱਚ ਉਸਦੀ ਕੋਈ ਤਸਵੀਰ ਤਿਆਰ ਨਹੀਂ ਹੋ ਸਕਦੀ। ਪਰ ਗੁਰੂ ਨਾਨਕ ਸਾਹਿਬ ਪਰਮਾਤਮਾ ਦੇ ਦੀਦਾਰ ਕਿੱਥੋਂ ਕਰਦੇ? ਮੈਂ ਥੋੜ੍ਹਾ ਜਿਹਾ ਤੁਹਾਨੂੰ ਪਿੱਛੇ ਲੈ ਕੇ ਜਾਵਾਂ। ਜਦੋਂ ਗੁਰੂ ਨਾਨਕ ਦੇਵ ਮਹਾਰਾਜ ਸਰੀਰਕ ਰੂਪ ਦੇ ਵਿੱਚ ਇਸ ਜਗਤ ਦੇ ਵਿੱਚ ਆਉਂਦੇ ਨੇ, ਅੱਜ ਵੀ ਜਦੋਂ ਕੋਈ ਬੱਚਾ ਜਨਮ ਲੈਂਦਾ ਹੈ, ਮਾਂ ਬਾਪ ਸੰਬੰਧੀ ਰਿਸ਼ਤੇਦਾਰ ਬਾਅਦ ਦੇ ਵਿੱਚ ਉਸਨੂੰ ਵੇਖਦੇ ਨੇ, ਸਭ ਤੋਂ ਪਹਿਲਾਂ ਤਾਈ ਵੇਖਦੀ ਹੈ, ਨਰਸ ਵੇਖਦੀ ਹੈ, ਮਿਡਵਾਈਫ ਵੇਖਦੀ ਹੈ, ਲੇਡੀ ਡਾਕਟਰ ਵੇਖਦੀ ਹੈ। ਸਭ ਤੋਂ ਪਹਿਲਾਂ ਬੱਚੇ ਨੂੰ ਮਾਂ ਤੋਂ ਪਹਿਲਾਂ ਤਾਈ ਵੇਖਦੀ ਹੈ। ਅਤੇ ਜਦੋਂ ਗੁਰੂ ਨਾਨਕ ਸਾਹਿਬ ਵੀ ਆਏ ਨੇ ਜਗਤ ਦੇ ਵਿੱਚ ਤਾਂ ਇਹਨਾਂ ਦੇ ਦੀਦਾਰ ਵੀ ਮਾਂ ਬਾਪ ਤੋਂ ਪਹਿਲਾਂ ਇਕਬਾਲ ਖਾਨ ਦੀ ਬੇਟੀ ਬੀਬੀ ਦੌਲਤਾਂ ਨੇ ਕੀਤੇ।
ਤੇ ਬੀਬੀ ਦੌਲਤਾਂ ਨੇ ਜਦੋਂ ਦੀਦਾਰ ਕੀਤੇ, ਹੁਣ ਕੁਦਰਤ ਘਰ ਦੇ ਵਿੱਚ ਪੁੱਤਰ ਦਾ ਜਨਮ, ਤੇ ਉਹ ਵੀ ਮਹਿਤਾ ਕਾਲੂ ਜੀ ਦੇ ਘਰ। ਹੁਣ ਮਹਿਤਾ ਨਾ ਤਾਂ ਕਾਲੂ ਜੀ ਦੀ ਕੋਈ ਗੋਤਰ ਹੈ ਤੇ ਨਾ ਨਾਮ ਦਾ ਪਛੇਤਰ ਹੈ। ਜ਼ਮੀਨੀ ਬੰਦੋਬਸਤ ਦਾ ਇੱਕ ਬਹੁਤ ਉੱਚਾ ਅਹੁਦਾ ਹੈ ਰਾਜੇ ਦੇ ਦਰਬਾਰ ਦੇ ਵਿੱਚ, ਜਿਸ ਨੂੰ ਮਹਿਤਾ ਕਿਹਾ ਜਾਂਦਾ ਹੈ। ਅਸੀਂ ਪਾਵਨ ਬਾਣੀ 'ਚ ਪੜ੍ਹਦੇ, ਲੱਭ ਕੂੜ ਦੋਏ ਰਾਜਾ ਮਹਿਤਾ ਵਜ਼ੀਰ, ਇਹ ਨਾਮ ਉਹਨਾਂ ਦੇ ਅਹੁਦੇ ਦੇ ਕਰਕੇ ਹੈ ਮਹਿਤਾ ਕਾਲੂ ਜੀ। ਕਿਉਂਕਿ ਜ਼ਮੀਨੀ ਬੰਦੋਬਸਤ ਦੇ ਵਿੱਚ ਬੇਸ਼ੱਕ ਅਸੀਂ ਪਟਵਾਰੀ ਉਹਨਾਂ ਨੂੰ ਕਹਿ ਦਿੰਦੇ ਹਾਂ, ਪਰ ਉਹਨਾਂ ਦਾ ਅਹੁਦਾ ਮਹਿਤਾ ਦਾ ਹੈ। ਇਸੇ ਕਰਕੇ ਅਸੀਂ ਮਹਿਤਾ ਕਾਲੂ ਜੀ ਕਹਿੰਦੇ ਹਾਂ ਕਿ ਜ਼ਮੀਨੀ ਬੰਦੋਬਸਤ ਦੇ ਵਿੱਚ ਸਭ ਤੋਂ ਉੱਪਰਲਾ ਵਜ਼ੀਰ ਮਹਿਤਾ। ਹੁਣ ਵਜ਼ੀਰ ਦੇ ਘਰ ਪੁੱਤਰ ਨੇ ਜਨਮ ਲਿਆ ਹੈ, ਤੇ ਕੀ ਉਹ ਜਿਹੜਾ ਵਜ਼ੀਰ ਹੈ ਜਿਹੜਾ ਉਸ ਸਮੇਂ ਦੇ ਵਿੱਚ ਉੱਚੇ ਅਹੁਦੇ ਦੇ ਉੱਪਰ ਹੈ, ਉਹ ਦਾਈ ਨੂੰ ਕੁਛ ਤੋਹਫੇ ਨਹੀਂ ਦੇਵੇਗਾ, ਉਹ ਕੁਛ ਮੋਹਰਾਂ ਕੁਛ ਅਸ਼ਰਫੀਆਂ ਨਹੀਂ ਦੇਵੇਗਾ? ਜਦੋਂ ਖਬਰ ਮਿਲੀ ਕਿ ਘਰ ਦੇ ਵਿੱਚ ਪੁੱਤਰ ਨੇ ਜਨਮ ਲਿਆ, ਤੇ ਮਹਿਤਾ ਕਾਲੂ ਜੀ ਨੇ ਦੌਲਤਾ ਦਾਈ ਨੂੰ ਕੁਛ ਅਸ਼ਰਫੀਆਂ ਕੁਛ ਮੋਹਰਾਂ ਦੇਣ ਦੇ ਵਾਸਤੇ ਜਦੋਂ ਹੱਥ ਅੱਗੇ ਵਧਾਇਆ ਨਾ, ਤੇ ਉਹਨੇ ਹੱਥ ਜੋੜ ਦਿੱਤੇ। ਜਨਮ ਸਾਖੀ ਦੇ ਸ਼ਬਦ ਬੜੇ ਪਿਆਰੇ ਨੇ, ਕਹਿੰਦੀ ਕਾਲੂ ਜੀ ਹੁਣ ਅਸਲ ਇਸ ਮਾਇਆ ਦੀ ਲੋੜ ਨਹੀਂ, ਜਿਸ ਰੱਬੀ ਨੂਰ ਦੇ ਦੀਦਾਰ ਮੈਂ ਕਰ ਲਏ ਨੇ ਨਾ, ਇਸ ਮਾਇਆ ਤੋਂ ਪਕੜ ਛੁੱਟ ਗਈ ਆ। ਹੁਣ ਦੌਲਤਾ ਦਾਈ ਨੇ ਕਿਹੜੀਆਂ ਅੱਖਾਂ ਦੇ ਨਾਲ ਦੀਦਾਰ ਕੀਤੇ ਅਸੀਂ ਇਹ ਵੇਖਣਾ ਹੈ। ਗੁਰੂ ਨਾਨਕ ਸਾਹਿਬ ਪਰਮਾਤਮਾ ਦੇ ਦੀਦਾਰ ਕਿਵੇਂ ਕਰਦੇ ਸੀ? ਉਹ ਜਦੋਂ ਵੀ ਮਰਦਾਨੇ ਨੂੰ ਕਹਿੰਦੇ ਨੇ ਕਿ ਮਰਦਾਨਿਆਂ ਰਬਾਬ ਨੂੰ ਛੇੜ, ਤੇ ਅਗਲੇ ਸ਼ਬਦ ਜਨਮ ਸਾਖੀਆਂ 'ਚ ਬੜੇ ਪਿਆਰੇ ਨੇ। ਜੇ ਉਹਨਾਂ ਸ਼ਬਦਾਂ ਦੀ ਸਾਨੂੰ ਸਮਝ ਲੱਗ ਜਾਵੇ ਨਾ ਕਿ ਗੁਰੂ ਨਾਨਕ ਸਾਹਿਬ ਪਰਮਾਤਮਾ ਦੇ ਦੀਦਾਰ ਕਿਵੇਂ ਕਰਦੇ ਨੇ, ਤੇ ਅਸੀਂ ਗੁਰੂ ਨਾਨਕ ਸਾਹਿਬ ਦੇ ਦੀਦਾਰ ਕਿੱਥੋਂ ਕਰਨੇ ਨੇ, ਇੱਕ ਛੋਟੀ ਜਿਹੀ ਰਮਜ਼ ਹੈ। ਗੁਰੂ ਨਾਨਕ ਸਾਹਿਬ ਜਦੋਂ ਵੀ ਸ਼ਬਦ ਪੜ੍ਹਦੇ ਨੇ ਉਸ ਪਰਮਾਤਮਾ ਦੀ ਸਿਫਤ ਦੇ ਵਿੱਚ, ਤੇ ਜਦੋਂ ਵੀ ਮਰਦਾਨਾ ਜੀ ਰਬਾਬ ਵਜਾਉਂਦੇ ਨੇ, ਗੁਰੂ ਨਾਨਕ ਸਾਹਿਬ ਇੱਕ ਗੱਲ ਕਹਿੰਦੇ ਨੇ, ਮਰਦਾਨਿਆਂ ਰਬਾਬ ਨੂੰ ਛੇੜ, ਜਰਾ ਖੁਦਾ ਦੀ ਸਿਫਤ ਦੇ ਵਿੱਚੋਂ ਖੁਦਾ ਦੇ ਦੀਦਾਰ ਕਰੀ। ਇਸ ਦਾ ਮਤਲਬ ਕਿ ਜੇਕਰ ਖੁਦਾ ਦੇ ਦੀਦਾਰ ਖੁਦਾ ਦੀ ਸਿਫਤ ਦੇ ਵਿੱਚੋਂ ਹੋ ਸਕਦੇ ਨੇ, ਤੇ ਗੁਰੂ ਨਾਨਕ ਸਾਹਿਬ ਦੇ ਦੀਦਾਰ ਗੁਰੂ ਨਾਨਕ ਸਾਹਿਬ ਦੀ ਬਾਣੀ ਦੇ ਵਿੱਚੋਂ ਹੋ ਸਕਦੇ ਨੇ, ਤਸਵੀਰ ਦੇ ਵਿੱਚੋਂ ਨਹੀਂ। ਗੁਰੂ ਨਾਨਕ ਸਾਹਿਬ ਦੇ ਦੀਦਾਰ ਗੁਰੂ ਸਾਹਿਬ ਦੀ ਵਿਚਾਰਧਾਰਾ 'ਚ ਹੋ ਸਕਦੇ ਨੇ, ਗੁਰੂ ਸਾਹਿਬ ਦੀ ਬਾਣੀ 'ਚ ਹੋ ਸਕਦੇ ਨੇ, ਸ਼ਬਦ ਦੇ ਵਿੱਚੋਂ ਹੋ ਸਕਦੇ ਨੇ। ਹੁਣ ਸਰੀਰ ਦਾ ਜੋ ਮਰਜ਼ੀ ਕਰਦੇ, ਮੇਰੀ ਵੱਲੋਂ ਦਫਨਾ ਦੇ, ਮੇਰੀ ਵੱਲੋਂ ਅੱਗ ਲਗਾ ਦੇ, ਮੇਰੀ ਵੱਲੋਂ ਪਾਣੀ 'ਚ ਵਹਾ ਦੇ, ਮੈਨੂੰ ਕਾਈ ਮਤਲਬ ਨਹੀਂ, ਮੈਨੂੰ ਕੋਈ ਮਤਲਬ ਨਹੀਂ, ਮੈਨੂੰ ਕੋਈ ਭੇਦ ਨਹੀਂ, ਰਿਸ਼ਤਾ ਤਾਂ ਤੇਰੇ ਨਾਲ ਰੂਹ ਦਾ ਹੈ। ਮਰਦਾਨਾ ਜੀ ਆਪਣੇ ਸਵਾਸ ਪੂਰੇ ਕਰ ਗਏ ਅਤੇ ਗੁਰੂ ਨਾਨਕ ਸਾਹਿਬ ਵਾਪਸ ਆਏ ਨੇ ਤਲਵੰਡੀ। ਅੱਗੇ ਵੀ ਵਾਪਸ ਆਉਂਦੇ ਸੀ, ਮਰਦਾਨਾ ਨਾਲ ਹੁੰਦਾ ਸੀ, ਅਤੇ ਹੁਣ ਮਰਦਾਨੇ ਦੀ ਰਬਾਬ ਗੁਰੂ ਨਾਨਕ ਦੇ ਮੋਢੇ ਦੇ ਉੱਪਰ ਹੈ, ਅਤੇ ਗੁਰੂ ਨਾਨਕ ਸਾਹਿਬ ਇਕੱਲੇ ਵਾਪਸ ਆਏ। ਮੈਂ ਤਾਂ ਸੋਚਦਾ ਉਹ ਰਬਾਬ ਵੀ ਕਿੰਨੀ ਪਵਿੱਤਰ ਹੈ, ਜਿੰਨਾ ਸਫ਼ਰ ਗੁਰੂ ਨਾਨਕ ਸਾਹਿਬ ਨੇ ਕੀਤਾ ਉਨਾ ਸਫ਼ਰ ਉਸ ਰਬਾਬ ਨੇ ਕੀਤਾ। ਜਿੰਨੇ ਉਪਦੇਸ਼ ਗੁਰੂ ਨਾਨਕ ਸਾਹਿਬ ਨੇ ਲੁਕਾਈ ਨੂੰ ਦਿੱਤੇ ਨੇ, ਉਸ ਲੁਕਾਈ ਨੂੰ ਉਪਦੇਸ਼ ਦੇਣ ਵਾਲੇ ਸ਼ਬਦ ਦੇ ਵਿੱਚ ਉਸ ਰਬਾਬ ਦਾ ਸੰਗੀਤ ਹੈ। ਬੇਸ਼ੱਕ ਅੱਜ ਸਾਡੀਆਂ ਧਾਰਮਿਕ ਪਰੰਪਰਾਵਾਂ ਵਿੱਚ ਰਬਾਬ ਦੇ ਉੱਪਰ ਕੀਰਤਨ ਕਰਨ ਦੀ ਪਰੰਪਰਾ ਖਤਮ ਹੁੰਦੀ ਜਾ ਰਹੀ ਹੈ, ਪਰ ਰਬਾਬ ਹੀ ਇੱਕ ਐਸਾ ਸਾਜ ਹੈ ਜਿਹਦੇ ਵਿੱਚ ਸੁਰ ਵੀ ਹੈ ਔਰ ਤਾਲ ਵੀ ਹੈ, ਜਿਸ ਨੂੰ ਵਜਾਉਣ ਅਤੇ ਗਾਇਨ ਕਰਨ ਦੇ ਵਾਸਤੇ ਤੁਹਾਨੂੰ ਕਿਸੇ ਤਬਲੇ ਦੀ ਲੋੜ ਨਹੀਂ ਪੈਂਦੀ। ਰਬਾਬ ਦੇ ਵਿੱਚ ਸੁਰ ਵੀ ਹੈ, ਰਬਾਬ ਦੇ ਵਿੱਚ ਤਾਲ ਵੀ ਹੈ। ਗੁਰੂ ਨਾਨਕ ਸਾਹਿਬ ਨੇ ਕੈਸਾ ਸੰਗੀਤ ਚੁਣਿਆ ਲੁਕਾਈ ਨੂੰ ਸੱਚ ਦਾ ਉਪਦੇਸ਼ ਦੇਣ ਦੇ ਵਾਸਤੇ। ਹੁਣ ਗੁਰੂ ਨਾਨਕ ਸਾਹਿਬ ਵਾਪਸ ਆਏ ਨੇ ਅਤੇ ਸਾਰੇ ਪਿੰਡ ਦੇ ਵਿੱਚ ਇਹ ਗੱਲ ਫੈਲ ਗਈ, ਮਰਦਾਨਾ ਵਾਪਸ ਨਹੀਂ ਆਇਆ, ਮਰਦਾਨਾ ਸ਼ਾਇਦ
ਦੁਨੀਆਂ ਤੋਂ ਜਾ ਚੁੱਕਾ ਹੈ। ਗੁਰੂ ਨਾਨਕ ਦੇ ਮੋਢਿਆਂ ਦੇ ਉੱਪਰ ਮਰਦਾਨੇ ਦੀ ਰਬਾਬ ਹੈ। ਗੁਰੂ ਨਾਨਕ ਇਕੱਲਾ ਹੀ ਵਾਪਸ ਆਇਆ ਹੈ ਅਤੇ ਮਰਦਾਨੇ ਦਾ ਬੇਟਾ, ਦੋ ਪੁੱਤਰ ਸੀ, ਸਜ਼ਾਦ ਔਰ ਰਜ਼ਾਦਾ। ਰਜ਼ਾਦਾ ਆਇਆ ਗੁਰੂ ਸਾਹਿਬ ਦੇ ਕੋਲ। ਰਜ਼ਾਦੇ ਨੇ ਆ ਕੇ ਕੋਈ ਗੱਲ ਨਹੀਂ ਕੀਤੀ। ਉਸਨੂੰ ਪਤਾ ਲੱਗ ਚੁੱਕਾ ਸੀ ਕਿ ਮੇਰਾ ਅੱਪਾ ਇਸ ਸੰਸਾਰ ਤੋਂ ਜਾ ਚੁੱਕਾ ਹੈ। ਅਤੇ ਗੁਰੂ ਨਾਨਕ ਸਾਹਿਬ ਨੂੰ ਜਦੋਂ ਆ ਕੇ ਮਿਲਿਆ ਅਤੇ ਗੁਰੂ ਨਾਨਕ ਸਾਹਿਬ ਨੇ ਮਰਦਾਨੇ ਦੀ ਰਬਾਬ ਰਜ਼ਾਦੇ ਦੀ ਝੋਲੀ ਦੇ ਵਿੱਚ ਪਾ ਦਿੱਤੀ। ਅਤੇ ਨਾਲ ਹੀ ਉਸਨੇ ਕਿਹਾ, ਗੁਰੂ ਨਾਨਕ ਸਾਹਿਬ ਨੇ, ਰਜ਼ਾਦਿਆਂ ਕੁਛ ਮੰਗ। ਅਤੇ ਉਸਦਾ ਜਵਾਬ ਬੜਾ ਪਿਆਰਾ, ਬਾਬਾ ਜਦੋਂ ਅੱਬਾ ਤੇਰੇ ਨਾਲ ਗਿਆ ਸੀ ਨਾ ਅਤੇ ਤੂੰ ਮੇਰੇ ਅੱਬੇ ਨੂੰ ਉਪਦੇਸ਼ ਦਿੱਤਾ ਸੀ ਕਿ ਖੁਦਾਈ ਤੋਂ ਸਿਵਾ ਹੋਰ ਕਿਸੇ ਕੋਲ ਨਹੀਂ ਮੰਗਣਾ। ਬਾਬਾ ਸਾਨੂੰ ਮੇਰੇ ਅੱਬਾ ਨੇ ਮੰਗਣਾ ਸਿਖਾਇਆ ਹੀ ਨਹੀਂ। ਉਹਨੇ ਕਿਹਾ ਸੀ ਜੋ ਵੀ ਗੁਰੂ ਦੇਵੇਗਾ ਝੋਲੀ ਦੇ ਵਿੱਚ ਕਬੂਲ ਹੈ। ਕੁਝ ਮੰਗਣਾ ਸਿਖਾਇਆ ਹੀ ਨਹੀਂ, ਫਿਰ ਵੀ ਮੈਨੂੰ ਇਹ ਦੱਸ ਦਿਓ ਕਿ ਮੇਰੇ ਅੱਬਾ ਨੇ ਮਰਨ ਤੋਂ ਪਹਿਲਾਂ ਤੁਹਾਡੇ ਕੋਲ ਕੀ ਮੰਗਿਆ ਸੀ। ਹੁਣ ਉਹ ਜਨਮ ਸਾਖੀ ਦੇ ਸ਼ਬਦ ਬੜੇ ਪਿਆਰੇ ਨੇ। ਮਰਦਾਨਾ ਜਾ ਰਿਹਾ ਸੰਸਾਰ ਤੋਂ ਅਤੇ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਮਰਦਾਨਿਆਂ ਕੁਛ ਮੰਗ। ਅਤੇ ਮਰਦਾਨਾ ਕਹਿੰਦਾ ਤੇਰੀ ਮੇਰੀ ਤੋੜ ਨਿਭ ਜਾਵੇ। ਦੁੱਧ ਤਾਂ ਗਈ ਹੈ, ਸਾਰੀ ਜ਼ਿੰਦਗੀ ਇਕੱਠੇ ਰਹੇ ਨੇ ਸਰੀਰ ਕਰਕੇ, ਫਿਰ ਵੀ ਇੱਕ ਭੋਰੀ ਵੀ ਵਿਛੜਨਾ ਨਹੀਂ ਚਾਹੁੰਦਾ। ਬਾਬਾ ਤੇਰੀ ਮੇਰੀ ਤੋੜ ਨਿਭ ਜਾਵੇ। ਅਤੇ ਗੁਰੂ ਨਾਨਕ ਸਾਹਿਬ ਰਜ਼ਾਦੇ ਨੂੰ ਕਹਿੰਦੇ ਨੇ, ਰਜ਼ਾਦਿਆ ਤੇਰੇ ਬਾਪ ਨੇ ਮੇਰੇ ਕੋਲ ਮੰਗਿਆ ਸੀ ਬਾਬਾ ਤੇਰੀ ਮੇਰੀ ਤੋੜ ਨਿਭ ਜਾਵੇ। ਅਤੇ ਰਜ਼ਾਦਾ ਕਹਿੰਦਾ ਬਾਬਾ ਫਿਰ ਇਹੀ ਮੇਰੀ ਝੋਲੀ 'ਚ ਪਾ ਦੇ, ਤੇਰੀ ਮੇਰੀ ਤੋੜ ਨਿਭ ਜਾਵੇ, ਇਹੀ ਮੇਰੀ ਝੋਲੀ 'ਚ ਪਾ ਦੇ। ਹੁਣ ਇਹ ਕਿਹੜੀਆਂ ਸ਼ਖਸੀਅਤਾਂ ਸੀ? ਇਹ ਉਹ ਸ਼ਖਸੀਅਤਾਂ ਸੀ ਜਿਨ੍ਹਾਂ ਨੇ ਸੱਚਮੁੱਚ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਦੇ ਵਿੱਚੋਂ ਗੁਰੂ ਨਾਨਕ ਸਾਹਿਬ ਦੇ ਦੀਦਾਰ ਕੀਤੇ, ਵਿਚਾਰਧਾਰਾ ਦੇ ਵਿੱਚੋਂ ਗੁਰੂ ਸਾਹਿਬ ਨੂੰ ਸਮਝਿਆ। ਔਰ ਗੁਰੂ ਸਾਹਿਬ ਨੇ ਜਿਹੜੇ ਵਿਲੱਖਣ ਉਪਦੇਸ਼ ਇਸ ਲੁਕਾਈ ਦੇ ਵਾਸਤੇ ਦੇ ਦਿੱਤੇ, ਉਹਨਾਂ ਉਪਦੇਸ਼ਾਂ ਦੇ ਉੱਪਰ ਚੱਲਦਿਆਂ ਆਪਣਾ ਆਪਾ ਤੇ ਕੁਰਬਾਨ ਕਰ ਦਿੱਤਾ। ਪਰ ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਤੋਂ ਪਿੱਠ ਨਹੀਂ ਵਿਖਾਈ, ਕਿਉਂਕਿ ਇਸ ਪਿਆਰ ਦੇ ਮਾਰਗ ਦੇ ਵਿੱਚ ਚੱਲਣ ਦੇ ਵਾਸਤੇ ਜਿਹੜੀ ਗੁਰੂ ਨਾਨਕ ਸਾਹਿਬ ਨੇ ਸ਼ਰਤ ਨਿਰਧਾਰਿਤ ਕਰ ਦਿੱਤੀ ਸੀ, ਉਹ ਬੜੀ ਵੱਖਰੀ ਹੈ ਸਿੱਖੀ ਦੇ ਵਾਸਤੇ। ਜੋ ਤੋ ਪ੍ਰੇਮ ਖੇਲਣ ਕਾ ਜਾਓ, ਸਿਰ ਤਰ ਤਲੀ ਗਲੀ ਮਿਲੀ ਆਓ, ਇਤ ਮਾਰਗ ਪੈਰ ਧਰੀਜੇ, ਸਿਰ ਦੀਜੇ ਕਾਲ ਨਾ ਕੀਜੇ। ਔਰ ਇਹ ਪਿਆਰ ਦੀ ਖੇਡ ਹੈ। ਇਸ ਪਿਆਰ ਦੀ ਖੇਡ ਦੇ ਵਿੱਚ ਸ਼ਰਤ ਸਿਰ ਦੀ ਹੈ। ਅਸੀਂ ਅਕਸਰ ਜਦੋਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਅਰਦਾਸ ਕਰਦੇ ਹਾਂ ਅਤੇ ਸਾਰੇ ਸਮੂਹਿਕ ਰੂਪ ਦੇ ਵਿੱਚ ਇੱਕ ਗੱਲ ਉਚਾਰਦੇ ਹਾਂ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਪਲਾ। ਇਹ ਆਪਣੇ ਆਪ ਦੇ ਵਿੱਚ ਸਿੱਖੀ ਦੀ ਬਹੁਤ ਵੱਡੀ ਵਿਅਕਤੀਗਤ ਅਤੇ ਸਮੂਹਿਕ ਵਿਚਾਰਧਾਰਾ, ਇਹ ਕੋਈ ਛੋਟੀ ਗੱਲ ਨਹੀਂ ਹੈ, ਇਹ ਬਹੁਤ ਵੱਡੀ ਗੱਲ ਹੈ। ਇਹਦੇ ਵਿੱਚ ਚਾਰ ਅੱਖਰ ਨੇ ਜਿਹੜੇ ਚਾਰ ਸਿੱਖੀ ਦੀ ਜੀਵਨ ਜਾਂਚ ਦੇ ਥੰਮ ਨੇ ਜਿਨ੍ਹਾਂ ਨੂੰ ਤੁਸੀਂ ਵੱਖ ਕਰਕੇ ਨਹੀਂ ਵੇਖ ਸਕਦੇ। ਪਹਿਲਾ ਹੈ ਨਾਮ, ਨਾਨਕ ਨਾਮ ਸ਼ਬਦ। ਜਿੰਨਾ ਚਿਰ ਤੁਹਾਡੇ ਕੋਲ ਸ਼ਬਦ ਨਹੀਂ ਹੈ ਤੁਹਾਡੀ ਚੜ੍ਹਦੀ ਕਲਾ ਨਹੀਂ ਹੋ ਸਕਦੀ। ਨਾਮ, ਨਾਮ ਤੋਂ ਬਾਅਦ ਚੜ੍ਹਦੀ ਕਲਾ। ਸ਼ਬਦ ਦੇ ਨਾਲ ਹੀ ਮਨ ਜਿਹੜਾ ਹੈ ਉੱਚੀ ਅਵਸਥਾ ਦੇ ਵਿੱਚ ਜਾ ਸਕਦਾ ਹੈ, ਸ਼ਬਦ ਦੇ ਸਦਕਾ। ਸ਼ਬਦ ਦੇ ਨਾਲ ਹੀ ਮਨ ਹਾਈ ਸਪਿਰਿਟਸ ਦੇ ਵਿੱਚ ਜਾ ਸਕਦਾ ਹੈ, ਉੱਚੀਆਂ ਰੂਹਾਨੀ ਉਡਾਰੀਆਂ 'ਚ ਜਾ ਸਕਦਾ ਹੈ, ਜਿਸ ਨੂੰ ਅਸੀਂ ਚੜ੍ਹਦੀ ਕਲਾ ਕਹਿੰਦੇ ਹਾਂ। ਅਤੇ ਜਿਹੜਾ ਮਨ ਚੜ੍ਹਦੀ ਕਲਾ ਦੇ ਵਿੱਚ ਹੈ ਉਹੀ ਭਾਣਾ ਮੰਨ ਸਕਦਾ ਹੈ। ਅਤੇ ਤੇਰੇ ਭਾਣੇ, ਨਾਮ ਤੋਂ ਬਾਅਦ ਮਨ ਚੜ੍ਹਦੀ ਕਲਾ ਚਾਹੁੰਦਾ ਹੈ, ਅਤੇ ਚੜ੍ਹਦੀ ਕਲਾ ਵਾਲਾ ਮਨ ਹੀ ਭਾਣਾ ਮੰਨ ਸਕਦਾ ਹੈ। ਅਤੇ ਜਿਹੜਾ ਭਾਣਾ ਮੰਨ ਸਕਦਾ ਹੈ ਸਰਬੱਤ ਦਾ ਭਲਾ ਵੀ ਉਹੀ ਕਰ ਸਕਦਾ ਹੈ, ਕਿਉਂਕਿ ਸਰਬੱਤ ਦਾ ਭਲਾ ਕਰਨ ਦੇ ਵਾਸਤੇ ਦੇਗਾ 'ਚ ਵੀ ਉੱਬਲਣਾ ਪੈਂਦਾ ਅਤੇ ਚੱਕਰੀ 'ਤੇ ਵੀ ਚੜ੍ਹਨਾ ਪੈਂਦਾ। ਸੋ ਇਹ ਜਿਹੜੇ ਚਾਰ ਸ਼ਬਦ ਨੇ ਇਹਨਾਂ ਨੂੰ ਵੱਖ ਕਰਕੇ ਨਹੀਂ ਵੇਖਿਆ ਜਾ ਸਕਦਾ ਸਿੱਖ ਦੇ ਵਿਚਾਰਧਾਰਕ ਪੱਖ ਦੇ ਵਿੱਚ, ਕਿ ਸ਼ਬਦ
ਸ਼ਬਦ ਤੋਂ ਮਾਨਸਿਕ ਤੌਰ ਤੇ ਚੜ੍ਹਦੀ ਕਲਾ ਦੇ ਨਾਲ ਭਾਣਾ ਮੰਨਣ ਦਾ ਗੁਣ ਆਉਣਾ ਤੇ ਭਾਣਾ ਮੰਨਣ ਦੇ ਗੁਣ ਆਉਣ ਤੋਂ ਬਾਅਦ ਸਰਬੱਤ ਦੇ ਭਲੇ ਦੇ ਵਾਸਤੇ ਜਾਣਾ। ਇਹ ਚਾਰ ਐਸੇ ਸਾਡੀ ਵਿਚਾਰਧਾਰਕ ਪੱਖ ਦੇ ਸਮੂਹਿਕ ਰੂਪ ਚ ਅਸੀਂ ਕੌਮੀ ਗੁਣ ਲੈ ਲਈਏ ਜਾਂ ਵਿਅਕਤੀਗਤ ਤੌਰ ਤੇ ਇੱਕ ਮਨੁੱਖ ਦੇ ਗੁਣ ਲੈ ਲਈਏ, ਇਹ ਸਾਡੀ ਵਿਅਕਤੀਗਤ ਔਰ ਸਮੂਹਿਕ ਅਰਦਾਸ ਦਾ ਹਿੱਸਾ ਜਿਹੜੇ ਸ਼ਬਦ ਨੇ ਉਹਨਾਂ ਚ ਸਿੱਖੀ ਦੀ ਇੱਕ ਵਿਲੱਖਣ ਵਿਚਾਰਧਾਰਾ ਹੈ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਗੁਰੂ ਨਾਨਕ ਸਾਹਿਬ ਲਾਹੌਰ ਤੋਂ 24 ਕੋਹ ਦੂਰ ਪਿੰਡ ਹੈ ਚਬੁਰਜੀ, ਚਬੁਰਜੀ ਦੇ ਕੋਲ ਨੇ ਗੁਰੂ ਨਾਨਕ ਸਾਹਿਬ। ਇੱਕ 13 ਸਾਲ ਦਾ ਬਾਲਕ ਗੁਰੂ ਸਾਹਿਬ ਦੇ ਕੋਲ ਆਇਆ ਤੇ ਆ ਕੇ ਉਸਨੇ ਇੱਕ ਸਵਾਲ ਕੀਤਾ ਹੈ। ਸਵਾਲ ਬੜਾ ਪਿਆਰਾ ਹੈ। 13 ਸਾਲ ਦਾ ਬਾਲਕ ਗੁਰੂ ਨਾਨਕ ਸਾਹਿਬ ਨੂੰ ਸਵਾਲ ਕਰ ਰਿਹਾ। ਇਸ ਬਾਲਕ ਦਾ ਨਾਮ ਭਾਈ ਸਾਹਿਬ ਭਾਈ ਗੁਰਦਾਸ ਦੀਆਂ 11ਵੀਂ ਵਾਰ ਦੀ 13ਵੀਂ ਪੌੜੀ ਦੀ ਪਹਿਲੀ ਲਾਈਨ ਦੇ ਵਿੱਚ ਆਉਂਦਾ ਹੈ। ਤਾਰੂ ਪੌਪ ਟੂ ਤਾਰਿਆ ਗੁਰਮੁਖ ਬਾਲ ਸੁਭਾਏ ਉਦਾਸੀ। ਬਾਲ ਬੱਚਾ, ਤਾਰੂ ਉਸਦਾ ਨਾਮ, ਪੌਪਟ ਉਸਦੀ ਜਾਤੀ। ਤਾਰੂ ਪੌਪ ਟੂ ਤਾਰਿਆ ਗੁਰਮੁਖ ਬਾਲ ਸੁਭਾਏ ਉਦਾਸੀ। ਇਸ 13 ਸਾਲ ਦੇ ਬੱਚੇ ਦਾ ਨਾਮ ਹੈ ਤਾਰੂ। ਤਾਰੂ ਆ ਕੇ ਗੁਰੂ ਨਾਨਕ ਸਾਹਿਬ ਨੂੰ ਇੱਕ ਸਵਾਲ ਕਰਦਾ ਹੈ, ਬਾਬਾ ਮਨ ਮੌਤ ਦੇ ਭੈ ਤੋਂ ਮੁਕਤ ਕਿਵੇਂ ਹੋਵੇ ਤੇ ਗਿਆਨ ਕਿਵੇਂ ਮਿਲੇ। 13 ਸਾਲ ਦੇ ਬੱਚੇ ਦਾ ਸਵਾਲ। ਸਾਡੀ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ, ਕਦੀ ਮਨ ਦੇ ਵਿੱਚ ਇਹ ਸਵਾਲ ਪੈਦਾ ਹੀ ਨਹੀਂ ਹੁੰਦਾ ਕਿ ਮਨ ਮੌਤ ਦੇ ਭੈ ਤੋਂ ਮੁਕਤ ਕਿਵੇਂ ਹੋਵੇ ਤੇ ਗਿਆਨ ਕਿਵੇਂ ਮਿਲੇ। ਜਦੋਂ ਕਿ ਪਾਵਨ ਗੁਰਬਾਣੀ ਦੇ ਵਿੱਚ ਬੜਾ ਸਪਸ਼ਟ ਹੈ, ਜਿਹ ਮਰਨੇ ਸਭ ਜਗਤ ਤਰਾਸਿਆ, ਸਾਰਾ ਸੰਸਾਰ ਜਿਸ ਮੌਤ ਤੋਂ ਡਰਦਾ ਸੋ ਮਰਨਾ ਗੁਰ ਸ਼ਬਦ ਪ੍ਰਗਾਸਿਆ। ਗੁਰੂ ਦੇ ਸ਼ਬਦ ਦੇ ਸਦਕਾ ਹੀ ਮਨੁੱਖ ਮੌਤ ਦੇ ਭੈ ਤੋਂ ਮੁਕਤ ਹੋ ਸਕਦਾ। ਜਿਹ ਮਰਨੇ ਸਭ ਜਗਤ ਤਰਾਸਿਆ, ਸੋ ਮਰਨਾ ਗੁਰ ਸ਼ਬਦ ਪ੍ਰਗਾਸਿਆ। ਅਬ ਕੈਸੇ ਮਰੂ ਮਰਨ ਮਨ ਮਾਨਿਆ, ਮਰ ਮਰ ਜਾਤੇ ਜਿਨ ਰਾਮ ਨਾ ਜਾਣਿਆ। ਮਰਨੋ ਮਰਨ ਕਹਿ ਸਭ ਕੋਈ, ਸਹਿਜੇ ਮਰੇ ਅਮਰ ਹੋਏ ਸੋਈ। ਕਹਿ ਕਬੀਰ ਮਨ ਭਇਆ ਆਨੰਦਾ, ਗਇਓ ਭਰਮ ਰਹਿਓ ਪਰਮ ਆਨੰਦਾ। ਮੌਤ ਦੇ ਵਿੱਚ ਵੀ ਆਨੰਦ ਹੈ, ਜਿਸ ਮਰਨੇ ਤੇ ਜੱਗ ਡਰੈ ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਏ ਪੂਰਨ ਪਰਮ ਆਨੰਦ। ਹੁਣ ਇਹ ਅਵਸਥਾ ਕਿਵੇਂ ਆਵੇ, ਸਾਰੀ ਜ਼ਿੰਦਗੀ ਲੰਘ ਜਾਂਦੀ ਹੈ। ਜਿਹੜਾ ਸਵਾਲ 13 ਸਾਲ ਦੇ ਬੱਚੇ ਦੇ ਮਨ 'ਚ ਪੈਦਾ ਹੋਇਆ, ਸਾਡੀ ਜ਼ਿੰਦਗੀ 'ਚ ਕਦੀ ਪੈਦਾ ਹੀ ਨਹੀਂ ਹੁੰਦਾ ਕਿ ਸਾਰੀ ਜ਼ਿੰਦਗੀ ਮੌਤ ਦੇ ਡਰ ਦੇ ਵਿੱਚ ਹੈ। ਜਿੰਨੇ ਵੀ ਸਾਡੇ ਜ਼ਿੰਦਗੀ ਦੇ ਉਪਰਾਲੇ ਨੇ ਨਾ, ਚਾਹੇ ਅਸੀਂ ਜੋਤਸ਼ੀਆਂ ਦੇ ਕੋਲ ਜਾਂਦੇ ਹਾਂ, ਚਾਹੇ ਧਾਗੇ ਤਵੀਤਾਂ ਵਾਲੇ ਕੋਲ ਜਾਂਦੇ ਹਾਂ, ਸਾਰੇ ਡਰ ਦੀ ਉਪਜ ਨੇ, ਸਾਰੇ ਡਰ ਦੇ ਵਿੱਚੋਂ ਹੈ। ਪਰ ਗੁਰੂ ਨਾਨਕ ਸਾਹਿਬ ਨੇ ਕਿੰਨਾ ਸਮਾਂ ਪਹਿਲਾਂ ਸਾਡੀ ਮਾਨਸਿਕਤਾ ਦੇ ਵਿੱਚੋਂ ਇਹ ਡਰ ਕੱਢ ਦਿੱਤਾ, ਕਿਉਂਕਿ ਇਹ ਡਰ ਓਨਾ ਚਿਰ ਤੱਕ ਹੈ ਜਿੰਨਾ ਚਿਰ ਤੱਕ ਤੁਸੀਂ ਸੰਸਾਰ ਦੇ ਉੱਪਰ ਫਿਰ ਰਹਿਣਾ ਚਾਹੁੰਦੇ ਹੋ। ਜਿੱਦਣ ਤੁਹਾਨੂੰ ਇਹ ਪਤਾ ਲੱਗ ਗਿਆ ਕਿ ਤੁਹਾਡਾ ਕੁਛ ਵੀ ਨਹੀਂ, ਸੰਸਾਰ ਨਾਸ਼ਵਾਨ ਹੈ, ਜਿੱਦਣ ਮਨ ਦੇ ਵਿੱਚ ਇਹ ਵਿਚਾਰਧਾਰਾ ਆ ਗਈ ਨਾ ਕਿ ਮੇਰਾ ਮੁਜਮੇ ਕਿਛ ਨਹੀਂ ਜੋ ਕਿਛ ਹੈ ਸੋ, ਫਿਰ ਕਿਸੇ ਤਰ੍ਹਾਂ ਦਾ ਡਰ ਨਹੀਂ। ਦਰਅਸਲ ਮੋਹ ਮਾਇਆ ਦੇ ਲਾਲਚ ਦੇ ਵਿੱਚੋਂ ਹੀ ਡਰ ਜਿਹੜਾ ਉਹ ਡਰ ਦੀ ਭਾਵਨਾ ਪੈਦਾ ਹੁੰਦੀ ਹੈ। ਔਰ ਅਸੀਂ ਇਸੇ ਕਰਕੇ ਅੱਜ ਜਿੰਨਾ ਵੀ ਜੋਤਸ਼ੀਆਂ ਦਾ ਕਾਰੋਬਾਰ ਹੈ, ਇਸੇ ਚੀਜ਼ ਦੇ ਉੱਪਰ ਮਨਸਰ ਹੈ ਕਿ ਮਨ ਦੇ ਵਿੱਚ ਭੈ ਹੈ, ਇੱਕ ਡਰ ਹੈ। ਉਸ ਡਰ ਦੇ ਸਦਕਾ ਕਦੀ ਅਸੀਂ ਸ਼ਨੀ ਤੋਂ ਡਰਦੇ ਹਾਂ, ਕਦੀ ਰਾਹੂ ਕੇਤੂ ਤੋਂ ਡਰਦੇ ਹਾਂ। ਤੁਸੀਂ ਵੇਖਦੇ ਹੋ ਹਿੰਦੁਸਤਾਨ ਦੇ ਵਿੱਚ ਸ਼ਨੀਵਾਰ ਵਾਲੇ ਦਿਨ ਇੱਕ ਦਿਨ ਦੇ ਵਿੱਚ ਕਰੋੜਾਂ ਦੀਆਂ ਹਰੀਆਂ ਮਿਰਚਾਂ ਅਤੇ ਨਿੰਬੂ ਵਿਕ ਜਾਂਦੇ ਨੇ, ਹਰ ਗੱਡੀ ਦੇ ਵਿੱਚ ਟੰਗੇ ਹੁੰਦੇ ਨੇ, ਹਰ ਘਰ ਦੇ ਉੱਪਰ ਟੰਗੇ ਹੁੰਦੇ ਨੇ।
ਕਾਹਦੇ ਵਾਸਤੇ? ਜੀ ਸ਼ਨੀ ਦੀ ਸਾੜ ਸਤੀ ਤੋਂ ਨਿੰਬੂ ਔਰ ਮਿਰਚਾਂ ਦੇ ਨਾਲ ਬਚਾਅ ਹੋ ਸਕਦਾ। ਤੇ ਮੈਂ ਸੋਚਦਾ ਕਿ ਇਸ ਦੇਸ਼ ਦੇ ਵਿੱਚ ਇੱਕ ਪਾਸੇ ਸ਼ਨੀ ਨੂੰ ਦੇਵਤਾ ਮੰਨਿਆ ਜਾਂਦਾ, ਦੂਜੇ ਪਾਸੇ ਧੋਖਾ ਵੀ ਉਸ ਨਾਲ ਕੀਤਾ ਜਾ ਰਿਹਾ। ਹੁਣ ਤਾਂ ਨਿੰਬੂ ਤੇ ਮਿਰਚਾਂ ਵੀ ਚਾਈਨਾ ਦੇ ਬਣੇ ਪਲਾਸਟਿਕ ਦੇ ਆ ਗਏ ਨੇ, ਸ਼ਨੀ ਉਹਨਾਂ ਤੇ ਪ੍ਰਸੰਨ ਨਹੀਂ ਚੱਲਦਾ। ਪਹਿਲਾਂ ਤਾਂ ਮਿਰਚਾਂ ਗਲ ਜਾਂਦੀਆਂ ਸੀ, ਸੜ ਜਾਂਦੀਆਂ ਸੀ, ਛੇਤੀ ਬਦਲਣੀਆਂ ਪੈਂਦੀਆਂ ਸੀ। ਹੁਣ ਚਾਈਨਾ ਵਾਲਿਆਂ ਨੇ ਨਿੰਬੂ ਤੇ ਮਿਰਚਾਂ ਵੀ ਤਿਆਰ ਕਰ ਦਿੱਤੇ ਨੇ। ਹੁਣ ਤੁਸੀਂ ਜਾ ਕੇ ਦੁਕਾਨਾਂ ਵਾਲਿਆਂ 'ਤੇ ਵੇਖੋ, ਉਹਨਾਂ ਪਲਾਸਟਿਕ ਦੇ ਟੰਗੇ ਆ। ਮੈਂ ਕਹਿੰਦਾ ਦੇਵਤਾ ਵੀ ਅਜੀਬ ਆ, ਚਾਈਨਾ ਵਾਲੇ ਨਿੰਬੂਆਂ 'ਤੇ ਰੀਝੀ ਜਾਂਦਾ, ਉਹਨਾਂ 'ਤੇ ਪ੍ਰਸੰਨ ਨਹੀਂ ਜਾਂਦਾ। ਪਰ ਜੋ ਕੁਛ ਵੀ ਹੈ ਉਹ ਸਾਡੇ ਪੈਰ ਦੇ ਵਿੱਚੋਂ ਹੈ। ਹੁਣ ਉਹ 13 ਸਾਲ ਦਾ ਬਾਲਕ ਗੁਰੂ ਨਾਨਕ ਸਾਹਿਬ ਨੂੰ ਸਵਾਲ ਕਰਦਾ, ਅਤੇ ਗੁਰੂ ਨਾਨਕ ਸਾਹਿਬ ਸਵਾਲ ਦਾ ਜਵਾਬ ਨਹੀਂ ਦਿੰਦੇ, ਉਸਨੂੰ ਮੋੜਵਾਂ ਸਵਾਲ ਕਰਦੇ ਨੇ। ਬੇਟਾ, ਮੈਂ ਤੇਰੇ ਸਵਾਲ ਦਾ ਜਵਾਬ ਬਾਅਦ ਵਿੱਚ ਦੇਵਾਂਗਾ, ਪਹਿਲਾਂ ਤੂੰ ਮੈਨੂੰ ਸਵਾਲ ਦਾ ਜਵਾਬ ਦੇ ਕਿ ਇੰਨੀ ਛੋਟੀ ਉਮਰ ਦੇ ਵਿੱਚ ਤੇਰੇ ਮਨ ਦੇ ਵਿੱਚ ਇਹ ਸਵਾਲ ਆਇਆ ਕਿਉਂ ਹੈ। ਮੈਂ ਤੇਰੇ ਸਵਾਲ ਦਾ ਜਵਾਬ ਬਾਅਦ ਵਿੱਚ ਦੇਵਾਂਗਾ, ਪਰ ਪਹਿਲਾਂ ਤੂੰ ਇਸ ਗੱਲ ਦਾ ਜਵਾਬ ਦੇ ਕਿ ਇੰਨੀ ਛੋਟੀ ਉਮਰ ਦੇ ਵਿੱਚ ਤੇਰੇ ਮਨ ਦੇ ਵਿੱਚ ਇੰਨਾ ਵੱਡਾ ਸਵਾਲ ਕਿਵੇਂ ਆਇਆ। ਬੱਚਾ ਜਵਾਬ ਦਿੰਦਾ, ਪਾਤਸ਼ਾਹ, ਅੱਜ ਤਾਂ ਸਾਡੇ ਘਰਾਂ ਦੇ ਵਿੱਚ ਹੈਲੋਜਨ ਓਵਨ, ਮਾਈਕ੍ਰੋਵੇਵ ਓਵਨ, ਗੈਸ ਸਟੋਵ, ਹੀਟਰ, ਬੜਾ ਕੁਛ ਹੈ ਰੋਟੀ ਬਣਾਉਣ ਦੇ ਵਾਸਤੇ। ਉਹਨਾਂ ਸਮਿਆਂ ਦੇ ਵਿੱਚ ਚੁੱਲ੍ਹਿਆਂ ਦੇ ਵਿੱਚ ਲੱਕੜਾਂ ਬਾਲ ਕੇ ਰੋਟੀ ਪਕਾਈ ਜਾਂਦੀ ਸੀ। ਹੁਣ ਵੇਖੋ, ਜਿਨ੍ਹਾਂ ਨੇ ਬੜੀ ਸੂਖਮਤਾ ਦੇ ਨਾਲ ਹਰ ਵਰਤਾਰੇ ਦਾ ਅਧਿਐਨ ਕਰਨਾ ਹੁੰਦਾ, ਉਹ ਕਿਸੇ ਅਵਸਥਾ 'ਚ ਵੀ ਹੋ ਸਕਦਾ। ਇਸੇ ਕਰਕੇ ਸ਼ੇਖ ਸਾਧੀ ਨੇ ਇੱਕ ਬੜੀ ਪਿਆਰੀ ਗੱਲ ਕਹੀ ਹੈ, ਉਸਨੇ ਕਿਹਾ, ਬਜ਼ੁਰਗੀ ਬਾ ਅਕਲ ਅਸਤ ਕੇ ਨਾ ਬਸਾ। ਕਈ ਵਾਰੀ ਛੋਟਾ ਜਿਹਾ ਬੱਚਾ ਇੰਨੀ ਸਿਆਣੀ ਗੱਲ ਕਰਦਾ ਹੈ ਨਾ, ਮਜ਼ਬੂਰਨ ਕਹਿਣਾ ਪੈਂਦਾ ਹੈ ਕਿ ਬੇਟਾ ਤੇਰੀ ਉਮਰ ਬੜੀ ਛੋਟੀ ਹੈ, ਗੱਲ ਬੜੀ ਸਿਆਣੀ ਕੀਤੀ ਹੈ। ਅਤੇ ਕਈ ਵਾਰੀ ਕੋਈ ਬਜ਼ੁਰਗ ਵੀ ਇਵੇਂ ਦੀ ਗੱਲ ਕਰਦਾ ਤਾਂ ਸਾਨੂੰ ਕਹਿਣਾ ਪੈਂਦਾ ਜੀ ਦਾੜ੍ਹੀ ਚਿੱਟੀ ਹੋ ਗਈ, ਬੱਚਿਆਂ ਵਾਲੀਆਂ ਗੱਲਾਂ ਕਰਦੇ। ਇਹਦਾ ਮਤਲਬ ਸਿਆਣਪ ਦਾ ਸੰਬੰਧ ਉਮਰ ਦੇ ਨਾਲ ਨਹੀਂ। ਸ਼ੇਖ ਸਾਧੀ ਨੇ ਇਸ ਦੀ ਥਾਨਕਾ ਦੇ ਵਿੱਚ ਬੜਾ ਪਿਆਰਾ ਪ੍ਰਮਾਣ ਦਿੱਤਾ। ਜਦੋਂ ਸ਼ੇਖ ਸਾਧੀ ਇਹ ਗੱਲ ਲਿਖਦੇ ਨਾ, ਬਜ਼ੁਰਗੀ ਬਾ ਅਕਲ ਅਸਤ ਕੇ ਨਾ ਬਸਾਲ, ਉਹ ਪ੍ਰਮਾਣ ਬੜਾ ਪਿਆਰਾ ਦਿੰਦਾ ਉਸ ਦੀ ਥਾਨਕਾ ਦੇ ਵਿੱਚ। ਕਹਿੰਦਾ, ਮੈਂ ਜਾ ਰਿਹਾ ਸੀ ਕਿਤੇ ਸਫ਼ਰ ਦੇ ਵਿੱਚ, ਮੇਰੇ ਕੋਲ ਮੇਰਾ ਗਧਾ ਸੀ ਜਿਸ ਦੇ ਉੱਪਰ ਮੈਂ ਆਪਣੀਆਂ ਕਿਤਾਬਾਂ ਰੱਖੀਆਂ ਹੋਈਆਂ ਸੀ, ਕਿਉਂਕਿ ਬਹੁਤ ਵੱਡਾ ਵਿਦਵਾਨ ਸੀ, ਕਿਤਾਬਾਂ ਨਾਲ ਲੈ ਕੇ ਚੱਲਦਾ ਸੀ। ਕਹਿੰਦਾ, ਇੱਕ ਮੁਰਗਾ ਸੀ ਜਿਸ ਨੂੰ ਮੈਂ ਬਹੁਤ ਪਿਆਰ ਕਰਦਾ ਸੀ, ਉਹ ਵੀ ਮੇਰੇ ਨਾਲ ਸੀ। ਸਫ਼ਰ ਬੜਾ ਲੰਬਾ ਸੀ, ਉਸ ਲੰਬੇ ਸਫ਼ਰ ਦੇ ਵਿੱਚ ਜਿੰਨੀਆਂ ਕੁ ਮੇਰੇ ਕੋਲ ਮੋਹਰਾਂ ਸੀ ਰਸਤੇ ਵਿੱਚ ਖਾਣ ਪੀਣ ਦੇ ਵਾਸਤੇ ਖਤਮ ਹੋ ਗਈਆਂ, ਇੱਕ ਮੋਹਰ ਰਹਿ ਗਈ। ਕਹਿੰਦਾ, ਹੁਣ ਮੇਰੇ ਮਨ 'ਚ ਸਮੱਸਿਆ ਇਹ ਹੈ ਕਿ ਉਹ ਦਰਵੇਸ਼ ਇਨਸਾਨ ਹੈ। ਕਹਿੰਦਾ, ਸਮੱਸਿਆ ਇਹ ਹੈ ਕਿ ਜੇ ਇੱਕ ਮੋਹਰ ਦਾ ਮੈਂ ਕੁਝ ਖਾ ਲਵਾਂ ਤੇ ਮੇਰਾ ਗਧਾ ਤੇ ਮੇਰਾ ਮੁਰਗਾ ਭੁੱਖੇ। ਕਹਿੰਦਾ, ਇਹ ਨਾ ਇਨਸਾਫ਼ੀ ਮੈਂ ਕਰ ਨਹੀਂ ਸਕਦਾ ਕਿ ਮੇਰੇ ਸਾਥੀ ਨੇ ਮੇਰਾ ਸਾਥ ਨਿਭਾਇਆ ਹੈ, ਮੈਂ ਖਾ ਲਵਾਂ ਤੇ ਇਹਨਾਂ ਨੂੰ ਭੁੱਖੇ ਰਹਿਣ ਦੇਵਾਂ। ਕਹਿੰਦਾ, ਜੇ ਮੈਂ ਇੱਕ ਮੋਹਰ ਦਾ ਗਧੇ ਨੂੰ ਚਾਰਾ ਲੈ ਕੇ ਪਾ ਦੇਵਾਂ, ਮੈਂ ਤੇ ਮੇਰਾ ਮੁਰਗਾ ਭੁੱਖੇ। ਮੁਰਗੇ ਨੂੰ ਦਾਣੇ ਲੈ ਕੇ ਦੇ ਦੇਵਾਂ ਤੇ ਮੈਂ ਤੇ ਗਧਾ ਭੁੱਖੇ। ਤੇ ਪੈਸੇ ਸਿਰਫ ਇੰਨੀ ਹੈ ਕਿ ਇੱਕ ਬੰਦੇ ਦੇ ਖਾਣ ਦਾ ਜੁਗਾੜ ਕੀਤਾ ਜਾ ਸਕਦਾ ਹੈ। ਕਹਿੰਦਾ, ਮੈਂ ਤੁਰਿਆ ਜਾ ਰਿਹਾ ਸੋਚਾਂ ਦੇ ਵਿੱਚ। ਕਹਿੰਦਾ, ਇੱਕ ਨਗਰ ਦੇ ਵਿੱਚੋਂ ਲੰਘ ਰਿਹਾ ਤੇ ਇੱਕ 5-6 ਸਾਲ ਦਾ ਬਾਲਕ ਖੜਾ ਹੈ ਤੇ ਮੈਨੂੰ ਕਹਿੰਦਾ, ਦਰਵੇਸ਼ ਜੀ ਰੁਕੋ। ਕਹਿੰਦਾ, ਮੈਂ ਰੁਕ ਗਿਆ ਤੇ ਕਹਿੰਦਾ, ਬੱਚੇ ਨੇ ਸਵਾਲ ਕੀਤਾ, ਕਹਿੰਦਾ, ਤੁਹਾਡਾ ਰੁਖਸਾਰ ਬੜਾ ਰੂਹਾਨੀ ਹੈ, ਚਿਹਰਾ ਬੜਾ ਜਲਾਲੀ ਰੂਪ ਵਾਲਾ ਹੈ, ਪਰ ਤੁਹਾਡੇ ਮੱਥੇ 'ਤੇ ਪਰੇਸ਼ਾਨੀ ਕਿਉਂ ਹੈ? ਕਹਿੰਦਾ, ਮੈਂ ਰੁਕ ਗਿਆ ਕਿ ਇੰਨਾ ਛੋਟਾ ਬੱਚਾ ਮੇਰੀ ਪਰੇਸ਼ਾਨੀ ਨੂੰ ਮੇਰੇ ਚਿਹਰੇ ਤੋਂ ਵੇਖ ਕੇ ਸਮਝ ਰਿਹਾ ਹੈ। ਕਹਿੰਦਾ, ਮੈਂ ਰੁਕ ਗਿਆ ਤੇ ਕਹਿੰਦਾ, ਮੈਂ ਬੱਚੇ ਨੂੰ ਕਿਹਾ, ਹਾਂ ਬੇਟਾ, ਸੱਚਮੁੱਚ ਮੈਨੂੰ ਪਰੇਸ਼ਾਨੀ ਹੈ। ਕਹਿੰਦਾ, ਬਜ਼ੁਰਗੋ, ਕਿਸ ਚੀਜ਼ ਦੀ ਪਰੇਸ਼ਾਨੀ ਹੈ? ਕਹਿੰਦਾ, ਪਰੇਸ਼ਾਨੀ ਇਹ ਹੈ ਕਿ ਆਖਰੀ ਇੱਕ ਸਿੱਕਾ ਰਹਿ ਗਿਆ,
ਅਤੇ ਭੁੱਖੇ ਅਸੀਂ ਤਿੰਨ ਹਾਂ। ਮੈਂ ਕੀ ਕਰਾਂ ਕਿ ਨਾ ਮੈਂ ਖਾ ਸਕਦਾ ਹੈ ਨਾ ਇਹ ਖਾ ਸਕਦੇ ਨੇ, ਇੱਕ ਵਿਅਕਤੀ ਦਾ ਹੀ ਆਹਾਰ ਹੋ ਸਕਦਾ ਹੈ। ਅਤੇ ਕਹਿੰਦਾ ਬੱਚਾ ਮੁਸਕਰਾ ਕੇ ਕਹਿੰਦਾ ਬਜ਼ੁਰਗੋ ਚਿੱਟੀ ਦਾੜੀ ਹੋ ਗਈ ਹੈ, ਬੱਚਿਆਂ ਵਾਲੀਆਂ ਗੱਲਾਂ ਕਰਦੇ ਜੀ। ਕਹਿੰਦਾ ਮੈਂ ਹੈਰਾਨ ਰਹਿ ਗਿਆ, ਮੈਂ ਕਿਹਾ ਬੇਟਾ ਇਹ 'ਚ ਬੱਚਿਆਂ ਵਾਲੀ ਕਿਹੜੀ ਗੱਲ ਹੈ? ਕਹਿੰਦਾ ਹਾਂ ਬਜ਼ੁਰਗੋ, ਜਿਸ ਇਲਾਕੇ ਦੇ ਵਿੱਚੋਂ ਤੁਸੀਂ ਲੰਘ ਰਹੇ ਹੋ ਨਾ, ਤੁਹਾਨੂੰ ਇੱਕ ਸਿੱਕੇ ਦੇ ਕਈ ਤਰਬੂਜ ਮਿਲ ਜਾਣਗੇ। ਤੁਸੀਂ ਤਰਬੂਜ ਦੀਆਂ ਛਿਲੜਾਂ ਆਪਣੇ ਗਧੇ ਨੂੰ ਖਵਾ ਦਿਓ, ਵਿੱਚੋਂ ਬੀਜ ਕੱਢ ਕੇ ਮੁਰਗੇ ਨੂੰ ਪਾ ਦਿਓ ਅਤੇ ਤਰਬੂਜ ਆਪ ਖਾ ਲਿਓ, ਇਹ ਤਾਂ ਸਮੱਸਿਆ ਹੀ ਕੋਈ ਨਹੀਂ, ਤੁਸੀਂ ਬਜ਼ੁਰਗ ਹੋ ਕੇ ਬੱਚਿਆਂ ਵਾਲੀ ਗੱਲ ਕਰਦੇ। ਉੱਥੇ ਫਿਰ ਸ਼ੇਖ ਸਾਹਿਬ ਵੀ ਕਹਿੰਦਾ ਮੈਂ ਜ਼ਮੀਨ ਨੂੰ ਹੱਥ ਲਾ ਕੇ ਕੰਡਾਂ ਨੂੰ ਹੱਥ ਲਾਏ ਅਤੇ ਫਿਰ ਮੈਂ ਉਹ ਸ਼ੇਰ ਲਿਖਿਆ, ਬਜ਼ੁਰਗੀ ਬਾ ਅਕਲ ਅੰਸਤ ਕੇ ਨਾ ਮਸਾਲ, ਸਿਆਣਪ ਕਿਸੇ ਉਮਰ ਦੇ ਵਿੱਚ ਵੀ ਮਿਲ ਸਕਦੀ ਹੈ, ਇਨਸਾਨ ਦੀ ਝੋਲੀ 'ਚ ਪਰਮਾਤਮਾ ਪਾ ਸਕਦਾ। ਉਹ ਬੱਚਾ ਗੁਰੂ ਨਾਨਕ ਸਾਹਿਬ ਨੂੰ ਸਵਾਲ ਕਰਦਾ, ਜਵਾਬ ਦਿੰਦਾ ਹੈ ਪਾਤਸ਼ਾਹ ਰੋਜ਼ ਰਾਤ ਨੂੰ ਜਦੋਂ ਮੈਂ ਖੇਡ ਕੇ ਬੱਚਿਆਂ ਦੇ ਨਾਲ ਘਰ ਜਾਂਦਾ ਅਤੇ ਮੇਰੀ ਮਾਂ ਮੈਨੂੰ ਰੋਟੀ ਖਵਾਉਂਦੀ ਹੈ ਚੁੱਲ੍ਹੇ ਦੇ ਕੋਲ ਬਿਠਾ ਕੇ, ਅਤੇ ਜਦੋਂ ਚੁੱਲ੍ਹੇ ਦੇ ਵਿੱਚ ਅੱਗ ਬਾਲਣ ਦੇ ਵਾਸਤੇ ਉਹ ਲੱਕੜਾਂ ਰੱਖਦੀ ਹੈ ਨਾ, ਅਤੇ ਜਿਹੜੀਆਂ ਵੱਡੀਆਂ ਲੱਕੜਾਂ ਨੇ ਉਹ ਤਾਂ ਫਿਰ ਵੀ ਸੜਦੀਆਂ ਸੜਦੀਆਂ ਕੁਝ ਸਮਾਂ ਕੱਢ ਜਾਂਦੀਆਂ ਨੇ, ਜਿਹੜੀਆਂ ਛੋਟੀਆਂ ਲੱਕੜਾਂ ਨੇ ਉਹ ਬਹੁਤ ਛੇਤੀ ਸੜ ਜਾਂਦੀਆਂ ਨੇ। ਅਤੇ ਜਦੋਂ ਮੈਂ ਛੋਟੀਆਂ ਲੱਕੜਾਂ ਨੂੰ ਸੜਦਾ ਵੇਖਦਾ ਤਾਂ ਮੈਨੂੰ ਆਪਣਾ ਵਜੂਦ ਯਾਦ ਆ ਜਾਂਦਾ ਹੈ ਕਿ ਜੇਕਰ ਮੈਂ ਇਹਨਾਂ ਨਿੱਕੀਆਂ ਲੱਕੜਾਂ ਦੇ ਵਾਂਗ ਇਸ ਸੰਸਾਰ ਤੋਂ ਇਸੇ ਉਮਰ 'ਚ ਚਲਾ ਗਿਆ ਕੀ ਗਿਆਨ ਤੋਂ ਵਾਂਝਾ ਹੀ ਚਲਾ ਜਾਵਾਂਗਾ। ਫਿਰ ਗੁਰੂ ਨਾਨਕ ਸਾਹਿਬ ਨੇ ਉਪਦੇਸ਼ ਦਿੱਤਾ, ਕਹਿੰਦੇ ਬੇਟਾ ਮਨੁੱਖਤਾ ਦੀ ਸੇਵਾ ਦੇ ਵਾਸਤੇ ਆਪਾਂ ਕੁਰਬਾਨ ਕਰਨ ਦੇ ਵਿੱਚ ਹੀ ਸੱਚਾ ਗਿਆਨ ਹੈ। ਨੀਅਤ ਰਾਸ, ਵਕਤ ਬੀਤ ਗਿਆ, ਬੱਚੇ ਦੀ ਉਮਰ 18 ਕੁ ਸਾਲ ਹੋ ਗਈ, 1527 ਬਾਬਰ ਨੇ ਹਿੰਦੁਸਤਾਨ 'ਤੇ ਹਮਲਾ ਕਰ ਦਿੱਤਾ। ਬਾਬਰ ਆਪ ਤਾਂ ਅੱਗੇ ਚਲਾ ਗਿਆ, ਇਸਦੇ ਸਿਪਾਹੀਆਂ ਨੇ ਲਾਹੌਰ ਨੂੰ ਲੁੱਟਣਾ ਮਾਰਨਾ ਅਤੇ ਸਾੜਨਾ ਸ਼ੁਰੂ ਕਰ ਦਿੱਤਾ। ਲਾਹੌਰ ਦੇ ਸ਼ਹਿਰ ਦੇ ਵਿੱਚ ਉਹਨਾਂ ਨੇ ਕਤਲੇਆਮ ਸ਼ੁਰੂ ਕੀਤਾ, ਲੋਕਾਂ ਦੇ ਘਰ ਸਾੜਨੇ ਸ਼ੁਰੂ ਕੀਤੇ। ਜਦੋਂ ਇਸ ਨੌਜਵਾਨ ਨੂੰ ਜਿਸਨੇ ਗੁਰੂ ਨਾਨਕ ਸਾਹਿਬ ਦੇ ਕੋਲ ਸੱਚ ਦਾ ਉਪਦੇਸ਼ ਲਿਆ ਸੀ, ਨੀਅਤ ਰਾਸ ਦਾ ਉਪਦੇਸ਼ ਲਿਆ ਸੀ, ਜਦੋਂ ਇਸ ਬੱਚੇ ਤੱਕ ਖਬਰ ਪਹੁੰਚੀ, ਇਹ ਘਰੋਂ ਮਸ਼ਕ ਲੈ ਕੇ ਆਇਆ, ਲਾਹੌਰ ਪਹੁੰਚਿਆ 24 ਕੋਹ ਤੁਰ ਕੇ। ਲਾਹੌਰ ਪਹੁੰਚਿਆ ਅਤੇ ਲਾਹੌਰ ਬਾਬਰ ਦੇ ਸਿਪਾਹੀ ਲੋਕਾਂ ਦੇ ਘਰਾਂ ਨੂੰ ਅੱਗ ਲਾ ਰਹੇ ਨੇ ਅਤੇ ਗੁਰੂ ਨਾਨਕ ਦਾ ਸਿੱਖ ਮਸ਼ਕ ਦੇ ਵਿੱਚ ਪਾਣੀ ਭਰ ਕੇ ਲੋਕਾਂ ਦੇ ਘਰਾਂ ਦੀ ਅੱਗ ਬੁਝਾ ਰਿਹਾ। ਫੌਜਦਾਰ ਤੱਕ ਖਬਰ ਪਹੁੰਚ ਗਈ ਕਿ ਅਸੀਂ ਘਰਾਂ ਨੂੰ ਅੱਗ ਲਾ ਰਹੇ ਹਾਂ, ਇੱਕ ਨੌਜਵਾਨ ਬੁਝਾ ਰਿਹਾ ਹੈ। ਗ੍ਰਿਫਤਾਰ ਕੀਤਾ, ਫੌਜਦਾਰ ਦੇ ਸਾਹਮਣੇ ਪੇਸ਼ ਕੀਤਾ ਅਤੇ ਪਹਿਲਾ ਸਵਾਲ ਫੌਜਦਾਰ ਨੇ ਕੀਤਾ, ਤੂੰ ਘਰਾਂ ਦੀ ਅੱਗ ਬੁਝਾ ਕਿਉਂ ਰਿਹਾ ਹੈ? ਬੱਚੇ ਨੇ ਜਵਾਬ ਦੇਣ ਤੋਂ ਪਹਿਲਾਂ ਉਲਟਾ ਸਵਾਲ ਕੀਤਾ, ਤੁਸੀਂ ਘਰਾਂ ਨੂੰ ਅੱਗ ਲਾ ਕਿਉਂ ਰਹੇ ਹੋ? ਫੌਜਦਾਰ ਨੇ ਕਿਹਾ ਕਿ ਅੱਗ ਲਾਉਣਾ ਸਾਡੇ ਸ਼ਾਹ ਦਾ ਹੁਕਮ ਹੈ। ਬੱਚੇ ਨੇ ਕਿਹਾ ਕਿ ਲੁਕਾਈ ਦੀ ਅੱਗ ਬੁਝਾਉਣਾ ਮੇਰੇ ਪਾਤਸ਼ਾਹ ਦਾ ਹੁਕਮ ਹੈ। ਅੱਗ ਬੁਝਾਈ ਘਰਾਂ ਦੀ, ਇਸ ਬੱਚੇ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਉਹਨਾਂ ਚਿਰ ਤੱਕ ਘੋੜੇ ਦੇ ਪਿੱਛੇ ਬੰਨ ਕੇ ਲਾਹੌਰ ਦੀਆਂ ਸੜਕਾਂ ਦੇ ਵਿੱਚ ਘੜੀਸਿਆ ਗਿਆ, ਜਿੰਨਾ ਚਿਰ ਤੱਕ ਇਸਦਾ ਮਾਸ ਇਸਦੀਆਂ ਹੱਡੀਆਂ ਤੋਂ ਵੱਖਰਾ ਨਹੀਂ ਹੋ ਗਿਆ। ਅਤੇ ਇਹ 1527 ਦੇ ਵਿੱਚ ਸਿੱਖਾਂ ਦਾ ਪਹਿਲਾ ਸ਼ਹੀਦ ਸੀ, ਜਿਸ ਦਾ ਜ਼ਿਕਰ ਪ੍ਰਿੰਸੀਪਲ ਗੰਗਾ ਸਿੰਘ ਨੇ 1935 ਦੇ ਵਿੱਚ ਕੀਤਾ ਹੈ, ਖੋਜ ਕਰਨ ਤੋਂ ਬਾਅਦ। ਸੋ ਇੰਨੀ ਛੋਟੀ ਅਵਸਥਾ ਦੇ ਵਿੱਚ ਇਸ ਉੱਚੇ ਆਤਮਕ ਅਹੁਦੇ ਦੇ ਉੱਪਰ ਪਹੁੰਚ ਜਾਣਾ, ਇੱਕ ਰੂਹਾਨੀ ਉਸ ਦੇ ਉੱਪਰ ਪਹੁੰਚ ਜਾਣਾ, ਇਹ ਗੁਰੂ ਨਾਨਕ ਸਾਹਿਬ ਦੀ ਵਿਲੱਖਣ ਬਖਸ਼ਿਸ਼ ਸੀ, ਜਿਨ੍ਹਾਂ ਨੇ ਸਾਨੂੰ ਇਸ ਧਰਮ ਦੇ ਮਾਰਗ ਦੇ ਬਾਰੇ ਇਹ ਰਸਤਾ ਦ੍ਰਿੜ ਕਰਾ ਦਿੱਤਾ ਕਿ ਜੋ ਤੋ ਪ੍ਰੇਮ ਖੇਲਣ ਕਾ ਜਾਓ, ਸਿਰ ਧਰ ਤਲੀ ਗਲੀ ਮਿਰੀ ਆਓ, ਇਤ ਮਾਰਗ ਪੈਰ ਧਰੀਜੇ, ਸਿਰ ਦੀਜੇ ਕਾਣ ਨਾ ਕੀਜੇ। ਸੋ ਅੱਜ ਜੇ ਅਸੀਂ ਗੁਰੂ ਪਾਤਸ਼ਾਹ ਦੀ ਹਜ਼ੂਰੀ ਦੇ ਵਿੱਚ 550 ਸਾਲਾਂ ਪ੍ਰਗਟ ਦਿਹਾੜੇ ਨੂੰ ਸਮਰਪਿਤ ਇਸ ਸਮਾਗਮ ਵਿੱਚ ਜੁੜੇ ਬੈਠੇ ਹਾਂ,
ਅਤੇ ਸਾਡਾ ਸਭ ਦਾ ਇਹੀ ਫਰਜ਼ ਬਣਦਾ ਹੈ ਕਿ ਜਿਹੜੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਮਨੁੱਖਤਾ ਨੂੰ ਵਿਲੱਖਣ ਵਿਚਾਰਧਾਰਾ ਬਖਸ਼ਿਸ਼ ਕੀਤੀ ਹੈ, ਬੜੀ ਵਿਲੱਖਣ, ਜਿਹੜੀ ਕਿ ਹਰ ਕਾਇਨਾਤ ਦੇ ਜ਼ਰੇ ਜ਼ਰੇ ਦੇ ਵਿੱਚ ਜ਼ਲਵਾਗਰ ਹੋਣ ਵਾਲੇ ਉਸ ਖੁਦਾ ਦੇ ਦੀਦਾਰ ਕਰਦੀ ਹੈ, ਜਿਸ ਨੂੰ ਅਸੀਂ ਰੋਜ਼ ਸਵੇਰੇ ਵੀ ਦੁਨੀਆਂ ਦੇ ਹਰ ਗੁਰਦੁਆਰੇ ਵਿੱਚ ਪੜ੍ਹਿਆ ਜਾਂਦਾ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਅਤੇ ਰਾਤ ਨੂੰ ਵੀ ਹਰ ਜਗ੍ਹਾ 'ਤੇ ਪੜ੍ਹਿਆ ਜਾਂਦਾ ਬਲਿਹਾਰੀ ਕੁਦਰਤ ਵਸਿਆ। ਸੋ ਅਸੀਂ ਗੁਰੂ ਨਾਨਕ ਸਾਹਿਬ ਦਾ ਜੇਕਰ ਅੱਜ 550 ਸਾਲਾਂ ਪ੍ਰਗਟ ਦਿਹਾੜਾ ਮਨਾ ਰਹੇ ਹਾਂ, ਅਤੇ ਸਾਡਾ ਸਾਰਿਆਂ ਦਾ ਇੱਕ ਫਰਜ਼ ਬਣ ਜਾਂਦਾ ਕਿ ਅਸੀਂ ਉਸ ਸਰਜ਼ਮੀਨ ਨੂੰ ਜਿੱਥੇ ਪਾਣੀ ਵੀ ਪਵਿੱਤਰ ਹੋਵੇ, ਜਿੱਥੇ ਪਵਨ ਵੀ ਪਵਿੱਤਰ ਹੋਵੇ, ਕਿਉਂਕਿ ਅੱਜ ਸ਼ਰਮ ਦੇ ਨਾਲ ਕਹਿਣਾ ਪੈਂਦਾ ਕਿ ਦੁਨੀਆਂ ਦੇ ਸਾਰੇ ਖਿੱਤਿਆਂ ਦੇ ਵਿੱਚੋਂ ਗੁਰੂ ਨਾਨਕ ਸਾਹਿਬ ਦੀ ਕਰਮ ਅਤੇ ਜਨਮ ਭੂਮੀ ਦਾ ਉਹ ਖਿੱਤਾ ਪੰਜਾਬ ਹੈ ਜਿਸ ਦਾ ਪਾਣੀ ਪੀਣ ਦੇ ਯੋਗ ਨਹੀਂ ਰਿਹਾ, ਹਵਾ ਸਾਹ ਲੈਣ ਦੇ ਕਾਬਲ ਨਹੀਂ ਰਹਿ ਗਈ, ਔਰ ਮਿੱਟੀ ਜ਼ਰਖੇਜ਼ ਨਹੀਂ ਰਹਿ ਗਈ, ਪੈਸਟੀਸਾਈਡ ਅਤੇ ਇਨਸੈਕਟੀਸਾਈਡ ਦੇ ਨਾਲ ਅਸੀਂ ਬਰਬਾਦ ਕਰ ਦਿੱਤੀ ਹੈ। ਉਸ ਕੁਦਰਤ ਦੀ ਸੰਭਾਲ ਕਰੀਏ ਅਤੇ ਫਿਰ ਉਸ ਕੁਦਰਤ ਦੇ ਵਿੱਚੋਂ ਉਸ ਕੁਦਰਤ ਦੇ ਕਾਦਰ ਦੇ ਦੀਦਾਰ ਕਰਨ ਦੀ ਕੋਸ਼ਿਸ਼ ਕਰੀਏ। ਸੋ ਸਾਡਾ ਗੁਰੂ ਨਾਨਕ ਸਾਹਿਬ ਦੇ 550 ਸਾਲਾਂ ਪ੍ਰਗਟ ਦਿਹਾੜੇ ਨੂੰ ਸਮਰਪਿਤ ਇੱਕ ਪ੍ਰਣ ਜ਼ਰੂਰ ਹੋਣਾ ਚਾਹੀਦਾ ਕਿ ਅਸੀਂ ਗੁਰੂ ਨਾਨਕ ਸਾਹਿਬ ਦੀ ਇਸ ਕਰਮ ਔਰ ਜਨਮ ਭੂਮੀ ਦੇ ਉੱਪਰ ਕੁਦਰਤ ਦੀ ਸੰਭਾਲ ਕਰੀਏ ਅਤੇ ਇਸ ਕੁਦਰਤ ਦੇ ਵਿੱਚੋਂ ਕੁਦਰਤ ਦੇ ਕਾਇਨਾਤ ਦੇ ਕਾਦਰ ਦੇ ਦੀਦਾਰ ਕਰਕੇ ਗੁਰੂ ਨਾਨਕ ਸਾਹਿਬ ਦੀ ਜੋਤ ਦੇ ਨਾਲ ਪਰਨੂਰ ਹੋ ਸਕੀਏ। ਸੋ ਇੰਨੀਆਂ ਬੇਨਤੀਆਂ ਪ੍ਰਵਾਨ, ਫਤਿਹ ਦੀ ਸਾਂਝ ਗੱਜ ਕੇ ਆਖਿਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਚਰਨਾਂ ਵਿੱਚ ਅਰਦਾਸ ਬੇਨਤੀ ਕਰਨੀ ਹੈ, ਪਰ ਉਸ ਤੋਂ ਪਹਿਲਾਂ 5-7 ਮਿੰਟ ਵਾਸਤੇ ਸਾਡੇ ਕੋਲ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਇੰਦਰਜੀਤ ਸਿੰਘ ਖਬਰਾਂ